ਬੈਸਟ ਕੰਪਲੀਮੈਂਟ ਮਿਲਿਆ ਮੈਨੂੰ ਇੱਕ ਬਾਈ ਮਿਲਿਆ, ਕਹਿੰਦਾ ਕਿ ਵੀਰੇ ਮੈਂ ਪਹਿਲਾਂ ਗੱਤਕਾ ਖੇਡਦਾ ਸੀ, ਸਿੱਖਦਾ ਸੀ, ਫਿਰ ਮੈਂ ਛੱਡਤਾ, ਕਹਿੰਦਾ ਮੈਂ ਜਾ ਕੇ ਦੁਬਾਰਾ ਸ਼ੁਰੂ ਕਰਨਾ। ਗਲੈਮਰ ਇਹ ਨਹੀਂ ਹੈਗਾ ਕਿ ਗਲੈਮਰ ਦਿਖਾਉਂਦੇ, ਚ ਉਹ ਵੀ ਇੱਕ ਡਿਫਰੈਂਟ ਪਾਰਟ ਆ, ਵੈਸਟਰਨ ਸਾਡਾ ਕਲਚਰ ਆ, ਉਹਨੂੰ ਵੀ ਅਸੀਂ ਅਸੈਪਟ ਕਰਦੇ ਹਾਂ। ਅਤੇ ਇੱਕ ਸਿੰਪਲ ਕੁੜੀ ਜੋ ਪਿੰਡ ਵਿੱਚੋਂ ਆਈ ਆ, ਜਿਹਨੂੰ ਕਿ ਕਲਚਰ ਆਪਣੇ ਵੈਸਟਰਨ ਬਾਰੇ ਕੁਛ ਨਹੀਂ ਪਤਾ, ਬਟ ਉਹ ਫਿਰ ਵੀ ਉਹ ਬਾਹਰ ਜਾ ਕੇ ਵੀ ਆਪਣੇ ਇੱਕ ਪਹਿਰਾਵੇ ਵਿੱਚ, ਆਪਣੇ ਸੂਟ ਵਿੱਚ ਹੀ ਰਹਿੰਦੀ ਆ। ਇਹ ਗੱਤਕਾ ਮੈਂ ਪਹਿਲਾਂ ਸਿੱਖਿਆ ਸੀ, ਗੱਤਕਾ ਸਿੱਖਣ ਤੋਂ ਮਗਰ ਮੈਨੂੰ ਫਿਰ ਉਹਦੀ ਇੱਦਾਂ ਫੀਲਿੰਗ ਆਈ ਕਿ ਯਾਰ ਆਪਾਂ ਇਹਨੂੰ ਹੋਰ ਵੱਡੇ ਲੈਵਲ 'ਤੇ ਜਾ ਕੇ ਜਾਈਏ, ਜੋ ਸਾਡੇ ਬਸ ਹੋ ਸਕਦਾ, ਜੋ ਸਾਡੇ ਬਸ 'ਚ, ਅਸੀਂ ਉਹਨੂੰ ਉੱਦਾਂ ਦਾ ਕੁਛ ਕਰੀਏ ਕਿ ਲੋਕਾਂ ਦੇ ਮੂਹਰੇ ਗੱਤਕਾ ਆ ਸਕੇ। ਫਿਲਮ ਇੱਕ ਐਕਸ਼ਨ ਰੋਮੈਂਟਿਕ ਫਿਲਮ ਹੈ, ਜਿਵੇਂ ਹੁਣ ਅਸੀਂ ਦੱਸਿਆ ਐਕਸ਼ਨ ਦਾ ਪਾਰਟ ਜਿਹੜਾ ਉਹ ਗੱਤਕੇ ਤੋਂ ਆਉਂਦਾ, ਸਾਡੀ ਰਵਾਇਤੀ ਖੇਡਾਂ ਕਿ ਮੈਂ ਆਪਣੇ ਕਲਚਰ ਤੋਂ ਬਾਹਰ ਨਹੀਂ ਜਾਣਾ, ਆਪਣੇ ਪੇਰੈਂਟਸ ਦੀ ਕਹੀ ਗੱਲ ਤੋਂ ਨਹੀਂ ਬਾਹਰ ਜਾਣਾ, ਜਾਂ ਆਪਣੇ ਪਹਿਰਾਵਾ ਨਹੀਂ ਚੇਂਜ ਕਰਨਾ, ਜਿੱਦਾਂ ਦੀ ਮੈਂ ਹੈਗੀ ਮੈਨੂੰ ਇੱਦਾਂ ਹੀ ਅਸੈਪਟ ਕਰੋ। ਦੇਸੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਹੰਸ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਅਸੀਂ ਪਹੁੰਚੇ ਹਾਂ ਫਿਲਮ ਜੱਟਾ ਡੋਲੀ ਨਾਂ ਦੀ ਸਕਰੀਨਿੰਗ ਤੇ, ਫਿਲਮ ਦੀ ਸਟਾਰਕਾਸਟ ਪਹੁੰਚੇਗੀ, ਸਕਰੀਨਿੰਗ ਦਾ ਮਾਹੌਲ ਤੁਹਾਨੂੰ ਦਿਖਾਵਾਂਗੇ ਤੇ ਆਡੀਅੰਸ ਦੇ ਰਿਵਿਊ ਵੀ ਕਰਨੇ ਆ, ਫਿਲਮ ਦੇਖ ਕੇ ਤੁਹਾਨੂੰ ਦੱਸਾਂਗੇ ਫਿਲਮ ਕਿਹੋ ਜਿਹੀ ਲੱਗੀ ਹੈ। ਸੋ ਆਓ ਚੱਲਦੇ ਹਾਂ ਸਭ ਤੋਂ ਪਹਿਲੇ ਫਿਲਮ ਵੇਖਣ। ਔਰ ਸਿੱਖ ਮਾਰਸ਼ਲ ਆਰਟ ਸਾਡੇ ਲਈ ਬੜੀ ਵੱਡੀ ਗੱਲ ਹੈ ਕਿ ਨੈਸ਼ਨਲ ਓਲੰਪਿਕ ਗੇਮ ਦੇ ਅੰਦਰ ਐਨਰੋਲ ਹੋ ਗਿਆ ਅਤੇ ਜਿਹਦਾ ਪਹਿਲਾ ਹੀ ਪ੍ਰੋਗਰਾਮ 2023 ਅਕਤੂਬਰ ਦੇ ਅੰਦਰ ਕੀਤਾ ਗਿਆ ਹੈ, ਜਿੱਥੇ ਬਹੁਤ ਸਾਰੇ ਲੋਕਾਂ ਨੂੰ ਉੱਥੇ ਗੱਤਕਾ ਖੇਡਦੇ ਹੋਏ ਸਿਲਵਰ ਅਵਾਰਡ, ਗੋਲਡ ਮੈਡਲ ਉੱਥੇ ਮਿਲੇ ਨੇ, ਸਿਲਵਰ ਮੈਡਲ ਗੋਲਡ ਮੈਡਲ ਬਹੁਤ ਮਿਲੇ ਨੇ ਉੱਥੇ। ਗੱਤਕਾ ਹੁਣ ਆਮ ਖੇਡਾਂ ਵਾਂਗ, ਜਿੱਦਾਂ ਦੂਜੀਆਂ ਖੇਡਾਂ ਖੇਡਦੇ ਹਾਂ ਜੀ, ਉਹ ਖੇਡਾਂ ਦੇ ਅੰਦਰ ਵੀ ਕੀ ਹੈ ਕਿ ਖਿਡਾਰੀਆਂ ਨੂੰ ਸਰਕਾਰ ਵੱਲੋਂ ਬਹੁਤ ਕੁਛ ਦਿੱਤਾ ਜਾਂਦਾ ਹੁੰਦਾ ਅਤੇ ਗੱਤਕਾ ਆਪਣਾ ਜਿਹੜਾ ਵੀ ਹੁਣ ਖੇਡੇਗਾ ਸਰਕਾਰ ਵੱਲੋਂ ਉਹਨਾਂ ਨੂੰ ਬਹੁਤ ਕੁਛ ਦਿੱਤਾ ਜਾਏਗਾ, ਉਸੇ ਤਰ੍ਹਾਂ ਜਿਸ ਤਰ੍ਹਾਂ ਦੂਜੀਆਂ ਖੇਡਾਂ ਨੂੰ ਦਿੱਤਾ ਜਾਂਦਾ, ਜਿੱਦਾਂ ਕ੍ਰਿਕਟ ਹੋ ਗਈ, ਫੁੱਟਬਾਲ ਹੋ ਗਈ, ਵਾਲੀਬਾਲ ਹੋ ਗਈ, ਜਿੱਦਾਂ ਦੂਸਰੀਆਂ ਗੇਮਾਂ ਖੇਡਦੇ ਆ। ਅਤੇ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅਸੀਂ ਫਿਲਮ ਜਗਤ ਦੇ ਅੰਦਰ ਇੱਕ ਨਵਾਂ ਟ੍ਰੈਂਡ ਸ਼ੁਰੂ ਕੀਤਾ ਹੈ ਕਿ ਆਪਣੇ ਧਾਰਮਿਕ, ਆਪਣੇ ਸੱਭਿਆਚਾਰ, ਆਪਣੇ ਕਲਚਰ, ਆਪਣੇ ਵਿਰਾਸਤ, ਇਹਨਾਂ ਚੀਜ਼ਾਂ ਨੂੰ ਅਸੀਂ ਫਿਲਮਾਂ ਦੇ ਰਾਹੀਂ ਅਸੀਂ ਪਰਦੇ ਦੇ ਉੱਤੇ ਦਿਖਾ ਰਹੇ ਹਾਂ, ਕਿਉਂਕਿ ਪਰਦੇ ਦੇ ਉੱਤੇ ਆਉਣ ਤੋਂ ਬਾਅਦ ਕੀ ਹੁੰਦਾ ਹੈ ਕਿ ਲੋਕ ਉਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੁੰਦੇ ਨੇ, ਕਿਉਂਕਿ ਉਹ ਸਾਨੂੰ ਇੱਕਦਮ ਮਿਊਜ਼ੀਕਲੀ ਔਰ ਜਦੋਂ ਅਸੀਂ ਪਿਕਚਰ ਨੂੰ ਦੇਖਦੇ ਹਾਂ ਉਹ ਚੀਜ਼ਾਂ ਸਾਡੇ 'ਤੇ ਦਿਮਾਗ 'ਤੇ ਅਟੈਕ ਕਰਦੀਆਂ ਨੇ ਉਹ ਚੀਜ਼ਾਂ, ਔਰ ਉਹਨਾਂ ਚੀਜ਼ਾਂ ਨੂੰ ਅਸੀਂ ਕਰਨ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਹੈਗੇ। ਅਤੇ ਫਿਲਮ ਇੱਕ ਐਸਾ ਜ਼ਰੀਆ ਹੈ ਜਿਹੜੀ ਵੀ ਗੱਲ ਅਸੀਂ ਸਮਝਾਉਣੀ ਹੈ ਜਾਂ ਜਿਹੜੀ ਕਹਿਣੀ ਹੈ ਉਹ ਅਸੀਂ ਫਿਲਮਾਂ ਦੇ ਰਾਹੀਂ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਔਰ ਮੈਂ ਆਪ ਸਭ ਦਾ, ਮੀਡੀਆ ਵਾਲਿਆਂ ਦਾ ਬਹੁਤ ਸ਼ੁਕਰਗੁਜ਼ਾਰ ਹੈ ਕਿ ਆਪ ਸਭ ਨੇ ਅੱਜ ਇੱਥੇ ਆ ਕੇ ਇਸ ਖੁਸ਼ੀ ਨੂੰ ਹੋਰ ਦੁੱਗਣਾ ਕੀਤਾ। ਦੁਨੀਆ ਦੇ ਅੰਦਰ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ, ਇੱਕ ਹੁੰਦਾ ਤਰੀਕਾ ਬਣਾਉਣ ਵਾਲੇ, ਇੱਕ ਉਹਨਾਂ ਤਰੀਕਿਆਂ ਦੇ ਚੱਲਣ ਵਾਲੇ। ਹਜੇ ਤੱਕ ਇੰਡਸਟਰੀ ਦੇ ਅੰਦਰ ਉਹੀ ਚੀਜ਼ਾਂ ਚੱਲ ਰਹੀਆਂ ਨੇ, ਜਿੱਦਾਂ ਹੁਣ ਕੋਮੇਡੀ ਜਦੋਂ ਪਹਿਲੀ ਵਾਰੀ ਫਿਲਮ ਆਈ ਸੀ ਜਦੋਂ, ਤਾਂ ਕੋਮੇਡੀ ਵੱਲੇ ਸਾਰਿਆਂ ਦਾ ਰੁਝਾਨ ਹੋ ਗਿਆ ਸੀਗਾ। ਅਤੇ ਹਮੇਸ਼ਾ ਜ਼ਿੰਦਗੀ 'ਚ ਸਾਨੂੰ ਕੁਛ ਅਲੱਗ ਕਰਨ ਵਾਸਤੇ ਕੁਛ ਨਾ ਕੁਛ ਸਾਨੂੰ ਰਿਸਕ ਲੈਣਾ ਪੈਂਦਾ, ਅਗਰ ਅਸੀਂ ਰਿਸਕ ਲਵਾਂਗੇ ਨਹੀਂ ਨਾ ਤਾਂ ਅਸੀਂ ਨਵੀਂ ਚੀਜ਼ ਨੂੰ ਇਨਰੋਲ ਹੀ ਨਹੀਂ ਕਰ ਪਾਵਾਂਗੇ। ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਜਿੰਨੀਆਂ ਵੀ ਆਪਣੀਆਂ ਸਿੱਖ ਇਤਿਹਾਸ, ਆਪਣਾ ਤਾਂ ਇਤਿਹਾਸ ਜਿਹੜਾ ਹੈ, ਆਪਣਾ ਵਿਰਸਾ ਬਹੁਤ ਵੱਡਾ ਵਿਰਸਾ ਹੈਗਾ, ਅਸੀਂ ਜੇ ਇੱਕ ਪੇਜ ਨੂੰ ਫਰੋਲੀਏ ਨਾ ਉਹਦੇ 'ਤੇ ਕਈ ਫਿਲਮਾਂ ਬਣ ਸਕਦੀਆਂ ਹੈਗੀਆਂ ਨੇ। ਅਤੇ ਇਹ ਜਿਹੜੀ ਫਿਲਮ ਹੈ ਗੱਤਕੇ ਦੇ ਉੱਤੇ ਆ ਰਹੀ ਹੈ, ਗੱਤਕਾ ਆਪਣੀ ਸੈਲਫ ਡਿਫੈਂਸ ਵਾਸਤੇ, ਗੱਤਕੇ ਨੂੰ ਦੇਖੋ ਘਰ 'ਚ ਕੋਈ ਵੀ ਅਗਰ
ਮੰਨ ਲਓ ਸਾਡੇ 'ਤੇ ਕੋਈ ਵੀ ਹਰਕਤ ਕਰਨ ਦੀ ਕੋਸ਼ਿਸ਼ ਕਰਦਾ, ਅਸੀਂ ਸਭ ਤੋਂ ਪਹਿਲੇ ਸੋਟੀ ਚੁੱਕਦੇ ਹਾਂ ਅਤੇ ਗੁਰੂ ਸਾਹਿਬ ਨੇ ਆਪਣੇ ਸੋਟੀ ਦੇ ਨਾਲ ਹੀ ਆਪਣੀ ਰੱਖਿਆ ਕਰਨੀ ਅਤੇ ਦੂਜੇ ਦੇ ਕਿਸੇ ਦੇ ਉੱਤੇ ਮਜ਼ਲੂਮਾਂ ਦੇ ਉੱਤੇ ਕਿਤੇ ਮੁਸੀਬਤ ਆਈ ਹੋਵੇ ਤਾਂ ਉਹਦੀ ਵੀ ਰੱਖਿਆ ਕਰਨ ਵਾਸਤੇ ਉਹਨਾਂ ਨੇ ਸੋਟੀ ਦਾ ਸਹਾਰਾ ਲੈ ਕੇ ਗੱਤਕੇ ਦੀ ਰੂਪ ਰੇਖਾ ਦਿੱਤੀ। ਗੱਤਕਾ ਇੱਕ ਐਸੀ ਚੀਜ਼ ਹੈ ਜਿਹਦੇ ਨਾਲ ਅਸੀਂ ਆਪਣੀ ਵੀ ਰੱਖਿਆ ਕਰ ਸਕਦੇ ਹਾਂ ਅਤੇ ਦੂਜਿਆਂ ਦੀ ਵੀ ਰੱਖਿਆ ਕਰ ਸਕਦੇ ਹਾਂ। ਜਦੋਂ ਵੀ ਤੁਸੀਂ ਕੋਈ ਚੰਗਾ ਕੰਮ ਕਰੋਗੇ ਤੁਹਾਡੇ ਨਾਲ ਦੋ ਕੰਮ ਜ਼ਰੂਰ ਹੋਣਗੇ। ਕਿਹੜੇ ਕਿਹੜੇ? ਲੋਕਾਂ ਦਾ ਕੰਮ ਰੋਕਣਾ ਅਤੇ ਟੋਕਣਾ ਸ਼ੁਰੂ ਹੋ ਜਾਏਗਾ। ਟੋਕਣਗੇ, ਰੋਕਣਗੇ ਵੀ, ਨਾ 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 ਐਵੇਂ ਨਾ ਕਰ, ਇਹ ਕਿਹੜੇ ਚੱਕਰਾਂ 'ਚ ਪਏ ਗਏ ਹੋ। ਇਹ ਕਹਿਣਗੇ ਸਾਰੇ, ਤੁਸੀਂ ਜ਼ਿੰਦਗੀ 'ਚ ਕੋਈ ਵੀ ਕੰਮ ਕਰ ਲਓ, ਖਾਲੀ ਇਹ ਨਹੀਂ ਕਿ ਅਸੀਂ ਫਿਲਮ ਬਣਾਈਏ ਇਹਦੇ 'ਤੇ ਗੱਲ ਕਰੀਏ। ਜ਼ਿੰਦਗੀ 'ਚ ਤੁਸੀਂ ਕੁਛ ਵੀ ਅੱਛਾ ਕਰੋਗੇ ਨਾ, ਚੰਗਾ ਕੰਮ ਕਰੋਗੇ, ਤੁਹਾਡੇ ਨਾਲ ਦੋ ਹੀ ਕੰਮ ਹੋਣਗੇ, ਲੋਕਾਂ ਦਾ ਕੰਮ ਰੋਕਣਾ ਔਰ ਟੋਕਣਾ ਸ਼ੁਰੂ ਹੋ ਜਾਂਦਾ ਵੇ। ਅਤੇ ਅਗਰ ਅਸੀਂ ਉਹਨਾਂ ਦੇ ਕੰਮ ਤੋਂ, ਉਹਨਾਂ ਦੀਆਂ ਗੱਲਾਂ ਤੋਂ ਰੁਕ ਗਏ ਜਾਂ ਉਹਨਾਂ ਨੇ ਜਿੱਦਾਂ ਹੀ ਟੋਕ ਲਗਾ ਦਿੱਤੀ ਅਸੀਂ ਰੁਕ ਗਏ, ਉੱਥੇ ਕੁਛ ਨਹੀਂ ਕਰਦੇ, ਅਸੀਂ ਜ਼ਿੰਦਗੀ 'ਚ ਕੁਛ ਨਵਾਂ ਨਹੀਂ ਕਰ ਪਾਵਾਂਗੇ। ਨਵਾਂ ਕਰਨ ਵਾਸਤੇ ਸਾਨੂੰ ਹਿੰਮਤ ਕਰਨੀ ਪੈਂਦੀ ਹੁੰਦੀ ਆ, ਔਰ ਬਿਨਾਂ ਹਿੰਮਤ ਤੋਂ ਅਸੀਂ ਕੁਛ ਨਹੀਂ ਕਰ ਸਕਦੇ। ਹਿੰਮਤ ਵਾਸਤੇ ਨਾਲ ਸਾਨੂੰ ਸਾਰਿਆਂ ਦੀ ਸਪੋਰਟ ਚਾਹੀਦੀ ਹੁੰਦੀ ਆ। ਅੱਜ ਅਸੀਂ ਇਸ ਫਿਲਮ ਲੈ ਕੇ ਆਏ ਹਾਂ, ਸਾਨੂੰ ਇੰਨਾ ਹੁੰਗਾਰਾ ਮਿਲਿਆ ਜਦੋਂ ਅਸੀਂ ਟ੍ਰੇਲਰ, ਜਦੋਂ ਹੀ ਰਿਲੀਜ਼ ਹੋਇਆ ਟ੍ਰੇਲਰ, ਅਤੇ ਲੋਕਾਂ ਨੇ ਇੰਨੀ ਐਪਰੀਸ਼ੀਏਸ਼ਨ ਦਿੱਤੀ, ਸਾਨੂੰ ਇੰਨਾ ਮਤਲਬ ਕਿ ਸਪੋਰਟ ਕੀਤਾ। ਉਹਨਾਂ ਨੇ ਦੱਸਿਆ ਕਿ ਵੀ ਤੁਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ ਆਓ, ਔਰ ਮੇਰੀਆਂ ਜਿਹੜੀਆਂ ਪਿਛਲੀਆਂ ਫਿਲਮਾਂ ਵੀ ਉਹ ਵੀ ਇਸੇ ਤਰ੍ਹਾਂ ਹੀ ਬਹੁਤ ਕੁਝ ਦੱਸਦੀਆਂ ਨੇ। ਜਿੱਦਾਂ ਮੈਂ ਪਹਿਲੀ ਫਿਲਮ ਬਣਾਈ ਸੀ ਸੱਚੀ ਸੇਵਾ, ਉਹਦੇ 'ਚ ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਸੱਚੀ ਸੇਵਾ ਕੀ ਹੁੰਦੀ ਆ। ਲੋਕ ਧਾਰਮਿਕ ਸਥਾਨਾਂ 'ਤੇ ਜਾ ਕੇ ਸੇਵਾ ਤਾਂ ਬਹੁਤ ਕਰਦੇ ਨੇ, ਪਰ ਘਰ 'ਚ ਆ ਕੇ ਆਪਣੇ ਮਾਂ ਬਾਪ ਨੂੰ ਬਦਤਮੀਜ਼ੀ ਨਾਲ ਬੋਲਦੇ ਨੇ। ਜਦੋਂ ਅਸੀਂ ਕਿਸੇ ਨਾਲ ਬਦਤਮੀਜ਼ੀ ਨਾਲ ਬੋਲਦੇ, ਉਹਨਾਂ ਨਾਲ ਸੇਵਾ ਕਰਦੇ ਨੇ। ਅਸਲ 'ਚ ਸੱਚੀ ਸੇਵਾ ਉਹੀ ਪ੍ਰਵਾਨ ਹੁੰਦੀ ਹੈ ਜਿਹੜੀ ਨਿਸਵਾਰਥ ਭਾਵਨਾ ਨਾਲ ਕੀਤੀ ਜਾਏ, ਜਿਹ 'ਚ ਕੋਈ ਦਿਖਾਵਾ ਨਾ ਹੋਵੇ। ਇਹ ਮੇਰੀ ਪਹਿਲੀ ਫਿਲਮ ਸੀ, ਇਹਦੇ ਤੋਂ ਮੈਨੂੰ ਇੰਨਾ ਚੰਗਾ ਹੁੰਗਾਰਾ ਮਿਲਿਆ, ਲੋਕਾਂ ਨੇ ਇੰਨਾ ਮੈਨੂੰ ਕਿਹਾ ਵੀ ਤੁਸੀਂ ਬਹੁਤ ਚੰਗੀ ਚੀਜ਼ ਦਿਖਾ ਰਹੇ ਹੋ। ਮੈਂ ਇੱਕ ਮੋਟੀਵੇਸ਼ਨਲ ਸਪੀਕਰ ਹਾਂ, ਲੋਕਾਂ ਨੂੰ ਮੋਟੀਵੇਟ ਕਰਨਾ, ਗਾਈਡ ਕਰਨਾ, ਐਜੂਕੇਟ ਕਰਨਾ, ਇਹ ਮੇਰਾ ਸ਼ੌਂਕ ਹੈ, ਮੇਰਾ ਪੇਸ਼ਾ ਨਹੀਂ ਹੈ, ਪੇਸ਼ਾ ਮੇਰਾ ਫਿਲਮ ਲਾਈਨ ਤੋਂ। ਮੈਂ ਪਿਛਲੇ 35 ਸਾਲ ਤੋਂ ਇਸ ਇੰਡਸਟਰੀ 'ਚ ਕੰਮ ਕਰ ਰਿਹਾ, ਔਰ ਬਹੁਤ ਸਾਰਾ ਅਸੀਂ ਇੰਟਰਟੇਨਮੈਂਟ ਇੰਡਸਟਰੀ ਦੇ ਅੰਦਰ ਬਹੁਤ ਬਦਲਾਵ ਲਿਆਏ ਹਾਂ, ਔਰ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਸਾਡੇ ਇੰਡਸਟਰੀ 'ਚ ਲੋਕ ਨੇ ਆਲਰੇਡੀ, ਉਹਨਾਂ ਨੂੰ ਪਤਾ ਕਿ ਅਸੀਂ ਕੀ ਬਦਲਾਵ ਲਿਆਏ ਹਾਂ। ਪੰਜਾਬੀ ਕਲਚਰ ਨੂੰ, ਪੰਜਾਬੀ ਸੱਭਿਆਚਾਰ ਨੂੰ ਅਸੀਂ ਹਮੇਸ਼ਾ ਸਪੋਰਟ ਕਰਦੇ ਆਏ ਹਾਂ। ਦਿੱਲੀ 'ਚ ਰਹਿ ਕੇ, ਮੈਂ ਦਿੱਲੀ ਤੋਂ ਬਿਲੋਂਗ ਕਰਦਾ, ਦਿੱਲੀ ਹੀ ਮੇਰਾ ਜੰਮਪਲ ਹੋਇਆ ਵੇ। ਇਹ ਜੋ ਕਰ ਰਹੇ ਨੇ, ਔਰ ਮੈਂ ਜੋ ਕੁਛ ਕਰ ਸਕਦਾ, ਜੋ ਮੈਨੂੰ ਕੁਦਰਤ ਨੇ ਨੌਲੇਜ ਦਿੱਤੀ ਹੈ ਅਤੇ ਮੇਰੀ ਜ਼ਿੰਦਗੀ ਦਾ ਜੋ ਐਕਸਪੀਰੀਅੰਸ ਹੈ, ਉਹਦੇ ਨਾਲ ਮੈਂ ਕਿਹਾ ਕੁਛ ਤਾਂ ਵੱਖਰਾ ਕਰਾਂ। ਮੈਂ ਮਾਲਕ ਅੱਗੇ ਅਰਦਾਸ ਕੀਤੀ, ਉਸ ਮਾਲਕ ਨੇ ਇਹੀ ਅਰਦਾਸ ਕੀਤੀ, ਮੈਨੂੰ ਕੁਛ ਵੱਖਰਾ ਕਰਨ ਦਾ ਬਲ ਬਖਸ਼ੋ। ਉਹਨਾਂ ਨੇ ਮੇਰੇ ਕੁਦਰਤ ਵੱਲੋਂ ਹੁੰਦਾ ਜੋ ਕੁਛ ਹੁੰਦਾ, ਅਸੀਂ ਸੋਚਿਆ ਵੀ ਮੈਂ ਕੀਤਾ, ਮੈਂ ਕੁਛ ਨਹੀਂ ਕੀਤਾ, ਔਰ ਕੁਦਰਤ ਨੇ ਕੀ ਕੀਤਾ, ਮੈਨੂੰ ਉਹ ਇੰਟੀਮੇਸ਼ਨ ਦੇਣੇ ਸ਼ੁਰੂ ਕਰਤੇ ਮੇਰੇ ਵਟਸਐਪ ਦੇ ਉੱਤੇ, ਕੀ ਆਉਣੇ ਸ਼ੁਰੂ ਹੋਏ, ਮੂਲ ਮੰਤਰ, ਮੂਲ ਮੰਤਰ, ਮੂਲ ਮੰਤਰ। ਇਹ ਕੁਦਰਤ ਨੇ ਮੈਨੂੰ 2012 ਦੇ ਅੰਦਰ ਪਹਿਲੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸ਼ੋਰਟ ਟਰਮ ਕੋਰਸ ਕਰਵਾ ਦਿੱਤਾ ਸੀਗਾ, ਉਹ ਪਹਿਲੇ ਮੈਨੂੰ ਪ੍ਰਪੇਅਰ ਕੀਤਾ ਉਹਨਾਂ ਨੇ, ਅਤੇ 2019 ਦੇ ਅੰਦਰ ਮੂਲ ਮੰਤਰ ਫਿਲਮ ਲੈ ਕੇ ਆਇਆ ਸੀ, ਜਿਹ 'ਚ ਹੋਬੀ ਧਾਲੀਵਾਲ, ਮਲਕੀਤ ਰੋਣੀ, ਦੀਪਕ ਰਾਜਾ, ਹੋਰ ਬੜੇ ਸਾਰੇ ਆਰਟਿਸਟ ਨੇ ਉਹ 'ਚ ਕੰਮ ਕੀਤਾ। ਉਹ 'ਚ ਦੱਸਿਆ ਕਿ ਮੂਲ ਮੰਤਰ ਕੀ ਹੈ, ਮੂਲ ਮੰਤਰ ਕਿੱਥੋਂ ਤੱਕ, ਮੂਲ ਮੰਤਰ ਪੜ੍ਹਨਾ ਕੀ ਹੁੰਦਾ, ਜਿਸ ਜਗ੍ਹਾ ਦੇ ਉੱਤੇ ਮੂਲ ਮੰਤਰ ਪੜ੍ਹਿਆ ਜਾਵੇ ਉੱਥੋਂ ਦਾ ਐਨਰਜੀ ਲੈਵਲ ਕੀ ਹੁੰਦਾ। ਇਹ ਤੁਸੀਂ ਫਿਲਮ ਦੇਖ ਸਕਦੇ ਹੈਗੇ ਹੋ, ਇਹ ਮੇਰੀਆਂ ਫਿਲਮਾਂ ਜਿੰਨੀਆਂ ਵੀ ਹੈਗੀਆਂ ਚੁਪਾਲ ਦੇ ਉੱਤੇ ਆਲਰੇਡੀ ਹੈਗੀਆਂ ਨੇ। ਫਿਰ ਉਸ ਤੋਂ ਬਾਅਦ ਫਿਲਮ ਬਣਾਈ ਮੈਂ ਜਿੰਦਰਾ, ਜਿੰਦਰਾ 'ਚ ਵੀ ਮੈਂ ਮੈਸੇਜ ਦਿੱਤਾ, ਸਭ ਤੋਂ ਵੱਖਰਾ ਮੈਸੇਜ ਸੀਗਾ, ਬਲੇ ਸੋ ਨਿਹਾਲ, ਹਾਂਜੀ ਆਪਾਂ ਉਸ ਅੱਜ 5 ਜਨਵਰੀ ਜਿਹਦੀ ਸਾਰਿਆਂ ਨੇ ਉਡੀਕ ਕਰਦੇ ਸੀ, ਉਹ ਦਿਹਾੜਾ ਆ ਗਿਆ। ਅੱਜ ਆਪਣਾ ਫਿਲਮ ਜੱਟਾ ਟੋਲੀ ਨਾਲ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ, ਅੱਜ ਆਪਾਂ ਪ੍ਰੀਮੀਅਰ 'ਤੇ ਖਲੋਤੇ ਹਾਂ।
ਫਿਲਮ ਇੱਕ ਐਕਸ਼ਨ ਰੋਮਾਂਟਿਕ ਫਿਲਮ ਹੈ ਜਿਵੇਂ ਹੁਣ ਅਸੀਂ ਦੱਸਿਆ, ਐਕਸ਼ਨ ਦਾ ਪਾਰਟ ਜਿਹੜਾ ਉਹ ਗੱਤਕੇ ਤੋਂ ਆਉਂਦਾ, ਸਾਡੀ ਰਵਾਇਤੀ ਖੇਡਾਂ, ਅਤੇ ਜਿਹੜਾ ਇੱਕ ਅਸੀਂ ਕੋਸ਼ਿਸ਼ ਕੀਤੀ ਇੱਕ ਬਹੁਤ ਪਿਆਰੀ ਜੀ ਕੈਮਿਸਟਰੀ, ਲਵ ਕੈਮਿਸਟਰੀ ਨੂੰ ਗੱਤਕੇ ਦੀ ਮਰਿਆਦਾ ਦਾ ਧਿਆਨ ਰੱਖਦੇ ਹੋਇਆਂ ਤੁਹਾਡੇ ਮੂਹਰੇ ਇੱਕ ਇਹੋ ਜਿਹਾ ਟੋਪਿਕ ਲੈ ਕੇ ਆ ਸਕੀਏ ਜੋ ਬੜਾ ਕ੍ਰੀਏਟਿਵ ਹੋਵੇ, ਬੜਾ ਐਂਟਰਟੇਨਿੰਗ ਹੋਵੇ, ਨਾਲ ਦੇ ਨਾਲ ਇੱਕ ਤੁਹਾਨੂੰ ਕੋਈ ਨਾ ਕੋਈ ਮੈਸੇਜ ਵੀ ਦੇਵੇ ਅਤੇ ਤੁਹਾਨੂੰ ਗੱਤਕਾ ਸਿੱਖਣ ਵਾਸਤੇ ਇੰਸਪਾਇਰ ਵੀ ਕਰੇ। ਫਿਲਮ ਅਸੀਂ ਕਿੰਨੀ ਬਾਖੂਬੀ ਬਣਾਈ ਆ, ਕਿੰਨੇ ਕੁ ਵਧੀਆ ਤਰੀਕੇ ਨਾਲ ਅਸੀਂ ਉਹਦੇ ਸੀਨ ਪਰੋਏ ਆ, ਕਿੰਨੇ ਕੁ ਗਾਣੇ, 6 ਗਾਣੇ ਜਿਹੜੇ ਕਿੰਨੇ ਕੁ ਬਾਖੂਬੀ ਅਸੀਂ ਪਰੋਏ ਆ, ਤੁਹਾਨੂੰ ਹੁਣ ਬਸ ਕੁਝ ਮਿੰਟਾਂ ਦਾ ਵੀ ਪਤਾ ਲੱਗ ਜਾਣਾ। ਆਪਾਂ ਸਾਰੇ ਜਣੇ ਨੇ ਹੁਣ ਫਿਲਮ ਦੇਖਣੀ ਆ, ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਕਰਦਾ, ਓਪਨਲੀ ਕਹਿੰਦਾ ਵਾਂ, ਕਿਸੇ ਨੇ ਵੀ ਸਾਡਾ ਦਿਲ ਰੱਖਣ ਲਈ ਇਹ ਨਹੀਂ ਕਹਿਣਾ ਵੀ ਫਿਲਮ ਭਾਜੀ ਬਹੁਤ ਵਧੀਆ, ਭਾਜੀ ਤੁਸੀਂ ਤਾਂ ਕਮਾਲ ਕਰ ਛੱਡੀ ਹੈ। ਜੋ ਆਪ ਜੀ ਦੇ ਜੈਨੂਇਨ ਫੀਡਬੈਕ ਹੋਣ, ਓਪਨਲੀ ਕਹਿ ਰਹੇ ਹੋ ਸਭ ਦੇ ਸਾਹਮਣੇ, ਤੁਸੀਂ ਉਹੀ ਕਹਿਣੇ ਆ, ਅਤੇ ਬਸ ਅਸੀਂ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕਰਦੇ ਹਾਂ ਜੀ, ਅਤੇ ਆਪਣੀ ਹੋਪ ਕਰਦੇ ਹਾਂ, ਆਸ਼ਾ ਕਰਦੇ ਹਾਂ ਤੁਹਾਨੂੰ ਸਾਡੇ ਕੀਤੇ ਐਫਰਟਸ ਤੁਹਾਨੂੰ ਪਸੰਦ ਆਉਣਗੇ ਜੀ। ਜੇ ਤੁਸੀਂ ਕੁਝ ਕੁਐਸਚਨ ਕਰਨਾ ਚਾਹੁੰਦੇ ਹੋ, ਅਸੀਂ ਸਾਰਿਆਂ ਨੇ ਖਲੋਤੇ ਤੁਹਾਡੇ ਕੋਲ ਹਾਜ਼ਰ ਹਾਂ ਜੀ, ਤੁਸੀਂ ਕਰ ਸਕਦੇ ਹੋ। ਜੀ ਭਾਜੀ, ਜਿਹੜਾ ਜਦੋਂ ਅਸੀਂ ਵੀ ਜਦੋਂ ਕੋਈ ਵੀ ਕੋਈ ਐਸਾ ਟੋਪਿਕ ਚੁਣਦੇ ਹਾਂ ਜਿਹੜਾ ਪਹਿਲਾਂ ਨਹੀਂ ਕੀਤਾ ਗਿਆ, ਉਹਦੇ ਲਈ ਪ੍ਰੈਪਰੇਸ਼ਨ ਕਰਨੀ ਲਾਜ਼ਮੀ ਤਾਂ ਹੈ ਹੀ ਹੈ, ਔਖੀ ਵੀ ਹੋ ਜਾਂਦੀ ਹੈ, ਕਿਉਂਕਿ ਜੇ ਇੰਡਸਟਰੀ ਦੇ ਵਿੱਚ ਉਹ ਚੀਜ਼ ਨਹੀਂ ਆਈ ਹੋਈ ਤਾਂ ਇੰਡਸਟਰੀ ਦੇ ਬੰਦਿਆਂ ਨੇ ਵੀ ਉਹੋ ਜਿਹੇ ਪ੍ਰੋਜੈਕਟ ਨਹੀਂ ਕੀਤੇ ਹੁੰਦੇ। ਲੇਕਿਨ ਸਾਡੀ ਜਿਹੜੀ ਫਿਲਮ ਹੈ ਉਹ ਗੱਤਕੇ ਦੇ ਆਧਾਰਿਤ ਆ। ਸਭ ਤੋਂ ਪਹਿਲੀ ਜਿਹੜੀ ਪਲੈਨਿੰਗ ਸਾਡੀ ਆਸਾਨ ਹੋਈ ਉਹ ਇਸੇ ਕਰਕੇ ਹੋਈ ਕਿ ਸਾਡੇ ਨਾਲ ਫਿਲਮ ਦੇ ਪ੍ਰੋਜੈਕਟ ਦੇ ਵਿੱਚ ਇਸ ਪ੍ਰੋਜੈਕਟ ਡਿਜ਼ਾਈਨਰ ਜਰਨੈਲ ਸਿੰਘ ਭਾਜੀ ਖਲੋਤੇ ਸੀ, ਜੋ ਮੇਰੇ ਨਾਲ ਮੌਜੂਦ ਵੀ ਨੇ, ਉਹ ਆਪ ਵੀ ਗੱਤਕੇ ਦੇ ਖਿਡਾਰੀ ਨੇ, ਸਾਰੀ ਮਰਿਆਦਾ ਦੇ ਨਾਲ ਉਹ ਚੰਗੇ ਜਾਣੂ ਵੀ ਨੇ, ਔਰ ਇੰਡਸਟਰੀ ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਇਹਨਾਂ ਨੂੰ ਕਿਸੇ ਵੀ ਪਹਿਚਾਣ ਦੀ ਜਿਹੜੀ ਹੈ ਉਹ ਮੁਹਤਾਜ ਨਹੀਂ ਹੈਗੇ। ਇਹਨਾਂ ਦੀ ਆਵਾਜ਼ ਜਿਹੜੀ ਹੈ ਉਹਦੇ ਉੱਤੇ ਪਤਾ ਲੱਗ ਜਾਂਦਾ ਵੀ ਜਰਨੈਲ ਸਿੰਘ ਜੀ ਦੀ ਆਵਾਜ਼ ਆ ਰਹੀ ਹੈ, ਅਤੇ ਸਾਨੂੰ ਦਿੱਕਤਾਂ ਜ਼ਰੂਰ ਆਈਆਂ ਇਸ ਸਟੋਰੀ ਦੇ ਕੰਸੈਪਟ ਤੋਂ ਲੈ ਕੇ ਇਹਨੂੰ ਸਿਨੇਮਾ ਘਰਾਂ ਤੱਕ ਲਿਆਉਣ ਤੱਕ, ਸਾਨੂੰ ਕਾਫੀ ਦਿੱਕਤਾਂ ਦਾ, ਕਾਫੀ ਰਿਜੈਕਸ਼ਨ ਦਾ, ਇੰਡਸਟਰੀ ਵੱਲੋਂ ਕਾਫੀ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ। ਬਟ ਅਸੀਂ ਜਦੋਂ ਟ੍ਰੇਲਰ ਰਿਲੀਜ਼ ਕੀਤਾ, ਸਾਨੂੰ ਉਸ ਵੇਲੇ ਇਸ ਗੱਲ ਦਾ ਪੱਕਾ ਅਹਿਸਾਸ ਹੋਇਆ, ਮਤਲਬ ਸਾਨੂੰ ਫੀਲਿੰਗ ਵੀ ਆਈ ਕਿ ਜਨਤਾ ਵੀ ਕੁਛ ਵੱਖਰਾ ਦੇਖਣਾ ਚਾਹੁੰਦੀ, ਜਨਤਾ ਸਾਡੇ ਨਾਲ ਖੜੀ ਆ, ਸਾਡੇ ਟ੍ਰੇਲਰ ਨੂੰ ਉਹਨਾਂ ਨੇ ਬਹੁਤ ਪਿਆਰ ਦਿੱਤਾ, ਅਤੇ ਉਮੀਦ ਕਰਦੇ ਹਾਂ ਫਿਲਮ ਵੀ ਉਹਨਾਂ ਨੂੰ ਬਹੁਤ ਪਸੰਦ ਆਊਗੀ। ਅਸੀਂ ਸਾਰੇ ਬੜੇ ਹੋਪਫੁੱਲ ਹੋ ਗਏ ਹਾਂ ਜੀ ਟ੍ਰੇਲਰ ਤੋਂ ਬਾਅਦ ਜੀ। ਹਾਂਜੀ ਹਾਂਜੀ, ਕਰੋ ਕੁਐਸਚਨ। ਜਰਨੈਲ ਬਾਈ ਨੂੰ ਵੀ ਕੁਐਸਚਨ ਕਰ ਸਕਦੇ ਹੋ ਤੁਸੀਂ, ਜਰਨੈਲ ਬਾਈ ਦੀ ਇਹ 'ਚ ਭੂਮਿਕਾ ਬਹੁਤ ਵੱਡੀ ਰਹੀ ਹੈ। ਦੇਖੋ, ਗੱਤਕੇ ਦੇ ਵਿੱਚ ਜਦੋਂ ਵੈਸੇ ਤਾਂ ਮਤਲਬ ਇੰਨੀ ਜ਼ਿਆਦਾ ਇਹਨਾਂ 'ਚ ਸਿੱਖਣ ਦੀ ਸ਼ਕਤੀ ਹੈਗੀ ਆ ਬਹੁਤ ਕਮਾਲ ਦੀ, ਔਰ ਐਕਟ ਵੀ ਬਹੁਤ ਕਮਾਲ ਦਾ ਕੀਤਾ ਕਿਸੇ ਨੇ, ਔਰ ਸਾਰੀ ਟੀਮ ਜਿਹੜੀ ਹੈਗੀ ਉਹ ਇਸ ਗੱਲ ਦੀ ਮੁਬਾਰਕਬਾਦ ਦੀ ਹੱਕਦਾਰ ਆ। ਔਰ ਇਸ ਦੇ ਵਿੱਚ ਜਦੋਂ ਗੱਤਕਾ ਸਿਖਾਉਣਾ ਸ਼ੁਰੂ ਕੀਤਾ, ਵਿਦਇਨ ਮਤਲਬ 10 ਕੁ ਦਿਨਾਂ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਸਿੱਖਿਆ। ਇਹਨਾਂ ਨੇ ਵੀ ਆਪਣਾ ਦੂਸਰਾ ਮੇਰਾ ਪੁੱਤਰ ਬਣਿਆ ਉਹ, ਅਤੇ ਇਹਨਾਂ ਸਾਰਿਆਂ ਨੇ, ਔਰ ਬਹੁਤ ਵਧੀਆ ਔਰ ਬੜੀ ਮਰਿਆਦਾ ਦੇ ਵਿੱਚ ਰਹਿ ਕੇ ਇਸ ਚੀਜ਼ ਨੂੰ ਦਿਖਾਇਆ ਗਿਆ ਕਿ ਕਿਤੇ ਵੀ ਜਿਹੜੇ ਲਵ ਸੀਨਸ ਵੀ ਹੈਗੇ ਨੇ ਉਹਦੇ 'ਚ ਵੀ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਹਾਂ ਇਹ ਲਵ ਸੀਨਸ ਮਤਲਬ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਬਣਵਾਏ ਗਏ ਨੇ, ਕੋਈ ਜ਼ਿਆਦਾ ਇਹ ਨਹੀਂ ਦਿਖਾਇਆ ਗਿਆ ਕਿ ਜੋ ਅੱਜ ਦੀਆਂ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ। ਬਹੁਤ ਵਧੀਆ ਢੰਗ ਦੇ ਨਾਲ ਇੱਕ ਹੰਕਾਰ ਨੂੰ ਲਲਕਾਰਦੇ ਹੋਏ, ਹੰਕਾਰ ਨੂੰ ਤੋੜਦੇ ਹੋਏ, ਔਰ ਜਿਹੜੀ ਹੈਗੀ ਆ ਇੱਕ ਬਦੀ ਦੇ ਉੱਤੇ ਸੱਚਾਈ ਦੀ ਜਿੱਤ, ਉਹ ਬਹੁਤ ਵੱਡੀ ਗੱਲ ਦਿਖਾਈ ਆ, ਬਦਲਾਵ ਦਿਖਾਇਆ ਬੰਦੇ ਦੇ ਵਿੱਚ ਕਿੱਦਾਂ ਚੇਂਜਿੰਗਸ ਆਉਂਦੀਆਂ ਨੇ। ਔਰ ਇਹ ਫਿਲਮ ਆਉਣ ਵਾਲੇ ਜਿਹੜੇ ਮਤਲਬ ਇਹ ਫਿਲਮ ਦੇ ਨਾਲ
ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਔਰ ਬਹੁਤ ਸੇਧ ਮਿਲੇਗੀ, ਜਿਹਦੇ 'ਚ ਨੌਜਵਾਨ ਤਾਂ ਕਿ ਉਹ ਆਪਣੇ ਧਰਮ ਦੇ ਨਾਲ ਪਰਿਪੱਕ ਵੀ ਹੋ ਸਕਣ ਔਰ ਸ਼ਸਤਰ ਵਿੱਦਿਆ ਦੇ ਨਾਲ ਵੀ ਜੁੜ ਸਕਣ। ਬਹੁਤ ਵਧੀਆ ਕੰਸੈਪਟ ਲੈ ਕੇ ਆਇਆ ਔਰ ਭੁਪਿੰਦਰ ਜੀ ਇਹਦੇ ਹੱਕ ਵੱਲੋਂ ਵਧਾਈ ਦੇ ਹੱਕਦਾਰ। ਹਾਂਜੀ, ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਅਤੇ ਮੈਂ ਮੀਡੀਆ ਨੂੰ ਇੱਥੇ ਆਉਣ 'ਤੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਹਿੰਦਾ ਜੀ। ਸੋ ਇਹ ਜਿਹੜੀ ਫਿਲਮ ਆ ਇਹ ਕੰਪਲੀਟ ਇੰਟਰਟੇਨਮੈਂਟ ਪੈਕੇਜ ਆ, ਉਹਦੇ ਵਿੱਚ ਜਿਹੜਾ ਬਿਊਟੀ ਪਾਰਟ ਆ ਫਿਲਮ ਦਾ ਉਹ ਹੈਗਾ ਗੱਤਕਾ, ਜਿਹੜਾ ਕਿ ਪਹਿਲਾਂ ਕਦੀ ਇੱਡੇ ਵੱਡੇ ਲੈਵਲ 'ਤੇ ਨਹੀਂ ਦਿਖਾਇਆ ਗਿਆ। ਆਪਾਂ ਨਗਰ ਕੀਰਤਨਾਂ ਜਾਂ ਸਟੇਜਾਂ 'ਤੇ ਵੇਖਦੇ ਹਾਂ, ਤੁਸੀਂ ਵੇਖੋਗੇ ਤਾਂ ਫਿਲਮ ਇੱਕ ਬਹੁਤ ਕਮਾਲ ਦਾ ਮੈਸੇਜ ਵੀ ਦਿੰਦੀ ਹੈ ਜੋ ਫਿਲਮ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗਾ। ਸੋ ਮੇਰੀ ਇੰਨੀ ਬੇਨਤੀ ਹੈ ਮੀਡੀਆ ਦੇ ਜ਼ਰੀਏ ਸਾਰਿਆਂ ਸੱਜਣਾ ਮਿੱਤਰਾਂ ਨੂੰ, ਆਡੀਅੰਸ ਨੂੰ, ਕਿ ਫਿਲਮ ਵੇਖਣ ਜ਼ਰੂਰ ਆਓ। ਦੱਸ ਵੈਸੇ ਬਹੁਤ ਸੋਹਣੀ ਲੱਗਦੀ ਹੈ। ਸਭ ਤੋਂ ਵਧੀਆ ਗੱਲ ਹੈ ਕਿ ਸਾਡੀ ਪੰਜਾਬ ਜਿੱਥੇ ਨਾ ਅਸੀਂ ਦੂਜੀਆਂ ਖੇਡਾਂ ਨੂੰ ਉਹ ਕਰਦੇ ਹਾਂ, ਉੱਥੇ ਸਾਨੂੰ ਮਾਰਸ਼ਲ ਆਰਟ ਗੱਤਕਾ ਜਿਹੜਾ ਹੈ, ਯਾਨੀ ਉਹਦੇ ਲਈ ਨੌਜਵਾਨਾਂ ਨੂੰ ਪ੍ਰੇਰਨਾਦਾਇਕ ਇੱਕ ਬਹੁਤ ਵਧੀਆ ਸੁਨੇਹਾ, ਜਿੱਥੇ ਬੁਮਰਾਹ ਜੀ ਦਾ, ਭੁਪਿੰਦਰ ਜੀ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਕਿ ਸਾਨੂੰ ਸੋਹਣੀ ਫਿਲਮ ਦੇਖਣ ਨੂੰ ਦਿੱਤੀ ਹੈ ਉਹਨਾਂ ਨੇ। ਅੱਛੀ ਫਿਲਮ ਹੈ ਔਰ ਸੋਹਣਾ ਮੈਸੇਜ ਹੈ। ਇੱਕ ਪਿਆਰ ਜਿਹੜਾ ਨਾ ਸਭ ਤੋਂ ਵੱਡੀ ਚੀਜ਼ ਹੈ, ਪਿਆਰ ਦਾ ਸੰਦੇਸ਼ ਹੈ ਨਾ ਜਿਹੜਾ, ਉਹ ਵੱਡੀ ਤੋਂ ਵੱਡੀ ਜਾਣੀ ਦੁਸ਼ਮਣੀ ਵੀ ਖਤਮ ਕਰ ਦਿੰਦਾ। ਥੈਂਕ ਯੂ। ਬਹੁਤ ਸੋਹਣੀ, ਬਹੁਤ ਸੁੰਦਰ, ਬਹੁਤ ਅੱਛੀ, ਇਮੋਸ਼ਨਲ ਔਰ ਹਾਰਟ ਟਚਿੰਗ। ਬਹੁਤ ਸੋਹਣੀ ਸਿੱਖੀ ਮਾਰਸ਼ਲ ਆਰਟ, ਇਮੋਸ਼ਨਲ ਫੁੱਲ ਦਸਤਾਰ ਨੂੰ ਵਧਾਵਾ ਦੇਣ ਵਾਸਤੇ ਬਹੁਤ ਵਧੀਆ ਫਿਲਮ ਹੈ। ਕਲਾਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ, ਧਾਰਮਿਕ ਅਤੇ ਇਮੋਸ਼ਨਲ ਲਿਆ ਤੋਂ ਬਹੁਤ ਵਧੀਆ ਜੀ, ਸਰਸੇ ਤੋਂ ਆਏ ਹਾਂ ਜੀ, ਬਹੁਤ ਵਧੀਆ ਲੱਗੀ। ਸਿੱਖ ਮਾਰਸ਼ਲ ਆਰਟ ਵੀ ਬਹੁਤ ਅੱਛਾ ਵਾਕਈ, ਅਤੇ ਸਿੱਖਿਆ ਵੀ ਸੀ ਬਹੁਤ ਜ਼ਿਆਦਾ। ਬਹੁਤ ਪਿਆਰੀ ਫਿਲਮ ਹੈ, ਬਹੁਤ ਅੱਛਾ ਚਾਹੀਦੀਆਂ ਨੇ, ਬਹੁਤ ਪਿਆਰੀ ਫਿਲਮ ਸੀ, ਸਾਰੀ ਬੈਸਟ ਟੀਮ, ਬੈਸਟ ਰਿਸਪੋਂਸ, ਬਹੁਤ ਵਧੀਆ ਲੱਗਿਆ। ਪਰ ਟਰੋਫੀ ਦਾ ਰਹਿ ਗਿਆ, ਟਰੋਫੀ ਜਿਹੜੀ ਲੈਣ ਆਇਆ ਸੀ ਉਹਨੂੰ ਫੜਾਉਣੀ ਚਾਹੀਦੀ ਸੀਗੀ। ਇਹਨਾਂ ਦੀ ਗੱਲ ਠੀਕ ਹੈ ਕਿ ਟਰੋਫੀ ਉਹ ਆਪਣਾ ਹੀਰੋਇਨ ਨੂੰ ਫੜਾਉਣੀ ਚਾਹੀਦੀ ਸੀ ਜਾਂ ਉਹਨਾਂ ਨੂੰ ਜਿਨ੍ਹਾਂ ਨੇ ਸਿਖਾਇਆ। ਗੁਰੂਆਂ ਨੇ ਸਾਨੂੰ ਬਹੁਤ ਅੱਛੀ ਸਟੋਰੀ ਹੈ, ਫੁੱਲ ਐਂਟਰਟੇਨਮੈਂਟ, ਮਸਟ ਵਾਚ। ਕੀ ਕਹੋਗੇ ਫਿਲਮ ਦੇ? ਆਪਾਂ ਤਾਂ ਕਹਿੰਦੇ ਬਹੁਤ ਵਧੀਆ ਫਿਲਮ ਹੈ, ਦੋ ਤਿੰਨ ਵਾਰੀ ਅੱਖਾਂ ਭਿੱਜ ਗਈਆਂ ਆਪਾਂ। ਕਿਦਾਂ ਲੱਗਾ ਐਜ਼ ਆਡੀਅੰਸ ਫਿਲਮ ਦੇ? ਬਹੁਤ ਵਧੀਆ ਜੀ, ਬਹੁਤ ਵਧੀਆ। ਜਦੋਂ ਸ਼ੂਟਿੰਗ ਹੋ ਰਹੀ ਸੀ ਸਾਨੂੰ ਲੱਗ ਰਿਹਾ ਸੀਗਾ ਫਿਲਮ ਚੱਲਣ ਵਾਲੀ ਨਹੀਂ ਹੈਗੀ, ਪਰ ਜਦੋਂ ਸਟੋਰੀ ਜੁੜੀ ਹੈ, ਸਾਰੀ ਦੇਖੀ ਸਟੋਰੀ, ਸਟੋਰੀ 'ਚ ਟਵਿਸਟ ਹੈ, ਸਟੋਰੀ 'ਚ ਰੋਮਾਂਸ ਹੈ, ਇੰਨਾ ਵਧੀਆ ਤਰੀਕੇ ਨਾਲ ਭੁਪਿੰਦਰ ਸਿੰਘ ਜੀ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਧਾਰਮਿਕ ਫਿਲਮ ਲੱਗਦੀ ਹੈ ਪਰ ਰੋਮਾਂਸ ਵੀ ਵਿੱਚ ਹੈਗਾ, ਪਰ ਕੋਈ ਓਬਜੈਕਸ਼ਨੇਬਲ ਗੱਲ ਵੀ ਨਹੀਂ ਹੈਗੀ। ਅਤੇ ਮਤਲਬ ਇੱਕ ਸੱਚਾ ਪਿਆਰ ਦੀ ਜਿੱਤ ਹੁੰਦੀ ਹੈ ਅਤੇ ਸੱਚੇ ਸਿੱਖ ਦੀ ਵੀ ਜਿੱਤ ਹੁੰਦੀ। ਤੁਹਾਨੂੰ ਕਿੱਦਾਂ ਦੀ ਲੱਗੀ ਜੀ? ਮੈਨੂੰ ਵਧੀਆ ਲੱਗੀ, ਸਪੈਸ਼ਲੀ ਸੈਕਿੰਡ ਹਾਫ ਮੈਨੂੰ ਬਹੁਤ ਪਸੰਦ ਆਇਆ। ਤੁਸੀਂ ਕੀ ਕਹੋ? ਬਾਕੀ ਫਿਲਮ ਸਾਰੀ ਵਧੀਆ ਜੀ, ਪਰ ਦਰਸ਼ਕਾਂ ਨੂੰ ਇੱਕ ਗੱਲ ਕਹਿਣਾ ਚਾਹਾਂਗੇ ਕਿ ਕਾਫੀ ਦੂਰ ਦੀਆਂ ਇੱਕੋ ਜਿਹੀਆਂ ਫਿਲਮਾਂ ਆ ਰਹੀਆਂ, ਕੁਛ ਚੇਂਜ ਲਿਆਉਂਦੀ ਹੈ ਇਸ ਟੀਮ ਨੇ, ਅਤੇ ਸਾਰੇ ਇਹ ਜਿਹੜੇ ਦਰਸ਼ਕ ਨੇ ਇਸ ਫਿਲਮ ਨੂੰ ਹੁੰਗਾਰਾ ਦੇਣ ਤਾਂ ਜੋ ਅੱਗੋਂ ਵੀ ਨਵੇਂ ਨਵੇਂ ਕਨਸੈਪਟ ਆਉਂਦੇ ਰਹਿਣ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ। ਕਿਵੇਂ ਲੱਗੀ ਫਿਲਮ? ਸੋਹਣੀ ਫਿਲਮ ਹੈ, ਸਪੋਰਟਸ ਨੂੰ ਸਮਾਜ ਨਾਲ ਜੋੜਨਾ, ਔਰ ਸਮਾਜ ਨਾਲ ਜਦੋਂ ਸਪੋਰਟਸ ਨਾਲ ਜੁੜਦਾ, ਔਰ ਸਭ ਤੋਂ ਵੱਡੀ ਗੱਲ ਉਸ ਮਾਰਸ਼ਲ ਆਰਟ ਨਾਲ ਜਿਹੜਾ ਗੁਰੂ ਸਾਹਿਬ ਦਾ ਬਖਸ਼ਾ। ਸੋ ਬਹੁਤ ਵਧੀਆ ਲੱਗਿਆ, ਸਮਾਜ ਦੇ ਵਿੱਚ ਗੱਤਕੇ ਦਾ ਕੀ ਯੋਗਦਾਨ ਹੈ, ਸਪੋਰਟਸ ਦਾ ਕੀ ਯੋਗਦਾਨ ਹੈ, ਕਿੰਨਾ ਕੁ ਵਧੀਆ ਬੰਦਾ ਨਸ਼ਿਆਂ ਤੋਂ ਵੀ ਦੂਰ ਰਹਿ ਸਕਦਾ ਹੈ। ਬਹੁਤ ਬਹੁਤ ਵਧੀਆ, ਗੁੱਡ ਕੰਸੈਪਟ, ਲਵਡ ਇਟ। ਕਿਰਨਦੀਪ ਲਿਖੀ,
ਕਿਰਨਦੀਪ ਆਈ ਐਮ ਰੀਅਲੀ ਇੰਪ੍ਰੈਸਡ, ਬਹੁਤ ਵਧੀਆ ਐਕਟਿੰਗ ਕੀਤੀ, ਬਹੁਤ ਸੋਹਣਾ, ਔਰ ਜੋ ਲਾਸਟ ਵਿੱਚ ਉਹਨੇ ਜੋ ਪੂਰਾ ਮਾਰਸ਼ਲ ਆਰਟ ਕਰਕੇ ਦਿਖਾਇਆ ਉਸ ਲੁਕਿੰਗ ਲਾਈਕ ਵੀ ਉਹਨੇ ਬਹੁਤ ਜਿਵੇਂ ਮਿਹਨਤ ਕੀਤੀ ਹੁੰਦੀ ਹੈ। ਹਾਂ, ਆਈ ਲਵਡ ਇਟ, ਉਹਨੂੰ ਕਹਿ ਕੇ ਵੀ ਆਈ ਐਮ ਰੀਅਲੀ ਇੰਪ੍ਰੈਸਡ। ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਬਹੁਤ ਵਧੀਆ। ਸੋ ਸਿੱਖ ਮਾਰਸ਼ਲ ਆਰਟਸ ਦੇ ਰਿਲੇਟਡ ਸਾਨੂੰ ਫਿਲਮ ਦੇਖਣ ਨੂੰ ਮਿਲੀ ਅੱਜ ਸਕਰੀਨ 'ਤੇ, ਔਰ ਇੱਕ ਡਿਫਰੈਂਟ ਸਟੋਰੀ ਸਾਹਮਣੇ, ਕੀ ਕਹੋਗੇ ਇਸ ਫਿਲਮ ਨੂੰ ਐਜ਼ ਅ ਆਡੀਅੰਸ ਦੇਖ ਕੇ ਕਿਵੇਂ ਲੱਗਾ? ਵਧੀਆ ਜੀ, ਵੱਡੇ ਪਰਦੇ 'ਤੇ ਫਿਲਮ ਵੇਖ ਕੇ ਬਹੁਤ ਵਧੀਆ ਲੱਗਿਆ, ਬੜੀ ਸਾਫ਼ ਸੁਥਰੀ ਫਿਲਮ ਔਰ ਗੱਤਕਾ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ। ਚਲੋ ਸ਼ੂਟ ਕੀਤੀ ਸਾਨੂੰ ਤਾਂ ਪਤਾ ਹੀ ਸੀਗਾ, ਪਰ ਮਤਲਬ ਮੈਂ ਸ਼ੂਟਿੰਗ ਤੋਂ ਬਾਅਦ ਪਹਿਲੀ ਵਾਰ ਹੁਣ ਫਿਲਮ ਵੇਖੀ, ਡਬਿੰਗ ਤਾਂ ਮਾੜੀ ਜਿਹੀ ਵੇਖੀ ਸੀ ਪਰ ਮੈਨੂੰ ਬਹੁਤ ਮਜ਼ਾ ਆਇਆ ਵੇਖ ਕੇ। ਕਿਰਨਦੀਪ ਲਈ ਕੀ ਕਹੋਗੇ, ਸਪੈਸ਼ਲੀ ਇੱਕ ਵਧੀਆ ਆਗਾਜ਼ ਉਹਨਾਂ ਨੇ ਕੀਤਾ? ਹਾਂਜੀ, ਨਹੀਂ ਕਿਰਨਦੀਪ ਬਹੁਤ ਮਿਹਨਤੀ ਮੁੰਡਾ ਜੀ, ਸੈੱਟ 'ਤੇ ਵੀ ਦੇਖਦਾ ਸੀਗਾ, ਮਤਲਬ ਪ੍ਰੋਡਿਊਸਰ ਵੀ ਸੀਗਾ ਕਿਰਨਦੀਪ ਔਰ ਹੀਰੋ ਵੀ ਲੀਡ ਵੀ ਕਰ ਰਿਹਾ ਸੀਗਾ, ਪਰ ਉਹ ਚੀਜ਼ ਦਿਖੀ ਨਹੀਂ ਉਹਦੇ ਵਿੱਚ ਸੈੱਟ 'ਤੇ ਕਿ ਮੈਂ ਲੀਡ 'ਚ ਆ ਮੈਂ ਜਾਂ ਮੈਂ ਪ੍ਰੋਡਿਊਸ ਵੀ ਕਰ ਰਿਹਾ ਨਾਲ, ਮਤਲਬ ਇੱਕ ਹੰਬਲ ਹੋ ਕੇ ਬੜਾ ਟਕਾ ਕੇ ਹਰ ਇੱਕ ਨੂੰ ਪੁੱਛਣਾ, ਹਰ ਇੱਕ ਨਾਲ ਗੱਲਬਾਤ ਕਰਨੀ ਔਰ ਆਪਣੇ ਕੰਮ ਵਾਲੇ ਪਾਸੇ ਧਿਆਨ ਦੇਣਾ, ਬੜਾ ਵਧੀਆ ਰਿਹਾ ਐਕਸਪੀਰੀਅੰਸ ਕਿਰਨਦੀਪ ਦੇ ਨਾਲ। ਸੋ ਸਿਨੇਮਾ ਦਾ ਰਿਐਲਿਟੀ ਦੇ ਨੇੜੇ ਹੋਣਾ ਕਿੰਨਾ ਕੁ ਜ਼ਰੂਰੀ ਹੁੰਦਾ ਆ? ਤੁਸੀਂ ਸਿਨੇਮਾ ਨਾਲ ਲੰਬੇ ਸਮੇਂ ਤੋਂ ਜੁੜੇ? ਨਹੀਂ ਦੇਖੋ ਜੀ, ਰਿਐਲਿਟੀ ਹੀ ਸਿਨੇਮਾ ਆ, ਸਿਨੇਮਾ ਅਸਲ 'ਚ ਸਮਾਜ ਦਾ ਆਈਨਾ ਆ, ਸ਼ੀਸ਼ਾ ਸਮਾਜ ਦਾ, ਜੋ ਸਮਾਜ ਵਿੱਚ ਹੁੰਦਾ ਆ ਉਹ ਸਿਨੇਮੇ ਦੇ ਵਿੱਚ ਅਸੀਂ ਉੱਥੋਂ ਹੀ ਚੀਜ਼ਾਂ ਪਿੱਕ ਕਰਕੇ ਸਿਨੇਮੇ 'ਤੇ ਲੈ ਕੇ ਆਉਂਦੇ। ਸੋ ਇਹ ਬਿਲਕੁਲ ਡਿਫਰੈਂਟ ਤਰ੍ਹਾਂ ਦਾ, ਨਵੇਂ ਸਾਲ ਦਾ 2024 ਦਾ ਆਗਾਜ਼ ਹੋਇਆ, ਸੋ ਲੋਕਾਂ ਨੂੰ ਜ਼ਰੂਰ ਵੇਖਣੀ ਚਾਹੀਦੀ ਹੈ ਫਿਲਮ। ਸਿਨੇਮਾ ਦਾ ਗੀਤਾਂ ਦਾ ਬੜਾ ਪ੍ਰਭਾਵ ਪੈਂਦਾ ਆਡੀਅੰਸ 'ਤੇ, ਅਤੇ ਜਦੋਂ ਕੋਈ ਪੋਜ਼ਿਟਿਵ ਚੀਜ਼ ਲਈ ਮੋਟੀਵੇਟ ਕੀਤਾ ਜਾਵੇ ਤਾਂ ਉਹ ਹੋਰ ਵੀ 4 ਚੰਦ ਲੱਗ ਜਾਂਦੇ ਨੇ। ਸੋ ਤੁਹਾਨੂੰ ਲੱਗਦਾ ਕਿ ਜੇ ਫਿਲਮਸ ਇੱਦਾਂ ਦੇ ਟੋਪਿਕਸ ਚੱਕੇਗੀ ਜਾਂ ਫਿਰ ਫਿਲਮਾਂ ਦੇ ਜ਼ਰੀਏ ਇਹੋ ਜਿਹੀਆਂ ਚੀਜ਼ਾਂ ਦਿਖਾਈਆਂ ਜਾਣਗੀਆਂ ਤਾਂ ਸਾਡੇ ਪੰਜਾਬ ਲਈ, ਨੌਜਵਾਨਾਂ ਲਈ ਇਹ ਵੱਡੀ ਗੱਲ? ਹਾਂਜੀ, ਦੇਖੋ ਆਹ ਸਾਲ ਬੜੇ ਕਮਾਲ ਦੀਆਂ ਫਿਲਮਾਂ ਨੇ ਸਾਡੇ ਆਪਣੇ ਪ੍ਰੋਡਕਸ਼ਨ ਹਾਊਸ ਵਿੱਚ ਵੀ ਔਰ ਹੋਰ ਪ੍ਰੋਡਕਸ਼ਨ ਹਾਊਸ ਵੀ ਬਣਾ ਰਹੇ ਆ। ਦੋ ਫਿਲਮਾਂ ਮਤਲਬ ਰਿਲੀਜੀਅਸ ਟੋਪਿਕ 'ਤੇ ਵੱਡੀਆਂ ਆ ਰਹੀਆਂ ਨੇ, ਬਹੁਤ ਵਧੀਆ। ਪਿੱਛੇ ਜਿਹੇ ਗਿੱਪੀ ਭਾਈ ਨੇ ਵੀ ਅਨਾਊਂਸ ਕੀਤੀ ਸੀ ਇੱਕ ਫਿਲਮ ਸ਼ੇਰਾਂ ਦੀ ਕੌਮ, ਉਹ ਵੀ ਬੜਾ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ। ਇੱਦਾਂ ਦੀਆਂ ਫਿਲਮਾਂ ਆ ਰਹੀਆਂ ਨੇ ਔਰ ਮਹਾਰਾਣੀ ਜਿੰਦਾਂ ਦੇ ਉੱਤੇ ਨਿਮਰਤ ਖਹਿਰਾ ਜੀ ਦੇ ਨਾਲ ਇੱਕ ਫਿਲਮ ਅਨਾਊਂਸ ਹੋਈ ਆ, ਬੜੀ ਵੱਡੀ ਗੱਲ ਆ। ਬੋਤਾ ਸਿੰਘ ਗਰਜਾ ਸਿੰਘ ਜਸਟ ਬਸ ਤਿਆਰ ਹੀ ਆ ਹੁਣ ਜੀ, ਉਹ ਵੀ ਛੇਤੀ ਰਿਲੀਜ਼ ਕਰਾਂਗੇ। ਦਾਸਤਾਨ ਅਨਾਊਂਸ ਕਰਨ ਜਾ ਰਿਹਾ ਰਿਦਮ ਵਾਇਸ, ਬੜੀ ਵੱਡੀ ਗੱਲ ਆ, ਬਹੁਤ ਪੁਰਾਣਾ ਸਬਜੈਕਟ, 7-8 ਸਾਲ ਤੋਂ ਉੱਤੇ ਵਰਕ ਚੱਲਣ ਡਿਆ, ਆਫਟਰ ਆਲ ਹੁਣ ਫਲੋਰ 'ਤੇ ਆਉਣ ਲੱਗੀ ਫਿਲਮ। ਸੋ ਮੈਨੂੰ ਲੱਗਦਾ ਆਹ ਸਾਲ ਜਿਹੜਾ ਆ ਉਹ ਇੱਦਾਂ ਦੀਆਂ ਧਾਰਮਿਕ ਫਿਲਮਾਂ ਦਾ ਦੌਰ ਰਹਿਣਾ। ਸਾਡੇ ਕਿਹੜੇ ਕਿਹੜੇ ਪ੍ਰੋਜੈਕਟਸ ਨੇ ਅਤੇ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ? ਦੱਸੇ ਸਾਰੇ ਆਪਣੀ ਹੈ ਜੀ, ਕਿਤੇ ਧਰਮ ਹੋਵੇ ਤਾਂ ਅਸੀਂ ਨਾ ਹੋਈਏ। ਹਾਂਜੀ, ਨਾਲ ਹੀ ਹਾਂ ਜੀ, ਹਾਂਜੀ, ਹਿੱਸਾ ਹੋਣਾ ਜ਼ਰੂਰੀ, ਸਾਡੇ ਪ੍ਰੋਜੈਕਟ ਨਹੀਂ ਉਹਨਾਂ ਪ੍ਰੋਜੈਕਟਾਂ ਦਾ ਹਿੱਸਾ ਹੋਣਾ ਬੜੀ ਵੱਡੀ ਗੱਲ ਹੈ। ਜਿਹੜੇ ਲੋਕ ਤੁਹਾਨੂੰ ਪਿਆਰ ਕਰਦੇ ਨੇ, ਦੇਖਦੇ ਨੇ, ਉਹਨਾਂ ਲਈ ਕੀ ਕਹੋਗੇ? ਇਹੀ ਹੈ ਵੀ ਨਵਾਂ ਸਾਲ ਚੜ੍ਹ ਗਿਆ ਜੀ, ਪੰਜਾਬੀ ਕਿਸੇ ਵੀ ਪ੍ਰੋਡਕਸ਼ਨ ਹਾਊਸ ਦੀ ਫਿਲਮ ਹੋਵੇ ਜ਼ਰੂਰ ਵੇਖੋ, ਪੰਜਾਬੀ ਪੜ੍ਹੋ, ਪੰਜਾਬੀ ਬੋਲੋ, ਪੰਜਾਬੀ ਹੋਣ 'ਤੇ ਮਾਣ ਕਰੋ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸਰ। ਸੋ ਅੱਜ ਮੇਰੇ ਨਾਲ 2 ਅਜਿਹੇ ਸ਼ਖਸ ਮੌਜੂਦ ਨੇ ਜੋ ਕਿ ਕਹਿ ਲਈਏ ਕਿ ਪਰਦੇ ਦੇ ਪਿੱਛੇ ਹੁੰਦੇ ਨੇ, ਪਰ ਜਦੋਂ ਸਕਰੀਨਸ 'ਤੇ ਕੁਛ ਵੇਖਣਾ ਹੁੰਦਾ ਹੈ ਨਾ ਤਾਂ ਉਸ ਦੇ ਪਿੱਛੇ ਇਹਨਾਂ ਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ। ਮੋਨੂ ਜੀ ਫਾਈਟ ਮਾਸਟਰ ਨੇ ਅਤੇ ਸੁਖਵੰਤ ਸਰ ਜਿਨ੍ਹਾਂ ਨੇ ਆਰਟ ਡਾਇਰੈਕਸ਼ਨ ਕੀਤੀ ਹੈ, ਮੌਡ ਫਿਲਮ ਦੀ ਵੀ ਕੀਤੀ ਹੈ, ਰਾਈਟ? ਐਂਡ ਇਸ ਜੱਟਾ ਡੋਲੀਨਾ ਦੇ ਵਿੱਚ ਵੀ ਇਹਨਾਂ ਦਾ ਕੰਟਰੀਬਿਊਸ਼ਨ ਹੈ। ਸੋ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਇਹ ਦੱਸੋ ਪਹਿਲਾਂ ਇੰਟਰਵਿਊ ਦੇਣ ਤੋਂ ਭੱਜ ਕਿਉਂ ਰਹੇ ਸੀ? ਨਹੀਂ ਵੈਸੇ ਹੀ ਨਹੀਂ, ਉਸਤਾਦ ਜੀ ਸਭ ਤੋਂ ਪਹਿਲਾਂ ਹੈਗੀ ਸੀਗੀ ਅਤੇ ਰੋਬੇ ਜੀ ਉਸਤਾਦ ਜੀ ਪਹਿਲਾਂ ਹੋਣਗੇ ਆਲਵੇਸ ਫਸਟ। ਸੋ ਦੈਟਸ ਵਾਈ। ਸੋ ਜਰਨੈਲ ਸਰ ਉਹਨਾਂ ਦੇ ਨਾਲ ਹੀ ਹੁੰਦੇ ਹੋ ਜ਼ਿਆਦਾਤਰ? ਹਾਂਜੀ, ਮੋਸਟ ਆਫ ਉਹਨਾਂ ਨੇ ਹੀ ਮੈਨੂੰ ਪੰਜਾਬ 'ਚ ਇੰਟਰੋਡਿਊਸ ਕੀਤਾ ਸੀ। ਬੇਸਿਕਲੀ ਆਈ ਐਮ ਫਰੋਮ ਹਰਿਆਣਾ, ਮੈਂ ਪਹਿਲਾਂ ਬੰਬੇ ਸੀਗਾ ਜੀ,
ਐਂਡ 9 ਸਾਲ ਪਹਿਲਾਂ ਮੈਂ ਪੰਜਾਬ 'ਚ ਐਂਟਰ ਹੋਇਆ ਸੀਗਾ। ਇਹਨਾਂ ਨੇ ਮੈਨੂੰ, ਅਸੀਂ ਫਸਟ ਟਾਈਮ ਮਿਲੇ ਸੀਗੇ ਰਣਜੀਤ ਬਾਵੀ ਦੀ ਡੈਬਿਊ ਫਿਲਮ ਆਈ ਸੀਗੀ ਤੂਫਾਨ ਸਿੰਘ, ਉੱਥੇ ਅਸੀਂ ਫਸਟ ਟਾਈਮ ਮਿਲੇ ਸੀਗੇ। ਉਸ ਤੋਂ ਬਾਅਦ ਭਾਜੀ ਨੇ ਮੈਨੂੰ ਚਾਂਸ ਦਿੱਤਾ ਸੀਗਾ ਸਾਹਿਬ ਬਹਾਦਰ ਦੇ ਵਿੱਚ, ਐਮ ਬੀ ਭਾਈ ਦੀ ਫਿਲਮ, ਉਹ ਮੇਰੀ ਫਸਟ ਫਿਲਮ ਸੀਗੀ। ਉਸ ਤੋਂ ਬਾਅਦ ਮੈਂ ਪੰਜਾਬ 'ਚ ਲੌਂਚ ਹੋਇਆ ਐਂਡ ਨਾਓ ਆਈ ਐਮ ਡਨ ਆਲਰੇਡੀ ਨੀਅਰ ਅਬਾਊਟ 55-50 ਫਿਲਮਸ ਇਨ ਐਜ਼ ਏ ਐਕਸ਼ਨ ਡਾਇਰੈਕਟਰ ਡਨ ਭਾਜੀ ਦੀ ਬਦੌਲਤ। ਯੈਸ, ਸੋ ਫਾਈਟ ਮਾਸਟਰ ਦਾ ਨਾਮ ਤੋਂ ਕਿਤੇ ਨਾ ਕਿਤੇ ਅੰਦਾਜ਼ਾ ਲੱਗ ਜਾਂਦਾ ਹੁੰਦਾ ਵੀ ਇਹ ਫਾਈਟ ਸੀਨਸ ਕਰਾਉਂਦੇ, ਆਰਟ ਡਾਇਰੈਕਸ਼ਨ ਵਾਲਿਆਂ ਦਾ ਨਹੀਂ ਪਤਾ ਲੱਗਦਾ ਹੁੰਦਾ ਵੀ ਕੀ ਕੁਛ ਡਿਜ਼ਾਈਨ ਕਰਦੇ ਨੇ, ਹੈ ਨਾ ਇਹ। ਸੋ ਮੈਂ ਜ਼ਰੂਰ ਚਾਹਾਂਗੀ ਪਹਿਲਾਂ ਆਪਣੀ ਜੋਬ ਬਾਰੇ ਦਰਸ਼ਕਾਂ ਨੂੰ ਦੱਸੋ ਕਿ ਕੀ ਕੁਝ ਪਰਟੀਕੁਲਰਲੀ ਇੱਕ ਆਰਟ ਡਾਇਰੈਕਟਰ ਨੂੰ ਕਰਨਾ ਪੈਂਦਾ ਆ। ਐਕਚੁਅਲੀ ਮੇਰੀ ਜੋਬ ਜਿਵੇਂ ਹੁਣ ਇੱਕ ਆਰਟ ਡਾਇਰੈਕਟਰ ਆ, ਉਹ ਪਿਛਲੇ ਵੈਸੇ ਤਾਂ ਉਹ ਪਰਦੇ ਦੇ ਪਿੱਛੇ ਰਹਿੰਦਾ ਜੀ। ਉਹ ਬੇਸਿਕਲੀ ਇੱਕ ਸੈਟਅਪ ਜੋ ਹੁੰਦਾ, ਜੋ ਫਿਲਮ ਦੇ ਵਿੱਚ ਤੁਸੀਂ ਦੇਖਦੇ ਹੋ, ਜਿਸ ਦੇ ਉੱਪਰ ਸਾਰੀ ਪਰਫੋਰਮੈਂਸ ਹੁੰਦੀ ਹੈ, ਇੱਕ ਸੈਟਅਪ ਡਿਜ਼ਾਈਨ ਹੁੰਦਾ ਜੋ, ਉਹ ਸਾਰਾ ਸੈਟਅਪ ਡਿਜ਼ਾਈਨ ਇੱਕ ਆਰਟ ਡਾਇਰੈਕਟਰ ਵੱਲੋਂ ਕੀਤਾ ਜਾਂਦਾ ਜੀ। ਉਹਦੇ ਵਿੱਚ ਜੋ ਵੀ ਪ੍ਰੋਪਸ ਸੀਕੁਐਂਸ ਦੇ ਅਕੋਰਡਿੰਗ ਜੋ ਵੀ ਕੋਈ ਪ੍ਰੋਪਸ ਹੁੰਦੇ ਆ, ਉਹ ਇੱਕ ਆਰਟ ਡਾਇਰੈਕਟਰ ਜੋ ਹੈ ਉਹ ਸਾਰਾ ਪਲਾਨ ਕਰਦਾ ਓਵਰਆਲ, ਫਿਰ ਉਹ ਸੈਟਅਪ ਡਿਜ਼ਾਈਨ ਨੂੰ ਉਹ ਸਾਰਾ ਕ੍ਰੀਏਟ ਕਰਦਾ ਜੀ। ਉਹ ਉਸ ਅਕੋਰਡਿੰਗ ਫਿਰ ਸਾਰਾ ਸੀਕੁਐਂਸ ਹੁੰਦਾ ਜੀ ਉਸ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਥੈਂਕ ਯੂ ਸੋ ਮਚ ਸਾਰੇ ਮੀਡੀਆ ਦਾ ਜੋ ਸਾਡੀ ਮੂਵੀ ਲਈ ਆਏ ਨੇ ਅੱਜ ਦੇਖਣ। ਸਾਡੀ ਮੂਵੀ ਰਿਲੀਜ਼ ਹੋਈ ਹੈ, ਨਵੇਂ ਸਾਲ ਦੀ ਪਹਿਲੀ ਮੂਵੀ ਮੇਰੀ, ਬਹੁਤ ਖੁਸ਼ੀ ਦੀ ਗੱਲ ਆ ਕਿ ਨਵੇਂ ਸਾਲ 'ਤੇ ਪਹਿਲੀ ਮੂਵੀ ਮੇਰੇ ਹਿੱਸੇ ਆਈ। ਐਂਡ ਥੈਂਕ ਯੂ ਸੋ ਮਚ, ਪਹਿਲਾਂ ਮੈਂ ਬਹੁਤ ਜ਼ਿਆਦਾ ਨਰਵਸ ਸੀ, ਐਕਸਾਈਟਡ ਸੀ, ਬਹੁਤ ਮਿਕਸ ਫੀਲਿੰਗ ਸੀਗੀ, ਬਟ ਜਦੋਂ ਮੂਵੀ ਦੇਖੀ ਹੈ ਤਾਂ ਇੰਨੀ ਕੁ ਜ਼ਿਆਦਾ ਰਿਲੈਕਸ ਹਾਂ, ਸੀਰੀਅਸਲੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ, ਇੰਨਾ ਜ਼ਿਆਦਾ ਪਿਆਰ ਮਿਲ ਗਿਆ, ਇੰਨਾ ਜ਼ਿਆਦਾ ਮਤਲਬ ਹਰ ਕਿਸੇ ਦੇ ਮੂੰਹ 'ਚੋਂ ਇਹੀ ਨਿਕਲ ਰਿਹਾ ਸੀ ਵਾਓ, ਬਹੁਤ ਸੋਹਣਾ ਕੰਸੈਪਟ ਆ, ਬਹੁਤ ਸੋਹਣੀ ਮੂਵੀ ਆ, ਬਹੁਤ ਸੋਹਣਾ ਕੰਮ ਆ। ਐਂਡ ਥੈਂਕ ਯੂ ਸੋ ਮਚ, ਤੁਸੀਂ ਹਮੇਸ਼ਾ ਹੀ ਮੈਨੂੰ ਪਿਆਰ ਕਰਦੇ ਹੋ, ਹਮੇਸ਼ਾ ਮੇਰੇ ਕੰਮ ਨੂੰ ਸਪੋਰਟ ਕਰਦੇ ਹੋ, ਬਸ ਤੁਹਾਡੇ ਤੋਂ ਹਮੇਸ਼ਾ ਮੈਨੂੰ ਚਾਹੀਦਾ ਕਿ ਤੁਸੀਂ ਹਮੇਸ਼ਾ ਮੈਨੂੰ ਪਿਆਰ ਕਰੋ ਮੇਰੇ ਕੰਮ ਨੂੰ, ਜਿੱਦਾਂ ਮੈਨੂੰ ਹਮੇਸ਼ਾ ਮੈਨੂੰ ਕੰਮ ਨੂੰ ਪਿਆਰ ਮਿਲਿਆ, ਇੱਦਾਂ ਹੀ ਮੇਰੇ ਕੰਮ ਨੂੰ ਪਿਆਰ ਦਿੰਦੇ ਰਹੋ। ਥੈਂਕ ਯੂ ਸੋ ਮਚ। ਮੈਨੂੰ ਬਹੁਤ ਸੋਹਣੀ ਸਕ੍ਰਿਪਟ ਲੱਗੀ ਸੀ ਜਦੋਂ ਮੇਰੇ ਕੋਲ ਸਕ੍ਰਿਪਟ ਆਈ ਆ, ਅਤੇ ਉੱਦਾਂ ਮੈਨੂੰ, ਮੈਂ ਸਭ ਤੋਂ ਪਹਿਲਾਂ ਹਰ ਕੋਈ ਆਰਟਿਸਟ ਆਪਣਾ ਕਰੈਕਟਰ ਦੇਖਦਾ ਹੈ ਕਿੰਨਾ ਆ, ਅਤੇ ਮੈਂ ਇਹੀ ਦੇਖਿਆ ਕਿ ਮੇਰਾ ਕੰਮ ਕਿੰਨਾ ਆ, ਕਿੰਨੇ ਮੇਰੇ ਇਹਦੇ ਸ਼ੇਡਸ ਨੇ, ਅਤੇ ਮੈਂ ਕਿੱਦਾਂ ਨਿਭਾ ਪਾਊਂਗੀ, ਕਿਉਂਕਿ ਮੈਨੂੰ ਇਹ ਸੀਗਾ ਕਿ ਜਦ ਮੈਂ ਜਿਹਦੇ ਵੇ ਇਹਦੇ ਵਿੱਚ ਬਹੁਤ ਸਿੰਪਲ ਕੁੜੀ ਦਿਖਾਈ ਹੋਈ ਆ, ਜਿਹੜੀ ਕਿ ਆਪਣੇ ਹਮੇਸ਼ਾ ਆਪਣੇ ਪਹਿਰਾਵੇ ਸੂਟ ਸਲਵਾਰ ਵਿੱਚ ਰਹਿੰਦੀ ਆ, ਅਤੇ ਉਹਨੂੰ ਚਾਹੇ ਕਲੱਬ ਹੋਵੇ, ਚਾਹੇ ਉਹ ਕਿਤੇ ਵੀ ਹੋਵੇ, ਚਾਹੇ ਕੰਟਰੀ ਬਾਹਰ ਗਈ ਆ ਕੈਨੇਡਾ 'ਚ, ਅਤੇ ਉੱਥੇ ਜਾ ਕੇ ਵੀ ਉਹਨੇ ਸੂਟ ਪਾਇਆ ਹੋਇਆ, ਅਤੇ ਉਹ ਆਪਣੇ ਕਲਚਰ ਨੂੰ ਨਹੀਂ ਭੁੱਲਦੀ, ਆਪਣੀ ਫੈਮਿਲੀਜ਼ ਦੇ ਦਿੱਤੇ ਹੋਏ ਸੰਸਕਾਰਾਂ ਨੂੰ ਨਹੀਂ ਭੁੱਲਦੀ, ਅਤੇ ਆਪਣੀ ਮਰਿਆਦਾ ਵਿੱਚ ਰਹਿੰਦੀ ਆ। ਅਤੇ ਮੈਨੂੰ ਬਹੁਤ ਵਧੀਆ ਲੱਗਿਆ ਸੀਗਾ ਇਹ ਸਕ੍ਰਿਪਟ, ਕਿਉਂਕਿ ਡਿਫਰੈਂਟ ਸੀ, ਕੁਛ ਮਾਰਸ਼ਲ ਆਰਟ ਤਾਂ ਅੱਜ ਤੱਕ ਨਹੀਂ ਸੀ ਆਇਆ ਇੰਡਸਟਰੀ ਵਿੱਚ, ਅਸੀਂ ਚਾਹੁੰਦੇ ਸੀਗੇ ਕਿ ਥੋੜ੍ਹਾ ਜਿਹਾ ਕੁਛ ਹੱਟ ਕੇ ਲੈ ਕੇ ਆਈਏ, ਪਰ ਸੀਰੀਅਸਲੀ ਮਜ਼ਾ ਆ ਗਿਆ ਤੁਹਾਡਾ, ਇੰਨਾ ਜ਼ਿਆਦਾ ਪਿਆਰ ਮਿਲ ਰਿਹਾ, ਥੈਂਕ ਯੂ। ਨੋ ਨੋ, ਇਹਦੇ ਵਿੱਚ ਮੇਰਾ ਕੰਮ ਹੀ ਨਹੀਂ ਸੀ ਮਾਰਸ਼ਲ ਆਰਟ ਦਾ, ਨਹੀਂ ਇਹ ਬਹੁਤ ਸਾਡੇ ਗੁਰੂਆਂ ਦੀ ਦੇਣ ਆ, ਸਿੱਖ ਮਾਰਸ਼ਲ ਆਰਟ ਇਹ ਆਏ ਅਸੀਂ ਜਸਟ ਐਵੇਂ, ਕੋਈ ਖੇਡ ਨਹੀਂ ਹੈਗੀ, ਬਹੁਤ ਸੌਖੀ ਖੇਡ ਨਹੀਂ ਹੈਗੀ, ਗੁਰੂਆਂ ਦੀ ਬਖਸ਼ੀ ਹੋਈ ਸਾਨੂੰ ਦੇਣਾ,
ਅਤੇ ਸਿੱਖ ਮਾਰਸ਼ਲ ਆਰਟ ਬਹੁਤ ਵੱਡਾ ਨਾਮ ਆ ਅਤੇ ਅਸੀਂ ਸਿਰਫ ਉਹਨੂੰ ਇੱਕ ਅਲੱਗ ਤਰੀਕੇ ਨਾਲ ਫਿਲਮਾਉਣ ਦੀ ਕੋਸ਼ਿਸ਼ ਕੀਤੀ ਆ ਅਤੇ ਥੈਂਕ ਯੂ ਸੋ ਮਚ, ਤੁਸੀਂ ਹਮੇਸ਼ਾ ਪਿਆਰ ਦਿੱਤਾ ਹੈ, ਇੱਦਾਂ ਹੀ ਪਿਆਰ ਦੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਜੀ ਸਾਰਿਆਂ ਦੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਸੋ ਵੈਰੀ ਮਚ ਜੀ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ। ਤੁਸੀਂ ਆਪਦਾ ਟਾਈਮ ਕੱਢਿਆ ਹੈ ਨਾ, ਤੁਸੀਂ ਸਾਡੇ ਲਈ ਆਏ, ਤੁਸੀਂ ਸਾਰਿਆਂ ਨੇ ਬੜੀ ਪੇਸ਼ੈਂਟਲੀ ਇਹ ਚੀਜ਼, ਸਾਡੀ ਫਿਲਮ ਜਿਹੜੀ ਆ ਉੱਥੇ ਸਕ੍ਰੀਨਿੰਗ ਹੋ ਰਹੀ ਸੀ, ਤੁਸੀਂ ਬੜੀ ਪੇਸ਼ੈਂਟਲੀ ਦੇਖੀ, ਵਿੱਚ 5-6 ਸੀਨ ਆਏ, ਤੁਸੀਂ ਤਾਲੀਆਂ ਵੀ ਵਜਾਈਆਂ ਸਾਰਿਆਂ ਨੇ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਮੈਂ ਬਹੁਤ ਤੁਸੀਂ ਹਰ ਵਾਰੀ ਮੇਰਾ ਨਾਮ ਗਲਤ ਲੈ ਲੈਂਦੇ ਹੋ, ਵਾਰ ਵਾਰ ਕਹਿ ਕੇ ਦੱਸ ਗਿਆ। ਚਲੋ ਕੋਈ ਗੱਲ ਨਹੀਂ, ਪਿਆਰ ਨਾਲ ਕੋਈ ਵੀ ਤੁਹਾਨੂੰ ਕਿਸੇ ਵੀ ਨਾਮ ਤੋਂ ਸੱਦੇ, ਜ਼ਰੂਰੀ ਹੈ ਨਹੀਂ ਨਾ ਕਿ ਤੁਹਾਡਾ ਜ਼ਰੂਰੀ, ਸਾਨੂੰ ਕੋਈ ਪਿਆਰ ਨਾਲ ਸਾਦਾ ਗਿਆ ਜ਼ਰੂਰੀ ਹੈ। ਥੈਂਕ ਯੂ ਜੀ, ਥੈਂਕ ਯੂ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਜੀ। ਮੈਨੂੰ ਅੱਜ ਇਹ ਫੀਲਿੰਗ ਆ ਰਹੀ ਹੈ ਕਿ ਇੱਕ ਸੋਚ ਲੈ ਕੇ ਮੈਂ ਸੀ ਇਸ ਟੋਪਿਕ ਦੇ ਨਾਲ, ਬੜੀਆਂ ਮੁਸ਼ਕਿਲਾਂ ਦੇ ਨਾਲ ਇੱਥੇ ਤੱਕ ਪਹੁੰਚੇ ਹਾਂ ਜੀ ਆਪਾਂ। ਅੱਜ ਯਕੀਨ ਮੰਨਣਾ, ਗੱਤਕੇ ਨੂੰ ਸਿੱਖ ਮਾਰਸ਼ਲ ਆਰਟ ਨੂੰ ਵੱਡੇ ਪੱਧਰ 'ਤੇ ਦੇਖ ਕੇ ਉਹਦਾ ਪਾਰਟ ਮੈਂ ਬਣਿਆ, ਮੈਨੂੰ ਮੈਨੂੰ ਇਹ ਫੀਲਿੰਗ ਆ ਰਹੀ ਜਿਵੇਂ ਨਾ, ਮਤਲਬ ਗੱਤਕਾ ਨਾ ਮੇਰੇ ਦਿਲ ਦੇ ਨੇੜੇ ਆ ਬਹੁਤ, ਮੈਂ ਤੁਹਾਨੂੰ ਸੱਚੀ ਦੱਸਾਂ। ਉਹੀ ਸ਼ਾਇਦ ਇੱਕ ਰੀਜ਼ਨ ਹੈ ਕਿ ਜਿਹੜਾ ਮੈਨੂੰ ਇੱਥੋਂ ਤੱਕ ਲੈ ਕੇ ਆਇਆ, ਮੈਨੂੰ ਅੱਜ ਐਂ ਫੀਲ ਹੋ ਰਹੀ ਹੈ ਉਸ ਫੀਲਿੰਗ ਦੀ, ਉਸ ਗੱਤਕੇ ਦੀ, ਉਸ ਸਿੱਖ ਮਾਰਸ਼ਲ ਆਰਟ ਦੀ ਜਿੱਤ ਹੋਈ ਹੈ ਮੇਰੇ ਵੱਲੋਂ, ਜੋ ਸੋਚਿਆ ਸੀਗਾ ਮਹਾਰਾਜ ਨੇ ਮੇਰੇ ਕੋਲ ਮੁਕੰਮਲ ਕਰਾਇਆ ਕੰਮ। ਥੈਂਕ ਯੂ ਵੈਰੀ ਮਚ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਥੈਂਕ ਯੂ ਵੈਰੀ ਮਚ, ਥੈਂਕ ਯੂ। ਭਾਜੀ ਮੈਂ ਤੁਹਾਨੂੰ ਗੱਤਕੇ ਬਾਰੇ ਗੱਲ ਦੱਸਦਾ, ਜਦੋਂ ਅਗਰ ਤੁਸੀਂ ਸ਼ਸਤਰ ਚਲਾਉਣਾ ਚਾਹੁੰਦੇ ਹੋ ਨਾ, ਜਦੋਂ ਤੁਹਾਡੇ ਹੱਥ 'ਚ ਸ਼ਸਤਰ ਆਉਂਦਾ ਨਾ, ਤੁਹਾਡੇ ਅੰਦਰ ਇੱਕ ਇਹੋ ਜਿਹਾ ਜੋਸ਼ ਭਰ ਜਾਂਦਾ, ਸਾਨੂੰ ਕਈ ਵਾਰੀ ਰੋਕਣਾ ਪੈਂਦਾ ਸੀ ਯਾਰ ਤੁਸੀਂ ਰੋਕ ਦਿੰਦੇ ਕੱਟ ਮਾਰ ਕੇ, ਵੀ ਯਾਰ ਸੱਟ ਚੋਟਾਂ ਲਵਾ ਲਿਓ ਹੋਰ ਵੀ ਸੀਨ ਕਰਨਾ ਅੱਗੇ, ਅਤੇ ਡਰ ਵਾਲੀ ਫੀਲਿੰਗ ਤੁਹਾਡੀ ਮੁੱਕ ਜਾਂਦੀ ਜਦੋਂ ਤੁਹਾਨੂੰ ਗੱਤਕਾ ਖੇਡਣਾ ਆਉਂਦਾ ਹੁੰਦਾ। ਨਹੀਂ ਆਪਾਂ ਸਾਰੇ ਜਿਹੜੇ ਸਾਡੇ ਨਾਲ ਜਿਹੜੇ ਐਕਟਰ ਸੀ ਜਿਹਨਾਂ ਤੁਸੀਂ ਗੱਤਕਾ ਖੇਡਦੇ ਦੇਖ ਰਹੇ ਹੋ ਫਿਲਮ ਦੇ ਵਿੱਚ, ਉਹ ਸਾਰਿਆਂ ਨੂੰ ਗੱਤਕਾ ਪਹਿਲਾਂ ਤਾਂ ਆਉਂਦਾ ਸੀਗਾ, ਸਾਡੀ ਰਿਕੁਆਇਰਮੈਂਟ ਹੀ ਇਹ ਸੀਗੀ ਕਿ ਆਪਾਂ ਜਿਹੜੇ ਵੀ ਐਕਟਰ ਲਈਏ ਉਹਨਾਂ ਨੂੰ ਪਹਿਲੀ ਗੱਲ ਗੱਤਕਾ ਖੇਡਣਾ ਆਉਣਾ ਚਾਹੀਦਾ। ਥੈਂਕ ਯੂ ਭਾਜੀ, ਥੈਂਕ ਯੂ। ਦੋਨੋਂ ਬੱਚਿਆਂ ਨੇ ਬਹੁਤ ਅੱਛਾ ਕੰਮ ਕੀਤਾ ਜੀ, ਮੈਨੂੰ ਬਹੁਤ ਖੁਸ਼ੀ ਹੋਈ। ਜੋ ਅਸੀਂ ਸੋਚਿਆ ਸੀ ਉਸ ਤੋਂ ਵੀ ਅਨਐਕਸਪੈਕਟਡ ਹੀ ਹੈ, ਮਤਲਬ ਇੰਨਾ ਜ਼ਿਆਦਾ ਸੀਰੀਅਸ, ਬਹੁਤ ਮਜ਼ਾ ਆਇਆ ਦੇਖ ਕੇ। ਹਾਂ ਬਹੁਤ ਅੱਛਾ ਲੱਗਾ, ਪਬਲਿਕ ਦੇ ਜੋ ਰਿਵਿਊ ਨੇ ਇੱਥੇ, ਮੈਂ ਜੋ ਸਭ ਲੋਕਾਂ ਨੂੰ ਮਿਲਿਆ ਇੱਥੇ, ਹਰੇਕ ਬੰਦੇ ਦੇ ਅੰਦਰ ਇੱਕ ਜਜ਼ਬਾ ਸੀ ਦੇਖਣ ਦਾ ਵੀ ਅਸੀਂ ਗੱਤਕੇ ਨੂੰ ਔਰ ਲਵ ਸਟੋਰੀ ਨੂੰ ਦੇਖੀਏ ਵੀ ਇਹਨਾਂ ਨੇ ਕਿੱਦਾਂ ਜੋੜਿਆ ਆਪਸ, ਔਰ ਬਹੁਤ ਵਧੀਆ ਤਰੀਕੇ ਨਾਲ ਲਵ ਸਟੋਰੀ ਵੀ ਦੇਖੋ, ਸਾਫ਼ ਸੁਥਰੀ, ਆਪਾਂ ਭੈਣ ਭਰਾਵਾਂ ਨਾਲ ਬੈਠ ਕੇ, ਮਾਵਾਂ ਭੈਣਾਂ ਨਾਲ ਫਿਲਮ ਦੇਖ ਸਕਦੇ ਹਾਂ ਅਸੀਂ ਸਾਰੇ ਜਣੇ, ਔਰ ਸਭ ਨੇ ਆਪਣੇ ਦੇਖੇ ਜੀ। ਬਹੁਤ ਵਧੀਆ ਗਾਣੇ ਤੇ ਬਾਕਮਾਲ ਸਭ ਨੇ ਗਾਏ, ਕਿਉਂਕਿ ਸਾਰੇ ਅੱਛੇ ਸਿੰਗਰ ਸੀਗੇ ਜਿੰਨੇ ਵੀ ਸੀਗੇ, ਔਰ ਸਿੰਗਰ ਤੇ ਉਹ ਆਪਣੇ ਆਪ ਜੀ ਬਾਕਮਾਲ ਨੇ, ਉਹਨਾਂ ਦੀ ਤੇ ਜਿੰਨੀ ਵੀ ਤਾਰੀਫ ਕਰਦੇ ਹੋ ਉਨੀ ਥੋੜੀ ਹੈਗੀ ਹੈ, ਔਰ ਸਭ ਨੇ ਗਾਇਆ ਵੀ ਬਹੁਤ ਅੱਛਾ ਔਰ ਨਿਭਾਇਆ ਵੀ ਬਹੁਤ ਅੱਛਾ, ਇਹਨਾਂ ਨੇ ਵੀ ਬਹੁਤ ਅੱਛਾ ਨਿਭਾਇਆ ਉੱਥੇ ਦੋਵਾਂ ਨੇ, ਬਹੁਤ ਵਧੀਆ ਸੀਗਾ। ਬਾਕੀ ਜੀ ਅੰਦਰ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕੀਤੀ ਸੀ, ਤੁਹਾਡੀ ਜੋ ਜੈਨੂਅਨ ਫੀਡਬੈਕ ਹੋਣ ਤੁਸੀਂ ਉਹ ਦੱਸਣਾ, ਇਹ ਨਹੀਂ ਕਿ ਤੁਸੀਂ ਅੱਜ ਸਕ੍ਰੀਨਿੰਗ 'ਤੇ ਆਏ ਹੋ, ਤੁਸੀਂ ਵਾਹ ਵਾਹ ਹੀ ਚੱਕਣੀ ਫੱਟੇ ਚੱਕਣੇ ਸਾਡੇ,
ਤੁਹਾਡਾ ਪਲੀਜ਼ ਆਪਣਾ ਜਿੱਦਾਂ ਤੁਹਾਡਾ ਜੋ ਵੀ ਓਪੀਨੀਅਨ ਹੋਵੇ ਤੁਸੀਂ ਸਾਨੂੰ ਆਪਣਾ ਜੈਨੂਇਨ ਫੀਡਬੈਕ ਦੱਸਣਾ ਤਾਂ ਜੋ ਅਸੀਂ ਹੋਰ ਇੰਪਰੂਵਮੈਂਟ ਕਰ ਸਕੀਏ। ਸਾਨੂੰ ਕੋਈ ਮੈਟਰ ਨਹੀਂ ਹੁੰਦਾ, ਅਸੀਂ ਕਮੀਆਂ ਰਹਿ ਜਾਂਦੀਆਂ, ਚਾਹੁੰਦਿਆਂ ਨਾ ਚਾਹੁੰਦਿਆਂ ਰਹਿ ਜਾਂਦੀਆਂ, ਕੋਈ ਚੱਕਰ ਨਹੀਂ ਹੈ, ਰਹਿਗੀਆਂ ਹੋਣਗੀਆਂ। ਸਾਨੂੰ ਦੱਸੋਗੇ ਸਾਡੀ ਕਮੀਆਂ, ਅਪਰੀਸ਼ੀਏਟਡ ਮੋਰ ਦੈਨ ਇਨਫ। ਜਾਨੇ ਜੀ ਕੰਪਲੀਮੈਂਟ ਕੀਤਾ ਹੋਵੇ ਕੀ ਰਿਐਕਸ਼ਨ? ਫਰੈਂਡਸ ਆਏ ਨੇ, ਮੇਰੀ ਫੈਮਿਲੀ ਮੈਂਬਰਸ ਜੋ ਮੇਰੇ ਫਰੈਂਡ ਨੇ ਉਹ ਆਏ ਨੇ, ਉਹਨਾਂ ਉਹ ਤਾਂ ਬੈਠੇ ਹੀ ਕਈ ਜਾ ਰਹੇ ਸੀ, ਬਹੁਤ ਸੋਹਣਾ ਕੰਮ, ਬਹੁਤ ਸੋਹਣਾ ਕੀਤਾ, ਬਹੁਤ ਸੋਹਣੀ ਲੱਗਦੀ ਆ। ਮਤਲਬ ਉਹ ਦੇਖ ਕੇ ਇੱਦਾਂ ਲੱਗਦਾ ਸੀ, ਬਹੁਤ ਖੁਸ਼ੀ ਹੋ ਰਹੀ ਸੀਗੀ ਕਿ ਹਾਂ ਸ਼ੁਕਰ ਆ। ਇੱਕ ਡਰ ਸੀਗਾ ਪਹਿਲਾਂ ਸਵੇਰ ਤੋਂ ਕਿ ਕਿੱਦਾਂ ਹੋਊਗਾ, ਕਿੱਦਾਂ ਕੀਤਾ ਕੰਮ, ਉਹ ਕਿੱਦਾਂ ਆਪਣੇ ਆਪ ਨੂੰ ਦੇਖਣਾ, ਆਪਣੀ ਗਲਤੀਆਂ ਨੂੰ ਦੇਖਣਾ ਅਤੇ ਆਪਣਾ ਵਧੀਆ ਚੀਜ਼ਾਂ ਦੇਖਣੀਆਂ, ਉਹ ਇੱਕ ਅਲੱਗ ਹੀ ਫੀਲਿੰਗ ਹੁੰਦੀ ਹੈ, ਬਟ ਅੱਜ ਦੇਖ ਕੇ ਸੱਚੀ ਮਜ਼ਾ ਆਇਆ। ਫਿਲਮਸ ਦੀ ਜੋ ਸਾਡੀ ਨਿਗਾਹ ਦੇ ਵਿੱਚ ਇਮੇਜ ਹੁੰਦੀ ਹੈ ਨਾ, ਗਲੈਮਰ ਦੀ ਦੁਨੀਆ ਹੈ, ਲਾਈਕ ਜਦੋਂ ਫਿਲਮਸ ਦੇ ਵਿੱਚ ਹੀਰੋਇਨ ਇੰਟਰੋਡਿਊਸ ਵੀ ਹੁੰਦੀ ਹੈ ਨਾ, ਬੜੇ ਉਹ ਪਹਿਲਾਂ ਅੱਖਾਂ ਜੀਆਂ ਦਿਖਾਉਂਦੇ ਆ, ਬੜਾ ਇੱਕਦਮ ਗਲੈਮਰਾਈਜ਼ ਕਰਕੇ, ਹੈ ਨਾ, ਇਹ 'ਚ ਬੜੇ ਸਿੰਪਲ ਤਰੀਕੇ ਨਾਲ ਪ੍ਰਭ ਦੀ ਐਂਟਰੀ ਹੁੰਦੀ ਹੈ ਅਤੇ ਸਾਰੀ ਫਿਲਮ ਮੈਨੂੰ ਲੱਗਦਾ ਸਾਦਗੀ ਨਾਲ ਭਰਪੂਰ ਹੈ। ਸੋ ਉਹਦੇ ਬਾਰੇ ਕੀ ਕਹੋਗੇ ਔਰ ਇਸ ਕਿਰਦਾਰ ਲਈ? ਜਾਂ ਗਲੈਮਰ ਇਹ ਨਹੀਂ ਹੈਗਾ ਕਿ ਗਲੈਮਰ ਦਿਖਾਉਂਦੇ 'ਚ, ਉਹ ਵੀ ਇੱਕ ਡਿਫਰੈਂਟ ਪਾਰਟ ਆ, ਵੈਸਟਰਨ ਸਾਡਾ ਕਲਚਰ ਆ, ਉਹਨੂੰ ਵੀ ਅਸੀਂ ਅਸੈਪਟ ਕਰਦੇ ਹਾਂ। ਅਤੇ ਇੱਕ ਸਿੰਪਲ ਕੁੜੀ ਜੋ ਪਿੰਡ ਵਿੱਚੋਂ ਆਈ ਆ, ਜਿਹਨੂੰ ਕਿ ਕਲਚਰ ਆਪਣੇ ਵੈਸਟਰਨ ਬਾਰੇ ਕੁਛ ਨਹੀਂ ਪਤਾ, ਬਟ ਉਹ ਫਿਰ ਵੀ ਉਹ ਬਾਹਰ ਜਾ ਕੇ ਵੀ ਆਪਣੇ ਇੱਕ ਪਹਿਰਾਵੇ ਵਿੱਚ, ਆਪਣੇ ਸੂਟ ਵਿੱਚ ਹੀ ਰਹਿੰਦੀ ਆ ਕਿ ਮੈਂ ਆਪਣੇ ਕਲਚਰ ਤੋਂ ਬਾਹਰ ਨਹੀਂ ਜਾਣਾ, ਆਪਣੇ ਪੇਰੈਂਟਸ ਦੀ ਕਹੀ ਗੱਲ ਤੋਂ ਨਹੀਂ ਬਾਹਰ ਜਾਣਾ, ਜਾਂ ਆਪਣੇ ਪਹਿਰਾਵਾ ਨਹੀਂ ਚੇਂਜ ਕਰਨਾ, ਜਿੱਦਾਂ ਦੀ ਮੈਂ ਹੈਗੀ ਮੈਨੂੰ ਇੱਦਾਂ ਹੀ ਅਸੈਪਟ ਕਰੋ। ਕੁੜੀਆਂ ਹਮੇਸ਼ਾ ਇਹੀ ਚਾਹੁੰਦੀਆਂ ਨੇ, ਉਹ ਮੇਕਅਪ ਲਾ ਲਿਆ ਜਾਂ ਅਸੀਂ ਵਧੀਆ ਕੱਪੜੇ ਪਾ ਕੇ, ਕੁਛ ਡਿਫਰੈਂਟ ਨਹੀਂ ਹੁੰਦੇ, ਕੁੜੀਆਂ ਕੁੜੀਆਂ ਹੀ ਹੁੰਦੀਆਂ ਨੇ, ਜੋ ਕਿ ਇੱਕ ਬਹੁਤ ਸਿੰਪਲ ਜਿਹੀਆਂ ਹੁੰਦੀਆਂ, ਪਰ ਠੀਕ ਹੈ, ਸਾਡੇ ਸਾਨੂੰ ਮੇਕਅਪ ਕਰਨਾ ਪੈਂਦਾ ਹੈ, ਉਹ ਡਿਫਰੈਂਟ ਥਿੰਗ ਆ, ਕਿਉਂਕਿ ਜ਼ਰੂਰੀ ਹੈ, ਸਾਨੂੰ ਕੈਮਰੇ ਅੱਗੇ ਆਉਣਾ ਪੈਂਦਾ ਆ ਅਤੇ ਉਹਦੇ ਲਈ ਅਸੀਂ ਕਰਦੇ ਹਾਂ, ਬਟ ਇੱਕ ਸਿੰਪਲ ਕੁੜੀ ਜਿੰਨੀ ਸੋਹਣੀ ਲੱਗ ਸਕਦੀ ਹੈ ਉਨੀ ਮੇਕਅਪ 'ਚ ਨਹੀਂ ਲੱਗਦੀ। ਰੀਅਲ ਲਾਈਫ ਦੇ ਵਿੱਚ ਪ੍ਰਭ ਜ਼ਿਆਦਾ ਪ੍ਰੈਫਰ ਕੀ ਕਰਦੇ ਹੁੰਦੇ ਨੇ ਵਿਦਆਊਟ ਮੇਕਅਪ? ਮੇਰੀ ਮੋਸਟਲੀ ਕੋਸ਼ਿਸ਼ ਇਹੀ ਰਹਿੰਦੀ ਆ ਕਿ ਜਿੰਨਾ ਘੱਟ ਮੇਕਅਪ ਹੋ ਸਕੇ, ਬਟ ਮੈਂ ਕਦੇ ਵੀ ਘਰ ਵਿੱਚ ਵੀ ਜਾਂ ਕਿਤੇ ਜਾਣਾ ਵੀ ਹੋਵੇ ਮੈਂ ਵਿਦਆਊਟ ਮੇਕਅਪ ਹੀ ਚਲੀ ਜਾਂਦੀ ਹਾਂ, ਇੱਦਾਂ ਮੈਨੂੰ ਕੋਈ ਇਸ਼ੂ ਨਹੀਂ ਆ। ਅੱਛਾ, ਫਿਲਮ ਦੇ ਵਿੱਚ ਨਾ ਇੱਕ ਸੀਨ ਆਉਂਦਾ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਪਹਿਲੀ ਵਾਰੀ ਕਲੱਬ ਦੇ ਵਿੱਚ ਜਾਂਦੀ ਹੈ ਨਾ, ਸੋ 2023 ਹੁਣ ਨਿਕਲਿਆ, ਕਿਹੜੀ ਚੀਜ਼ ਹੈ ਜਿਹੜੀ ਪ੍ਰਭ ਨੇ ਜ਼ਿੰਦਗੀ 'ਚ ਪਹਿਲੀ ਵਾਰੀ ਕੀਤੀ ਹੈ 2023? ਸੋਰੀ, ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਐਕਚੁਅਲ ਦੇ ਵਿੱਚ ਪਹਿਲੀ ਵਾਰੀ ਕੀਤੀ ਹੈ ਬੀਤੇ ਸਾਲ? ਸਿਨੇਮਾ 'ਚ ਮੈਨੂੰ ਜਿਹੜੀ ਸੂਟ ਪਾਇਆ ਕਲੱਬ ਵਿੱਚ ਜਾ ਕੇ, ਮੈਂ ਕਹਿੰਦਾ ਸੂਟ ਤਾਂ ਨਹੀਂ ਪਾਇਆ, ਬਟ ਜਦੋਂ ਮੈਂ ਪਾਇਆ ਸੀਗਾ ਉਦੋਂ ਥੋੜ੍ਹਾ ਲੱਗਦਾ ਸੀਗਾ ਕਿ ਉਹ ਆਪਣੇ ਆਪ ਨੂੰ ਐਂ ਲੱਗਦਾ ਸੀਗਾ, ਤੁਸੀਂ ਦੇਖਿਆ ਮੈਂ ਉਹੀ ਕਰੈਕਟਰ ਵਿੱਚ ਸੀਗੀ ਕਿ ਹਾਂ ਮੈਨੂੰ ਬੜੀ ਝੱਲੀ ਜਿਹੀ ਕੁੜੀ ਹੈ, ਜਿੱਦਾਂ ਇਹਨੂੰ ਕੋਈ ਸਮਝ ਹੀ ਨਹੀਂ ਹੈਗੀ ਕਿ ਮੈਂ ਸੂਟ ਪਾ ਕੇ ਜਾ ਰਹੀ ਅਤੇ ਲੋਕ ਕੀ ਕਹਿਣਗੇ, ਹੈ ਨਾ, ਉਹ ਵੀ ਇੱਕ ਹੁੰਦੀ ਹੈ ਇੱਕ ਸ਼ਰਮ ਜੀ, ਹਾਂ ਵੀ ਲੋਕ ਕੀ ਕਹਿਣਗੇ ਵੀ ਇੱਦਾਂ ਦੀ ਹੈ ਪੇਂਡੂ ਟਾਈਪ, ਹੈ ਨਾ, ਉਹ ਚੀਜ਼ ਜ਼ਰੂਰ ਹੋ ਰਹੀ ਸੀਗੀ ਕਿ ਮੈਂ ਉਹ ਕਰੈਕਟਰ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਦਾਂ ਦੀ ਵੀ ਮੈਂ ਹੈਗੀ ਹਾਂ ਕਿ ਮੈਂ ਸੂਟ ਪਾ ਕੇ ਜਾ ਰਹੀ ਹਾਂ ਅਤੇ ਉਹ ਫੀਲ ਮੇਰੇ 'ਚ ਕਿੱਦਾਂ ਦੀ ਆ ਰਹੀ ਹੈ। ਕੀ ਕਹੋਗੇ ਦਰਸ਼ਕਾਂ ਨੂੰ, ਸਪੈਸ਼ਲੀ ਇਹ ਜ਼ਰੂਰ ਦੱਸਿਓ ਦਰਸ਼ਕਾਂ ਨੂੰ ਵੀ ਤੁਹਾਡਾ ਪਰਸਨਲ ਫੇਵਰੇਟ ਸੀਨ ਕਿਹੜਾ ਹੈ ਫਿਲਮ ਦੇ? ਮੇਰੇ ਤਾਂ ਸਾਰੇ ਨੇ, ਸੱਚੀ ਦੱਸਾਂ ਮੈਨੂੰ ਕੋਈ ਇੱਕ ਤਾਂ ਮੈਂ ਕਹਿ ਨਹੀਂ ਸਕਦੀ ਕਿਉਂਕਿ ਆਪ ਕੀਤੀ ਹੈ ਮੂਵੀ, ਇਹ ਇੰਨਾ ਐਕਸਪੈਕਟ ਨਹੀਂ ਕੀਤਾ ਸੀ, ਜਿੰਨੇ ਵਧੀਆ ਜ਼ਿਆਦਾ ਰਿਸਪੋਂਸ ਮਿਲਿਆ ਮੈਨੂੰ, ਬਹੁਤ ਪਿਆਰ ਮਿਲਿਆ ਕੰਮ ਨੂੰ ਅਤੇ ਸਾਰੇ ਵਧੀਆ ਲੱਗੇ ਮੈਨੂੰ। ਦੇਖੋ ਹੈ ਨਾ, ਮੈਂ ਜਦੋਂ ਮੇਰਾ ਚਾਹੇ ਕੋਈ ਗਾਣਾ ਆਉਂਦਾ ਸੀ ਜਾਂ ਮੇਰੇ ਮੂਵੀਜ਼ ਆਉਂਦੀਆਂ, ਮੈਂ ਹਮੇਸ਼ਾ ਆਪਣੇ ਆਪ ਨੂੰ ਗਲਤੀਆਂ ਵੀ ਕੱਢਦੀ ਰਹਿੰਦੀ ਹਾਂ ਕਿ ਨਹੀਂ ਇੱਥੇ ਮੈਨੂੰ ਆਹ ਨਹੀਂ, ਇੱਥੇ ਆਏ ਕਰਨਾ ਚਾਹੀਦਾ ਸੀਗਾ, ਕਿ ਜਿੱਥੇ ਵਧੀਆ ਹੁੰਦਾ ਉੱਥੇ ਖੁਸ਼ੀ ਬੜੀ ਹੁੰਦੀ ਹੈ ਕਿ ਹਾਂ ਆਹ ਮੈਂ ਕੀਤਾ ਵਧੀਆ, ਅਤੇ ਬਸ ਸਿੱਖ ਰਹੇ ਹਾਂ।
ਦੇਖੋ ਵਧੀਆ ਹੋਊਗਾ। ਖਿਡਾਰੀ ਦਾ ਵੀ ਟੀਜ਼ਰ ਆ ਗਿਆ, ਕੀ ਕਹੋਗੇ ਜਾਂਦੇ ਜਾਂਦੇ ਦਾ? ਯਾਰ ਖਿਡਾਰੀ ਵੀ ਸਾਡੀ ਮੂਵੀ ਆ ਰਹੀ, ਬਟ ਮੈਨੂੰ ਇਹ ਆ ਕਿ ਤੁਸੀਂ ਪਹਿਲਾਂ ਇਸ ਮੂਵੀ ਨੂੰ ਇੰਜੋਏ ਕਰੋ ਅਤੇ ਖਿਡਾਰੀ ਜਦੋਂ ਆਉਗੇ ਆਪਾਂ ਫਿਰ ਉਦੋਂ ਗੱਲ ਕਰਾਂਗੇ। ਅਤੇ ਆਲ ਦਾ ਵੈਰੀ ਬੈਸਟ, ਉਮੀਦ ਆ 2024 ਤੁਹਾਡੇ ਲਈ ਬਹੁਤ ਸਾਰੀਆਂ ਫਿਲਮਾਂ ਲੈ ਕੇ। ਸੋ ਮਚ, ਥੈਂਕ ਯੂ ਜੀ। ਸੋ ਫਰੇਮ ਦੇ ਵਿੱਚ ਹੁਣ ਮੇਰੇ ਨਾਲ ਗੁਰਪ੍ਰੀਤ ਜੀ ਮੌਜੂਦ ਨੇ, ਜਿਨ੍ਹਾਂ ਨੇ ਜੱਟਾ ਡੋਲੀਨਾ ਦਾ ਮਿਊਜ਼ਿਕ ਵੀ ਕੀਤਾ ਅਤੇ ਫਿਲਮ ਦੇ ਵਿੱਚ ਐਕਟ ਵੀ ਕੀਤਾ, ਗੱਲਬਾਤ ਕਰਦੇ ਹਾਂ। ਸਰ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਵਧੀਆ ਜੀ, ਆਪਣਾ ਦੱਸੋ। ਬਹੁਤ ਹੀ ਵਧੀਆ। ਸੋ ਐਜ਼ ਅ ਆਡੀਅੰਸ ਫਿਲਮ ਦੇਖ ਕੇ ਕਿਵੇਂ ਲੱਗਿਆ ਪਹਿਲਾਂ ਤਾਂ ਇਹ ਦੱਸ? ਪਹਿਲਾਂ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਲੱਗੀ? ਮੈਨੂੰ ਸੈਕਿੰਡ ਹਾਫ ਬਹੁਤ ਪਸੰਦ। ਸੈਕਿੰਡ ਹਾਫ, ਓਕੇ, ਕਿਉਂਕਿ ਉਹ 'ਚ ਸਾਰਾ ਗੱਤਕੇ ਦਾ ਬਹੁਤ ਜ਼ਿਆਦਾ ਮੇਨ ਰੋਲ ਹੈਗਾ ਨਾ, ਤਾਂ ਕਰਕੇ। ਹਾਂਜੀ, ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਿਆ ਐਜ਼ ਅ ਆਡੀਅੰਸ? ਅਤੇ ਦੇਖੋ ਆਪਾਂ ਬਣਾਈਏ ਤਾਂ ਸਾਨੂੰ ਤਾਂ ਸਾਰੀ ਅੱਛੀ ਲੱਗੇਗੀ, ਹੈ ਨਾ, ਆਪਣਾ ਬੱਚਾ ਸਭ ਨੂੰ ਪਿਆਰਾ ਲੱਗਦਾ ਹੈ। ਸੋ ਤਾਂ ਕਰਕੇ ਐਜ਼ ਅ ਆਡੀਅੰਸ ਦੇਖੀ, ਕਾਫੀ ਅੱਛੀ ਮੂਵੀ ਹੈ, ਵਧੀਆ ਹੈ, ਘੈਂਟ ਹੈ। ਸਾਰੇ ਜਾਣੇ ਆਓ ਤੁਸੀਂ, ਠੀਕ ਹੈ? ਤੁਸੀਂ ਆਪਣੀ ਫੈਮਲੀ ਨਾਲ ਬਹਿ ਕੇ ਦੇਖ ਸਕਦੇ ਹੋ ਮੂਵੀ, ਕੋਈ ਐਸੇ ਕੋਈ ਮਤਲਬ ਗਲਤ ਸੀਨ ਵਗੈਰਾ ਕੋਈ ਨਹੀਂ ਮੂਵੀ ਦੇ ਵਿੱਚ, ਤੁਸੀਂ ਆਰਾਮ ਨਾਲ ਬਹਿ ਕੇ ਦੇਖ ਸਕਦੇ ਹੋ ਜੀ। ਅੱਛਾ, ਮਿਊਜ਼ੀਕਲੀ ਫਿਲਮ ਬਹੁਤ ਜ਼ਿਆਦਾ ਰਿਚ ਹੋਏਗੀ, ਅਸੀਂ ਐਕਸਪੈਕਟ ਕਰ ਰਹੇ ਸੀ, ਪਰ ਜਿੰਨਾ ਐਕਸਪੈਕਟ ਕੀਤਾ ਉਦੋਂ ਵੀ ਜ਼ਿਆਦਾ ਵਧੀਆ ਹੈ ਫਿਲਮ। ਆਈ ਮੀਨ ਫਿਰੋਜ਼ ਖਾਨ, ਰੋਸ਼ਨ ਪ੍ਰਿੰਸ, ਸਭ ਦੀ ਆਵਾਜ਼ ਲਾਈਕ, ਔਰ ਸਿਚੁਏਸ਼ਨਸ 'ਤੇ ਗਾਣੇ ਲਗਾਏ ਗਏ ਨੇ, ਇਹ ਨਹੀਂ ਹੈ ਕਿ ਕੋਈ ਜ਼ਬਰਦਸਤੀ ਕਿਤੇ ਫਿੱਟ ਕੀਤਾ ਗਿਆ। ਸੋ ਮਿਊਜ਼ਿਕ ਬਾਰੇ ਦੱਸੋ ਤੁਸੀਂ, ਮਿਊਜ਼ਿਕ ਵੀ ਬਣਾ। ਸੋ ਮਿਊਜ਼ਿਕ ਤਾਂ ਦੇਖੋ ਤੁਸੀਂ ਸੁਣਿਆ ਹੀ ਹੈ ਸਾਰਾ, ਹੈ ਨਾ, ਤੁਹਾਨੂੰ ਕਿੱਦਾਂ ਲੱਗਾ ਮਿਊਜ਼ਿਕ ਵੈਸੇ? ਮਿਊਜ਼ਿਕ ਮੈਨੂੰ ਬੈਸਟ ਪਾਰਟ ਲੱਗਿਆ ਫਿਲਮ ਦਾ, ਔਰ ਸਪੈਸ਼ਲੀ ਫਿਰੋਜ਼ ਖਾਨ ਜੀ ਵਾਲਾ ਗੀਤ ਹੈ ਜੋ, ਔਰ ਮਤਲਬ ਪੂਰੀ ਟੀਮ ਦਾ ਨਾ ਸਭ ਤੋਂ ਬੈਸਟ ਗਾਣਾ ਹੈਗਾ ਉਹ, ਨੀ ਹਵਾ, ਉਹ ਜਿਹੜਾ ਫਿਰੋਜ਼ ਭਾਈ ਦਾ ਗਾਣਾ ਹੈ, ਸਭ ਤੋਂ ਬੈਸਟ ਗਾਣਾ ਹੈਗਾ। ਸੋ ਸਾਰਿਆਂ ਨੂੰ ਬਹੁਤ ਅੱਛਾ ਗਾਣਾ ਲੱਗਦਾ ਹੈ। ਹਾਂਜੀ, ਤੁਹਾਡਾ ਪਰਸਨਲ ਫੇਵਰੇਟ ਵੀ? ਮੇਰਾ ਪਰਸਨਲ ਫੇਵਰੇਟ ਵੀ ਉਹੀ ਹੈ ਅਤੇ ਇੱਕ ਜੱਟਾ ਡੋਲੀ ਨਾ ਜੋ ਦਲੇਰ ਭਾਈ ਨੇ ਗਾਇਆ, ਵੈਸੇ ਤਾਂ ਮੇਰੇ ਤਾਂ ਸਾਰੇ ਹੀ ਨੇ ਫੇਵਰੇਟ, ਤਾਂ ਕਰਕੇ। ਦਰਸ਼ਕਾਂ ਨੂੰ ਕੀ ਕਹੋਗੇ ਇਸ ਵਾਰ? ਦਰਸ਼ਕਾਂ ਨੂੰ ਕਹਾਂਗੇ ਜੀ, 5 ਜਨਵਰੀ ਆਪਣੀ ਆ ਚੁੱਕੀ ਹੈ, ਮੂਵੀ ਰਿਲੀਜ਼ ਹੋ ਚੁੱਕੀ ਹੈ, ਸਾਰੇ ਜਾਣੇ ਤੁਸੀਂ ਦੇਖੋ ਮੂਵੀ ਨੂੰ, ਔਰ ਵੱਧ ਤੋਂ ਵੱਧ ਸ਼ੇਅਰ ਕਰੋ, ਔਰ ਸਾਨੂੰ ਟੈਗ ਵੀ ਕਰੋ, ਆਪਾਂ ਮੈਂਸ਼ਨ ਬੈਕ ਵੀ ਕਰਾਂਗੇ ਤੁਹਾਨੂੰ। ਅੱਛਾ, ਐਕਟ ਕਰਨਾ ਜ਼ਿਆਦਾ ਔਖਾ ਸੀ ਕਿ ਮਿਊਜ਼ਿਕ? ਦੋਨੋਂ ਦੇਖੋ ਮਤਲਬ ਬਰਾਬਰ ਹੀ ਹੈ, ਐਕਟ ਵੀ ਹੁੰਦਾ ਹੀ ਹੈ ਅਤੇ ਮਿਊਜ਼ਿਕ ਵੀ ਹੁੰਦਾ ਹੀ ਹੈ। ਮਿਊਜ਼ਿਕ ਦੇ ਵਿੱਚ ਮਤਲਬ ਇੰਨੇ ਵੱਡੇ ਸਿੰਗਰਾਂ ਨੂੰ ਗਵਾਉਣਾ, ਇੰਨੇ ਵੱਡੇ ਸਿੰਗਰਸ ਮਤਲਬ ਸਿਲੈਕਟ ਕਰਨੇ, ਉਹ ਸਾਰਾ ਕੁਝ ਕਰਨਾ, ਉਹ ਵੀ ਇੱਕ ਅਲੱਗ ਪਾਰਟ ਸੀ, ਐਕਟਿੰਗ ਦਾ ਵੀ ਇੱਕ ਅਲੱਗ ਪਾਰਟ ਸੀ। ਸੋ ਬੈਲੈਂਸ ਹੀ ਦੋਨੋਂ। ਕੀ ਕਹੋਗੇ ਜਾਂਦੇ ਜਾਂਦੇ ਦਰਸ਼ਕਾਂ ਨੂੰ, ਫਿਲਮ ਆ ਚੁੱਕੀ ਹੈ ਐਂਡ ਦੇਖੀ ਵੀ ਹੈ, ਕਿੱਦਾਂ ਦਾ ਰਿਸਪੋਂਸ ਮਿਲ ਰਿਹਾ, ਕਿਹੜਾ ਬੈਸਟ ਕੰਪਲੀਮੈਂਟ ਮਿਲ ਗਿਆ? ਬੈਸਟ ਕੰਪਲੀਮੈਂਟ ਇਹ ਹੈ ਕਿ ਤੁਸੀਂ ਮਤਲਬ ਗੱਤਕੇ ਨੂੰ ਪ੍ਰਮੋਟ ਕਰ ਰਹੇ ਹੋ, ਹੈ ਨਾ, ਗੱਤਕੇ ਦੇ ਉੱਤੇ ਤੁਸੀਂ ਫਿਲਮ ਬਣਾਈ ਹੈ, ਸਾਰੇ ਜਾਣੇ ਦੇਖੋ ਜੀ ਆਪਣੇ ਨੀਅਰ ਬਾਈ ਸਿਨੇਮਾਸ 'ਚ ਜਾ ਕੇ। ਸੋ ਬਸ ਚੜ੍ਹਦੀ ਕਲਾ ਜੀ ਤੁਹਾਡੀ, ਤੁਹਾਡਾ ਸਾਨੂੰ ਸਪੋਰਟ ਚਾਹੀਦੀ ਹੈ, ਪਿਆਰ ਚਾਹੀਦਾ ਜੀ। ਥੈਂਕ ਯੂ ਸੋ ਮਚ, ਆਲ ਦਾ ਵੈਰੀ ਬੈਸਟ। ਥੈਂਕ ਯੂ ਸੋ ਮਚ ਜੀ। ਸੋ ਦੇਸੀ ਚੈਨਲ ਤੁਸੀਂ ਵੇਖ ਰਹੇ ਹੋ, ਤੁਹਾਡੇ ਨਾਲ ਹਾਂ ਸਿਮਰਨ ਹਨ। ਸੋ ਜੱਟਾ ਡੋਲੀਨਾ ਦੇ ਡਾਇਰੈਕਟਰ ਭੁਪਿੰਦਰ ਸਿੰਘ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਪਹਿਲੇ ਤਾਂ ਬਹੁਤ ਬਹੁਤ ਮੁਬਾਰਕਾਂ ਫਿਲਮ ਅੱਜ ਸਿਨੇਮਾ ਘਰਾਂ ਦੇ ਵਿੱਚ ਅੱਜ। ਆਪ ਸਭ ਨੂੰ ਮੁਬਾਰਕਾਂ, ਔਰ ਜਿੰਨੇ ਵੀ ਦਰਸ਼ਕ ਇੱਥੇ ਆਏ ਸੀ ਅੱਜ ਫਿਲਮ ਦੇਖਣ ਵਾਸਤੇ, ਉਹਨਾਂ ਨੂੰ ਵੀ ਮੁਬਾਰਕਾਂ। ਔਰ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਅੱਜ ਇੱਕ ਹੋਈ ਹੈ ਕਿ ਜਿਹੜੀ ਚੀਜ਼ ਦਾ ਅਸੀਂ ਉਪਰਾਲਾ ਕੀਤਾ ਸੀ ਉਸ ਨੂੰ ਅਸੀਂ ਪਰਦੇ 'ਤੇ ਲੈ ਕੇ ਆਏ ਹਾਂ। ਪਰਦੇ 'ਤੇ ਲਿਆਉਣ ਦੀ ਜਿੰਨੀ ਖੁਸ਼ੀ ਮੈਨੂੰ ਹੋਈ ਹੈ ਨਾ, ਉਸ ਤੋਂ ਜ਼ਿਆਦਾ ਮੈਨੂੰ ਖੁਸ਼ੀ ਇਹ ਹੋਈ ਹੈ ਕਿ ਜਿੰਨੇ ਦਰਸ਼ਕ ਸੀ ਨਾ ਆਏ, ਉਹਨਾਂ ਦੇ ਅੰਦਰ ਇੰਨਾ ਉਤਸ਼ਾਹ ਸੀਗਾ, ਉਹਨਾਂ ਨੂੰ ਐਵੇਂ ਲੱਗਾ ਪਤਾ ਨਹੀਂ ਕੋਈ ਬਹੁਤ ਵੱਡਾ ਖਜ਼ਾਨਾ ਮਿਲ ਗਿਆ ਸਾਨੂੰ, ਇੰਨੇ ਖੁਸ਼ ਸੀਗੇ। ਮੈਨੂੰ ਸਭ ਤੋਂ ਜ਼ਿਆਦਾ ਉਸ ਚੀਜ਼ ਦੀ ਖੁਸ਼ੀ ਹੋਈ ਹੈ। ਸੋ ਬੈਸਟ ਕੰਪਲੀਮੈਂਟ ਕਿਹੜਾ ਮਿਲ ਗਿਆ ਹੁਣ ਤੱਕ, ਅਤੇ ਫੈਮਿਲੀ ਦਾ ਕੀ ਰਿਐਕਟ? ਕਿਹੜੀ ਫੈਮਿਲੀ ਦਾ? ਤੁਹਾਡੀ ਫੈਮਿਲੀ? ਮੇਰੀ ਫੈਮਿਲੀ ਤਾਂ ਮੈਂ ਅਜੇ ਫੈਮਿਲੀ ਨੂੰ ਮਿਲਿਆ ਹੀ ਨਹੀਂ ਆ ਕਿਤੇ ਨੇ, ਕਿਉਂਕਿ ਮੈਨੂੰ ਸਾਰੇ ਕਦੀ ਕੋਈ ਕਦੀ ਕੋਈ ਕਦੀ ਕਿਤੇ ਹੋ ਕਦੀ ਕਿਤੇ ਹੋ, ਸਾਰੇ ਜਣੇ ਹੁਣ ਗੱਲਬਾਤ ਕਰ ਰਹੇ ਨੇ ਅਤੇ ਮੈਨੂੰ ਘੇਰੀ ਫਿਰਦੇ ਨੇ, ਅਤੇ ਇੱਧਰ ਦੀ ਮੈਂ ਜਦੋਂ ਛੁੱਟਾਂਗਾ ਤਾਂ ਫਿਰ ਫੈਮਿਲੀ ਨਾਲ ਵੀ ਮਿਲਾਂਗਾ। ਬਾਕੀ ਜਿੰਨੇ ਵੀ ਲੋਕ ਮਿਲੇ ਨੇ ਮੈਨੂੰ, ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ, ਸਾਡੀ ਟੀਮ ਨੂੰ ਐਪਰੀਸ਼ੀਏਟ ਕੀਤਾ, ਜਿਹੜਾ ਹੀਰੋ ਜਿਹਨੂੰ ਲਾਂਚ ਕੀਤਾ ਸੀ ਮੈਂ ਉਹਨੂੰ ਐਪਰੀਸ਼ੀਏਟ ਕੀਤਾ, ਬਹੁਤ ਅੱਛਾ ਕੰਮ ਕੀਤਾ ਉਹਨੇ, ਕਿਉਂਕਿ ਮੈਂ ਇਸ ਹੀਰੋ ਨੂੰ ਜਿੰਦਰਾ 'ਚ ਲਾਂਚ ਕੀਤਾ ਸੀਗਾ, ਔਰ ਉਸ ਤੋਂ ਬਾਅਦ ਦੂਸਰੀ ਫਿਲਮ ਕਰਾਈ ਸੋਮ ਮਿੱਟੀ ਦੀ, ਠੀਕ ਹੈ ਨਾ, ਕਿਸਾਨੀ ਅੰਦੋਲਨ 'ਤੇ ਸੀ,
ਹੁਣ ਤੀਸਰੀ ਫਿਲਮ ਤੁਹਾਡੇ ਸਾਹਮਣੇ ਆ। ਠੀਕ ਹੋ ਗਏ ਕਿਰਨਦੀਪ ਲਈ, ਬਹੁਤ ਸੋਹਣਾ ਕੰਮ ਕੀਤਾ, ਸਪੈਸ਼ਲੀ ਸੈਕਿੰਡ ਹਾਫ ਦੇ ਵਿੱਚ ਜਿਹੜਾ ਉਹਨਾਂ ਦਾ ਸ਼ੇਡ ਵੇਖਣ ਨੂੰ ਮਿਲਿਆ ਕੈਰੈਕਟਰ ਦਾ, ਉਸ 'ਤੇ ਬਹੁਤ ਲੋਕਾਂ ਨੇ ਐਪਰੀਸੀਏਸ਼ਨ ਦਿੱਤੀ ਆ। ਬਿਲਕੁਲ ਬਿਲਕੁਲ, ਦੇਖੋ ਉਹ ਫਿਲਮ ਦੀ ਰਿਕੁਆਇਰਮੈਂਟ ਜਿਸ ਤਰ੍ਹਾਂ ਸੀ ਨਾ, ਕਿਰਨਦੀਪ ਨੇ ਆਪਣੇ ਆਪ ਨੂੰ ਉੱਦਾਂ ਹੀ ਢਾਲਿਆ। ਉਹ ਚਾਹੇ ਬਾਹਰ ਇੱਧਰ ਉੱਧਰ ਮਜ਼ਾਕ ਵੀ ਹੋ ਰਿਹਾ, ਕੁਝ ਕਰ ਵੀ ਰਹੇ ਗੱਲਾਂ ਬਾਤਾਂ, ਉਹਦੀ ਇੱਕ ਖਾਸੀਅਤ ਸੀ, ਉਹ ਆਪਣੇ ਕੰਮ ਦੇ ਪ੍ਰਤੀ ਸਿਰਫ ਉਹਨਾਂ ਲੋਕਾਂ ਤੋਂ ਦਾਇਰਾ ਬਣਾ ਕੇ ਰੱਖਦਾ ਸੀ, ਨਜ਼ਰਾਂ 'ਚ ਭਾਵੇਂ ਸਾਹਮਣੇ ਹੋ ਰਿਹਾ ਉਹ ਤਾਂ ਦੇਖਦਾ ਹੀ ਨਹੀਂ ਸੀਗਾ, ਉਹ ਆਪਣੇ ਕਰੈਕਟਰ 'ਚ ਖੁਬਿਆ ਰਹਿੰਦਾ ਹੁੰਦਾ ਸੀ, ਇਹ ਉਹਦੀ ਖਾਸੀਅਤ ਸੀਗੀ ਅਤੇ ਜਿਹੜਾ ਕਿ ਉਹ ਬਾਖੂਬੀ ਬਹੁਤ ਵਧੀਆ ਨਿਭਾ ਸਕਿਆ ਵੇ। ਹਾਂਜੀ, ਸੋ ਜਿਹੜਾ ਇਹ ਫਿਲਮ ਹੈ, ਸਿੱਖ ਮਾਰਸ਼ਲ ਆਰਟਸ ਨੂੰ ਪ੍ਰਮੋਟ ਕੀਤਾ ਗਿਆ, ਉਹਦੀ ਗੱਲਬਾਤ ਕੀਤੀ ਗਈ, ਸੋ ਕਿੰਨਾ ਕੁ ਜ਼ਰੂਰੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਇਹੋ ਜਿਹੀਆਂ ਫਿਲਮਾਂ ਬਣਨਾ ਜਿਹਦਾ ਰਿਐਲਿਟੀ ਦੇ ਨਾਲ ਰਿਸ਼ਤਾ ਹੋ। ਦੇਖੋ ਮੈਂ ਵੈਸੇ ਤਾਂ ਦਰਸ਼ਕਾਂ ਨੂੰ ਵੀ ਕਹਿਣਾ ਚਾਹਾਂਗਾ ਅਤੇ ਫਿਲਮ ਮੇਕਰਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਸਾਨੂੰ ਨਾ ਹੱਸਣਾ ਖੇਡਣਾ ਠੀਕ ਹੈ, ਅੱਛਾ ਲੱਗਦਾ, ਕਿਉਂਕਿ ਹੱਸਣਾ ਜਿਹੜਾ ਉਹ ਸਰੀਰ ਲਈ ਵੀ ਸਿਹਤ ਲਈ ਵੀ ਚੰਗਾ ਹੈਗਾ ਵੇ, ਹੱਸਣਾ ਖੇਡਣਾ ਮਨ ਕਾ ਚਾਓ, ਮਨ ਦਾ ਚਾਅ ਹੈ, ਅਤੇ ਨਾਲੇ ਉਹਦੇ ਅਸੀਂ ਸਰੀਰਕ ਤੌਰ 'ਤੇ ਵੀ ਅਸੀਂ ਸਹੀ ਰਹਿੰਦੇ ਹਾਂ। ਪਰ ਸਾਨੂੰ ਜਿੰਨੀਆਂ ਫਿਲਮਾਂ ਪ੍ਰਭਾਵਿਤ ਕਰਦੀਆਂ ਨੇ ਨਾ ਆਪਣੇ ਆਪ 'ਚ, ਮੈਨੂੰ ਨਹੀਂ ਲੱਗਦਾ ਹੋਰ ਕੋਈ ਚੀਜ਼ ਇੰਨੀ ਜਲਦੀ ਪ੍ਰਭਾਵਿਤ ਕਰ ਸਕਦੀ ਹੋਵੇ, ਅਤੇ ਸਾਡਾ ਸਾਰਿਆਂ ਦਾ ਫਿਲਮ ਮੇਕਰ ਔਰ ਦਰਸ਼ਕਾਂ ਦਾ ਇੱਕ ਇਹ ਫਰਜ਼ ਜ਼ਰੂਰ ਹੋਣਾ ਚਾਹੀਦਾ ਹੈ ਕਿ ਸਾਨੂੰ ਇਤਿਹਾਸਿਕ ਫਿਲਮਾਂ ਆਪਣੇ ਵਿਰਸੇ ਦੀਆਂ, ਆਪਣੇ ਕਲਚਰ ਦੀਆਂ, ਆਪਣੇ ਸੱਭਿਆਚਾਰ ਦੀਆਂ, ਆਪਣੀਆਂ ਪੁਰਾਤਨ ਚੀਜ਼ਾਂ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਪੁਰਾਤਨ, ਉਹਨਾਂ ਸਾਰੀਆਂ ਚੀਜ਼ਾਂ ਨੂੰ ਉਹਨਾਂ ਉੱਤੇ ਫਿਲਮ ਬਣੇ ਅਤੇ ਦਰਸ਼ਕ ਉਹਨਾਂ ਚੀਜ਼ਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਖਣ, ਕਿਉਂਕਿ ਉਹਨਾਂ ਨੂੰ ਆਪਣੇ ਇਤਿਹਾਸ, ਆਪਣੇ ਵਿਰਸੇ, ਆਪਣੇ ਕਲਚਰ ਬਾਰੇ ਪਤਾ ਲੱਗ ਸਕੇਗਾ। ਇਸ ਕਰਕੇ ਇਹੋ ਜਿਹੀਆਂ ਫਿਲਮਾਂ ਨੂੰ ਜ਼ਿਆਦਾ ਦੇਖਣਾ ਚਾਹੀਦਾ, ਕਿਉਂਕਿ ਅਗਰ ਇਹ ਫਿਲਮਾਂ ਨੂੰ ਨਹੀਂ ਦੇਖਾਂਗੇ ਨਾ ਉਹਦੇ ਨਾਲ ਦੋ ਕੰਮ ਹੋਣਗੇ। ਕੀ ਹੋਏਗਾ ਕਿ ਸਾਡਾ ਜਿਹੜਾ ਨਾ ਇੱਕ ਇਤਿਹਾਸ ਹੈ ਜਿਹੜਾ ਨਾ ਉਹ ਇੱਕ ਪੀੜ੍ਹੀ 'ਚ ਰੁਕ ਗਿਆ ਨਾ, ਅਗਲੀ ਪੀੜ੍ਹੀ 'ਚ ਜਾ ਹੀ ਨਹੀਂ ਸਕਣਾ, ਖਤਮ ਹੋ ਜਾਏਗਾ। ਦੂਸਰੀ ਚੀਜ਼, ਜਿਹੜਾ ਵੀ ਰਾਈਟਰ ਹੈ, ਡਾਇਰੈਕਟਰ ਹੈ, ਪ੍ਰੋਡਿਊਸਰ ਹੈ, ਔਰ ਜਿੰਨੇ ਵੀ ਅਸੀਂ ਕ੍ਰੈਡਿਟ ਅਖੀਰ 'ਚ ਦੇਖਦੇ ਹਾਂ, ਇਹਨੇ ਸਾਰੇ ਲੋਕਾਂ ਦੀ ਜਿਹੜੀ ਮਿਹਨਤ ਹੈ ਨਾ ਉਹ ਵਿਅਰਥ ਹੋ ਜਾਂਦੀ ਹੈ, ਕਿਉਂਕਿ ਜੇ ਸਿਨੇਮਾ ਘਰਾਂ 'ਚ ਲੋਕ ਦੇਖਣ ਹੀ ਨਹੀਂ ਆਉਣਗੇ ਤੇ। ਅਤੇ ਇਹੋ ਜਿਹੀਆਂ ਫਿਲਮਾਂ ਨੂੰ ਜ਼ਰੂਰ ਦੇਖਣਾ ਚਾਹੀਦਾ, ਇਹ ਨਹੀਂ ਕਿ ਮੈਂ ਫਿਲਮ ਬਣਾਈ ਤਾਂ ਕਰਕੇ ਕਹੋ, ਮੈਂ ਆਪਣੀ ਫਿਲਮ ਬਾਰੇ ਨਹੀਂ ਕਹਿ ਰਿਹਾ, ਮੈਂ ਕਹਿੰਦਾ ਇਹੋ ਜਿਹੀਆਂ ਫਿਲਮਾਂ ਜਿਹੜੀਆਂ ਵੀ ਆਉਂਦੀਆਂ ਉਹਨਾਂ ਨੂੰ ਜ਼ਰੂਰ ਦੇਖਿਆ ਕਰੋ, ਕਿਉਂਕਿ ਉਹ 'ਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਅਸੀਂ ਸਿੱਖਣ ਤਾਂ ਆਏ ਹਾਂ, ਠੀਕ ਹੈ ਨਾ, ਅਸੀਂ ਸਿੱਖਣਾ ਹੈ, ਅਸੀਂ ਸਿੱਖ ਸਿੱਖ ਕੇ ਬੜਾ ਕੁਛ ਕਰਨਾ ਅਜੇ, ਜੇ ਅਸੀਂ ਆਏ ਖਾ ਲਿਆ ਪੀ ਲਿਆ ਸੋ ਲਿਆ ਬਸ ਐਵੇਂ ਜ਼ਿੰਦਗੀ ਬਿਤਾਤੀ, ਇਹਨੂੰ ਜ਼ਿੰਦਗੀ ਨਹੀਂ ਕਹਿੰਦੇ, ਇਹਦੇ ਨਾਲ ਚੰਗਾ ਤਾਂ ਬੇਕਾਰ ਹੈ, ਫਿਰ ਕੋਈ ਫਾਇਦਾ ਹੀ ਨਹੀਂ ਹੈ, ਡੱਬ ਚੱਕ ਲਵੇ ਫਿਰ ਤਾਂ। ਸਿੱਖਣਾ ਅਸੀਂ ਔਰ ਸਿੱਖਣਾ ਹੈ ਅਤੇ ਦੂਜਾ ਕੰਮ ਕਰਨਾ ਅਸੀਂ ਸਿਖਾਉਣਾ ਹੈ, ਇਹ ਦੋ ਕੰਮ ਜ਼ਰੂਰ ਕਰਨੇ, ਸਿੱਖਣਾ ਔਰ ਸਿਖਾਉਣਾ। ਜਾਂਦੇ ਜਾਂਦੇ ਦਰਸ਼ਕਾਂ ਲਈ ਕੀ ਕਹੋਗੇ ਫਿਲਮ ਸਿਨੇਮਾ ਘਰਾਂ ਦੇ ਵਿੱਚ ਅੱਜ? ਫਿਲਮ ਬਾਰੇ ਮੈਂ ਇਹੀ ਬਸ ਹੁਣੇ ਵੈਸੇ ਕਹਿ ਦਿੱਤਾ ਹੈ ਕਿ ਵੀ ਇਹੋ ਜਿਹੀਆਂ ਫਿਲਮਾਂ ਨੂੰ ਦੇਖਣਾ ਚਾਹੀਦਾ ਹੈ, ਅਤੇ ਦਰਸ਼ਕਾਂ ਨੂੰ ਮੈਂ ਇਹੀ ਕਹਾਂਗਾ ਵੱਧ ਤੋਂ ਵੱਧ ਸਿਨੇਮਾ ਘਰਾਂ 'ਚ ਜਾਓ, ਇਹ ਫਿਲਮ ਇੱਕ ਬਣ ਕੇ ਆ ਚੁੱਕੀ ਹੈ, ਬਾਕੀ ਜਿਹੜੀਆਂ ਬਣ ਕੇ ਆ ਰਹੀਆਂ ਜਾਂ ਹੋਰ ਵੀ ਡਾਇਰੈਕਟਰ ਪ੍ਰੋਡਿਊਸਰ ਜਿਹੜੇ ਇਸ ਚੀਜ਼ਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਕੁਝ ਬਣਨਗੀਆਂ ਇਸ ਤੋਂ ਬਾਅਦ ਇਸ ਫਿਲਮ ਨੂੰ ਦੇਖਣ ਤੋਂ ਬਾਅਦ, ਕਿਉਂਕਿ ਹੁਣ ਟ੍ਰੈਂਡ ਚੇਂਜ ਹੋ ਗਿਆ ਅੱਜ ਤੋਂ, ਅਤੇ ਜ਼ਿਆਦਾ ਤੋਂ ਜ਼ਿਆਦਾ ਇਹ ਫਿਲਮ ਬਣ ਕੇ ਆ ਚੁੱਕੀ ਹੈ, ਇਸ ਫਿਲਮ ਨੂੰ ਦੇਖਣ ਜ਼ਿਆਦਾ ਤੋਂ ਜ਼ਿਆਦਾ ਜਾਓ, ਉਹ 'ਚ ਦੇਖੋ ਵੀ ਕਿਹੜੀ ਐਸੀ ਚੀਜ਼ ਹੈ। ਹਰੇਕ ਬੰਦਾ ਖੁਸ਼ ਖੁਸ਼ ਨਿਕਲ ਰਿਹਾ ਸੀਗਾ, ਤੁਸੀਂ ਦੇਖਿਆ ਹੀ ਹੋਣਾ, ਹਰੇਕ ਬੰਦੇ ਦੇ ਚਿਹਰੇ 'ਤੇ ਖੁਸ਼ੀ ਸੀਗੀ, ਉਹ ਖੁਸ਼ੀ ਖਜ਼ਾਨੇ ਤੋਂ ਵੱਧ ਕੇ ਸੀਗੀ, ਅਤੇ ਇਸ ਉਹ ਤੁਸੀਂ ਵੀ ਦੇਖੋ ਜਾ ਕੇ ਵੀ ਉਹ ਕਿਹੜੀ ਖੁਸ਼ੀ, ਉਹ ਕਿਹੜਾ ਖਜ਼ਾਨਾ ਉਹਨਾਂ ਨੂੰ ਹੱਥ ਲੱਗ ਗਿਆ। ਥੈਂਕ ਯੂ ਸੋ ਮਚ ਆਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਦੇਸੀ ਚੈਨਲ, ਤੁਹਾਡੇ ਨਾਲ ਹਾਂ ਸਿਮਰਨ ਹੰਸ। ਫਰੇਮ ਦੇ ਵਿੱਚ ਮੇਰੇ ਨਾਲ ਸਿਮਰ ਮੌਜੂਦ ਨੇ, ਜਿਨ੍ਹਾਂ ਨੇ ਜੱਟਾ ਡੋਲੀਨਾ ਦੇ ਵਿੱਚ ਇੱਕ ਬੜਾ ਹੀ ਸਪੈਸ਼ਲ ਕਿਰਦਾਰ ਪਲੇ ਕੀਤਾ, ਉਹਨਾਂ ਦੇ ਕਿਰਦਾਰ ਬਾਰੇ, ਫਿਲਮ ਬਾਰੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਬਹੁਤ ਵਧੀਆ ਜੀ, ਸ਼ੁਕਰ ਹੈ ਮਹਾਰਾਜ ਦਾ। ਪਹਿਲਾਂ ਤਾਂ ਇਹ ਦੱਸੋ ਕਿ ਹੁਣ ਤੱਕ ਬੈਸਟ ਕੰਪਲੀਮੈਂਟ ਕਿਹੜਾ ਮਿਲ ਚੁੱਕਿਆ ਤੁਹਾਡੇ ਵਰਕ ਲਈ, ਜਦੋਂ ਦੇ ਥੀਏਟਰਸ 'ਚੋਂ ਬਾਹਰ?
ਮੈਨੂੰ ਤਾਂ ਅੱਜ ਹੀ ਹੁਣੇ ਹੀ ਇੱਕ ਮਿਲਿਆ, ਮੈਨੂੰ ਕਹਿੰਦੇ ਬਾਈ ਤੁਸੀਂ ਪਛਾਣੇ ਨਹੀਂ ਜਾਂਦੇ ਉਹੀ ਤੁਸੀਂ ਹੋ। ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਹਾਂ ਮੈਂ ਸੱਚੀ ਇੱਕ ਕਰੈਕਟਰ ਨੂੰ ਜਿਵੇਂ ਕਹਿੰਦੀ ਫੜਨਾ ਹੁੰਦਾ ਉਹ ਮੈਂ ਕੀਤਾ, ਕਰੈਕਟਰ ਸਹੀ ਕੀਤਾ ਫੜਿਆ, ਤਾਂ ਹੀ ਮੈਨੂੰ ਕੋਈ ਪਛਾਣ ਨਹੀਂ ਰਿਹਾ। ਕਹਿੰਦੇ ਯਾਰ ਤੂੰ ਦੇਖਣ 'ਚ ਤਾਂ ਬੜਾ ਹਸਮੁੱਖ ਹਾਂ ਅਤੇ ਕਰੈਕਟਰ ਤੂੰ ਮਤਲਬ ਕਿ ਥੋੜ੍ਹਾ ਡਾਰਕ ਸ਼ੇਡ ਕੀਤੀ ਹੈ ਨਾ, ਇਹ ਚੀਜ਼ ਇਹ ਮੇਰੀ ਬਹੁਤ ਵੱਡੀ ਗੱਲ ਹੈ। ਸੋ ਉਹ ਐਰੋਗੈਂਸ, ਉਹ ਸਾਰਕਾਜ਼ਮ ਨੂੰ ਫੜ ਕੇ ਰੱਖਣਾ ਕਿੰਨਾ ਔਖਾ ਸੀਗਾ? ਕਈ ਚੀਜ਼ਾਂ ਤੁਹਾਡੇ ਤਾਂ ਸੌਖੀਆਂ ਹੋ ਜਾਂਦੀਆਂ ਨੇ ਜਦੋਂ ਤੁਸੀਂ ਆਪਣੇ ਕਰਾਫਟ 'ਤੇ ਕੰਮ ਕਰਕੇ ਆਉਂਦੇ ਹੋ, ਹੈ ਨਾ। ਅਤੇ ਬੈਕ ਟੂ ਮੈਂ ਜੇ ਕਹਾਂ ਤਾਂ ਮੈਂ 6 ਸਾਲ ਰੰਗ ਮੰਚ ਕੀਤਾ ਹੈ, ਅਤੇ ਇਹ ਮੇਰੀ ਪਹਿਲੀ ਡੈਬਿਊ ਫਿਲਮ ਹੈ ਜਿਹੜੀ ਵੱਡੇ ਕਰੈਕਟਰ ਦੇ ਵਿੱਚ ਹੈ। ਸੋ ਤਾਂ ਕਰਕੇ ਥੀਏਟਰ ਆਰਟਿਸਟ ਜਦੋਂ ਵੱਡਾ ਕਰੈਕਟਰ ਕੋਈ ਇਹੋ ਜਿਹਾ ਕਰੈਕਟਰ ਪੜ੍ਹਦਾ ਤਾਂ ਉਹਦੇ ਲਈ ਬਹੁਤ ਸੌਖਾ ਹੋ ਜਾਂਦਾ ਕਿਉਂਕਿ ਉਹ ਕਈ ਰਸਾਂ 'ਤੇ ਕੰਮ ਕਰਕੇ ਆਉਂਦਾ, ਜੇ ਐਕਟਿੰਗ ਦੇ ਕਰਾਫਟ 'ਤੇ ਕੰਮ ਕਰਕੇ ਆਉਂਦਾ ਹੁੰਦਾ ਜੀ। ਅੱਛਾ, ਕਈ ਵਾਰ ਕੀ ਹੁੰਦਾ ਨਾ, ਕਈ ਜਿਹੜੀਆਂ ਫਿਲਮਾਂ ਹੁੰਦੀਆਂ ਨੇ ਕੁਝ ਆਰਟਿਸਟ ਲਈ ਟਰਨਿੰਗ ਪੁਆਇੰਟ ਸਾਬਿਤ ਹੁੰਦੀਆਂ ਨੇ, ਤੁਹਾਨੂੰ ਲੱਗਦਾ ਇਹ ਫਿਲਮ ਤੁਹਾਡੇ ਲਈ ਇੱਦਾਂ ਦਾ ਕੰਮ ਕਰੇਗੀ ਕਿਉਂਕਿ ਲੋਕਾਂ ਨੇ ਕਾਫੀ ਨੋਟਿਸ ਕੀਤਾ ਹੈ ਉਸ ਕਰੈਕਟਰ? ਜੀ 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 ਬਿਲਕੁਲ ਬਿਲਕੁਲ, ਮੈਨੂੰ ਬਹੁਤ ਉਮੀਦਾਂ ਨੇ ਮਹਾਰਾਜ ਚੜ੍ਹਦੀ ਕਲਾ ਬਖਸ਼ਣ। ਸੋ ਮੈਨੂੰ ਜ਼ਰੂਰ ਲੱਗਦਾ ਹੈ ਕਿ ਇਹ ਮੇਰੇ ਲਈ ਬਹੁਤ ਵੱਡੀ ਮਤਲਬ ਮੋੜ ਲੈ ਕੇ ਆਊਗੀ ਮੇਰੇ ਲਾਈਫ ਦੇ ਵਿੱਚ। ਸੋ ਉਦੋਂ ਵੱਡੀ ਮੇਰੇ ਲਈ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਜੇ ਤੁਸੀਂ ਰੰਗਮੰਚ ਕਰਦੇ ਹੋ ਤਾਂ ਮਤਲਬ ਤੁਹਾਨੂੰ ਪਛਾਣਨਾ, ਜਿਹਨੂੰ ਕਹਿ ਦਈਏ ਨਾ ਕਿ ਬੰਦੇ ਨੂੰ ਪਛਾਣਨਾ, ਉਹ ਬਹੁਤ ਔਖਾ ਹੈ। ਬਹੁਤ ਧੰਨਵਾਦ ਆ ਮੈਂ ਡਾਇਰੈਕਟਰ ਸਾਹਿਬ ਹੋਰਾਂ ਦਾ, ਜਰਨੈਲ ਭਾਅ ਜੀ ਹੋਰਾਂ ਦਾ, ਇੱਕ ਵਾਰ ਫਿਰ ਮੈਂ ਜਰਨੈਲ ਭਾਅ ਜੀ ਉਹਨਾਂ ਦਾ, ਕਿਉਂਕਿ ਉਹ ਮੈਨੂੰ ਇੰਡਸਟਰੀ ਦੇ ਵਿੱਚ ਲੈ ਕੇ ਆਉਣ ਵਾਲੇ ਉਹ ਨੇ ਜਰਨੈਲ ਭਾਅ ਜੀ, ਉਹਨਾਂ ਦਾ ਮੈਂ ਕਦੇ ਦੇਣਾ ਨਹੀਂ ਦੇ ਸਕਦਾ, ਹੈ ਨਾ। ਇੱਕ ਆਰਟਿਸਟ ਨੂੰ ਪਛਾਣਨਾ ਬਹੁਤ ਵੱਡੀ ਗੱਲ ਹੈ, ਸੋ ਉਹਨਾਂ ਨੇ ਮੈਨੂੰ ਪਛਾਣਿਆ ਅਤੇ ਰੋਲ ਦਿੱਤਾ, ਸੋ ਮੈਂ ਇੱਥੇ ਖਰਾ ਉਤਰਿਆ, ਮੇਰੀ ਬਹੁਤ ਵੱਡੀ ਗੱਲ ਹੈ। ਅੱਛਾ, ਤੁਸੀਂ ਕਿਹਾ ਸੀਗਾ ਵੀ ਮੈਂ ਸਿੱਖ ਕੇ ਆਇਆ, ਮੈਂ ਰੰਗਮੰਚ ਕੀਤਾ ਆ, ਹੈ ਨਾ, ਅਤੇ ਥੀਏਟਰ ਨਾਲ ਜੁੜੇ ਹੋਏ ਉਦੋਂ ਸੀ, ਅਤੇ ਐਕਟਿੰਗ ਨੂੰ ਨਾ ਜ਼ਿਆਦਾਤਰ ਬਹੁਤ ਲਾਈਟਲੀ ਲਿਆ ਜਾਂਦਾ ਕਿ ਕਰਵਾ ਲੈਣਗੇ ਡਾਇਰੈਕਟਰ, ਅਸੀਂ ਕਰ ਲਾਂਗੇ, ਹੈ ਨਾ। ਸੋ ਸਿੱਖ ਕੇ ਆਉਣਾ ਕਿੰਨਾ ਕੁ ਜ਼ਰੂਰੀ ਮੰਨਦੇ ਹੋ, ਅਤੇ ਜਿਹੜੀਆਂ ਟੈਕਨੀਕੈਲਿਟੀਜ਼ ਉਹਦੇ ਵਿੱਚ ਹੁੰਦੀਆਂ ਨੇ ਉਹ ਸਮਝ ਕੇ ਆਉਣਾ ਕਿੰਨਾ ਕੁ ਜ਼ਰੂਰੀ? ਨਹੀਂ ਨਹੀਂ ਬਿਲਕੁਲ ਬਿਲਕੁਲ, ਆਪਣਾ ਫਿਰ ਨਾ ਆਪਣੇ ਕਈ ਕਲਾਕਾਰਾਂ ਦਾ ਇਹੀ ਹੁੰਦਾ ਬਹਾਨਾ ਵੀ ਸਾਨੂੰ ਕੰਮ ਨਹੀਂ ਮਿਲਦਾ, ਹੈ ਨਾ। ਕੰਮ ਤੁਹਾਨੂੰ ਮਿਲਣਾ ਤਾਂ ਵਾ ਜੇ ਤੁਸੀਂ ਕਰਾਫਟ 'ਤੇ ਕੰਮ ਕਰਕੇ ਆਉਂਦੇ ਹੋ, ਤੁਹਾਨੂੰ ਇੱਕ ਵਾਰ ਮੌਕਾ ਮਿਲਣਾ ਹੈ ਤੁਸੀਂ ਸੈੱਟ ਦੇ ਉੱਤੇ ਕੀ ਕਰਦੇ ਹੋ, ਹੈ ਨਾ। ਜੇ ਤੁਸੀਂ ਉਹ ਵਧੀਆ ਨਹੀਂ ਉਹਨੂੰ ਸਿਰੇ ਚਾੜਿਆ, ਹੈ ਨਾ, ਤੁਹਾਨੂੰ ਨਹੀਂ ਤੁਸੀਂ ਮੌਕਾ ਉੱਥੇ ਆਪਣਾ ਨਹੀਂ ਇਸਤੇਮਾਲ ਕੀਤਾ, ਫਿਰ ਤੁਸੀਂ ਪ੍ਰੋਬਲਮ ਆਊਗੀ, ਹੈ ਨਾ। ਸੋ ਮੈਂ ਇਹੀ ਕਹਿਣਾ ਚਾਹੂੰਗਾ ਜਿਹੜਾ ਵੀ ਕਲਾਕਾਰ ਇੱਥੇ ਆਉਂਦਾ ਹੈ, ਇੰਡਸਟਰੀ ਦੇ ਵਿੱਚ ਆਉਂਦਾ ਹੈ, ਆਪਣੇ ਕਰਾਫਟ 'ਤੇ ਕੰਮ ਕਰਕੇ ਆਪਾਂ ਆਈਏ, ਹੈ ਨਾ। ਫਿਰ ਆਪਾਂ ਰੰਗਮੰਚ ਕਰਕੇ ਆਓ, ਨਾਟਕ ਕਰਕੇ ਆਓ, ਕਰਾਫਟ 'ਤੇ ਵਧੀਆ ਤਰੀਕੇ ਨਾਲ ਕੰਮ ਕਰਕੇ ਆਓ, ਫਿਰ ਇੱਥੇ ਆਓ, ਫਿਰ ਤੁਸੀਂ ਕਾਮਯਾਬ ਹੋ। ਮੇਰੇ ਸਰਕਲ ਦੇ ਵਿੱਚ ਜਾਂ ਕਹਿ ਲਈਏ, ਵੈਸੇ ਅਸੀਂ ਇੰਟਰਵਿਊਜ਼ ਕਰਦੇ ਹਾਂ, ਬਹੁਤ ਸਾਰੇ ਇੱਦਾਂ ਦੇ ਯੰਗਸਟਰਸ ਨੂੰ ਮਿਲਦੇ ਹਾਂ ਜਾਂ ਇੱਦਾਂ ਦੇ ਕਹਿ ਲਈਏ ਕਿ ਸਟਰਗਲਰਸ ਨੂੰ ਮਿਲਦੇ ਹਾਂ ਜਿਨ੍ਹਾਂ ਨੇ ਥੀਏਟਰ ਤਾਂ ਕੀਤੀ ਹੈ ਬਟ ਕਿਤੇ ਨਾ ਕਿਤੇ ਉਹਨਾਂ ਨੂੰ ਉਸ ਲੈਵਲ ਦਾ ਕੰਮ ਨਹੀਂ ਮਿਲ ਰਿਹਾ। ਉਹਦੇ ਵਾਸਤੇ ਬਹੁਤ ਸਾਰੇ ਕਈ ਵਾਰੀ ਆਰਟਿਸਟ ਕਹਿੰਦੇ ਹੁੰਦੇ ਆ ਕਿ ਖੁਦ ਨੂੰ ਤੁਹਾਨੂੰ ਮਾਰਕੀਟ ਕਰਨਾ ਵੀ ਜ਼ਰੂਰੀ ਆ ਜਾਂ ਖੁਦ ਜਾ ਕੇ ਅਗਲੇ ਨੂੰ ਕਹਿਣਾ ਵੀ ਜ਼ਰੂਰੀ ਆ। ਤੁਸੀਂ ਪਰਸਨਲੀ ਕੀ ਸਮਝਦੇ ਹੋ ਵੀ ਜੇ ਤੁਸੀਂ ਥੀਏਟਰ ਕਰ ਲਿਆ ਜਾਂ ਕੋਈ ਪਰਟੀਕੁਲਰ ਇੱਕ ਚੀਜ਼ ਅਚੀਵ ਕਰ ਲਈ ਹੈ ਐਕਟਿੰਗ ਦੇ ਵਿੱਚ ਤਾਂ ਤੁਹਾਡੇ ਕੋਲ ਕੰਮ ਆਪਣੇ ਆਪ ਆਏਗਾ ਜਾਂ ਜਾਣਾ ਜ਼ਰੂਰੀ ਆ? ਨਹੀਂ ਨਹੀਂ, ਹਾਂ ਜਾਣਾ ਵੀ ਜ਼ਰੂਰੀ ਹੈ, ਬਟ ਉਦੋਂ ਪਹਿਲਾਂ ਤੁਸੀਂ ਕੰਮ ਕਰੋ ਆਪਣੇ 'ਤੇ ਵਧੀਆ ਤਰੀਕੇ ਨਾਲ, ਹੈ ਨਾ। ਕੋਈ ਤੁਹਾਨੂੰ ਕਹਿ ਨਾ ਸਕੇ, ਸਹੀ ਤਰੀਕੇ ਨਾਲ ਵਧੀਆ ਗਰੁੱਪ ਨਾਲ ਜੁਆਇਨ ਹੋ ਕੇ ਕੰਮ ਕਰੋ, ਉਦੋਂ ਬਾਅਦ ਤੁਸੀਂ ਕੰਮ ਲੱਭੋ। ਪਹਿਲਾਂ ਹੀ ਕੰਮ ਲੱਭਦੇ ਹਾਂ ਅਤੇ ਉਦੋਂ ਬਾਅਦ ਤੁਸੀਂ ਕੰਮ ਨਹੀਂ ਕੀਤਾ ਹੁੰਦਾ, ਫਿਰ ਦਿੱਕਤਾਂ ਤਾਂ ਆਉਣੀਆਂ ਹੀ ਨੇ, ਹੈ ਨਾ। ਕੰਮ ਕਰਕੇ ਆਓ ਇੰਡਸਟਰੀ ਦੇ ਵਿੱਚ, ਫਿਰ ਤੁਹਾਨੂੰ ਬਹੁਤ ਛੇਤੀ ਕੰਮ ਮਿਲੂਗਾ। ਬਿਲਕੁਲ, ਸਟਰਗਲ ਪੀਰੀਅਡ 'ਚ ਹੁੰਦੇ ਆ ਅਤੇ ਅਪਸ ਐਂਡ ਡਾਊਨਸ ਬਹੁਤ ਹੁੰਦੀਆਂ ਜ਼ਿੰਦਗੀ ਦੇ ਵਿੱਚ, ਅਤੇ ਡਾਊਨ ਟਾਈਮ ਦੇ ਵਿੱਚ ਕਿਹੜੀ ਚੀਜ਼ ਨੇ ਮੋਟੀਵੇਟ ਕੀਤਾ ਅੱਗੇ ਵਧਣ? ਦੇਖੋ, ਹਾਂ ਬਹੁਤ ਮੇਰੇ ਮੈਨੂੰ ਲੱਗਦਾ ਮੇਰੀ ਮੈਂ ਨਹੀਂ ਬਹੁਤ ਕਲਾਕਾਰ ਜਿਹੜੇ ਹੈਗੇ ਨੇ ਅਪ ਡਾਊਨ ਚੱਲਦਾ ਰਹਿੰਦਾ ਉਹਨਾਂ ਦੀ ਲਾਈਫ ਦੇ ਵਿੱਚ, ਮੇਰੇ ਵੀ ਬਹੁਤ ਆਇਆ। ਪਰ ਜਦੋਂ ਵੀ ਆਇਆ ਮੈਂ ਤਾਂ ਸੋਹਣਾ ਸਾਹਿਬ ਜਾ ਕੇ ਅਰਦਾਸ ਕੀਤੀ, ਮਾਂ ਪਿਓ ਨੇ ਇਹੀ ਦੱਸਿਆ ਕਿ ਜਦੋਂ ਵੀ ਕੁਛ ਇੱਦਾਂ ਦਾ ਕੰਮ ਹੋਵੇ ਤਾਂ ਤੂੰ ਡੋਲਣਾ ਨਹੀਂ ਹੈਗਾ, ਅਰਦਾਸ ਕਰ।
ਉਦੋਂ ਵੱਡੀ ਗੱਲ ਹੈ ਕਿ ਮੇਰੇ ਮਾਂ ਪਿਓ ਦਾ ਬਹੁਤ ਸਪੋਰਟ ਰਹੀ ਹੈ, ਹੈ ਨਾ, ਅੱਜ ਜੇ ਇਸ ਮੁਕਾਮ 'ਤੇ ਹੈ ਤਾਂ ਉਹਨਾਂ ਕਰਕੇ ਹੀ ਹੈ। ਜਿੰਨਾ ਮਰਜ਼ੀ ਬੰਦਾ ਜ਼ੋਰ ਲਾ ਲਏ ਨਹੀਂ ਪਹੁੰਚ ਸਕਦਾ ਇੱਥੇ ਤੱਕ, ਜਦੋਂ ਤੱਕ ਤੁਹਾਡੇ ਮਾਂ ਪਿਓ ਤੁਹਾਡੇ ਨਾਲ ਨਹੀਂ ਹੈਗੇ, ਹੈ ਨਾ, ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਮਾਂ ਪਿਓ ਬਹੁਤ ਨਾਲ ਨੇ, ਤਾਂ ਹੀ ਕਿਤੇ ਨਾ ਕਿਤੇ ਇਹ ਚੀਜ਼ ਹੋਈ ਹੈ। ਜਦੋਂ ਆਰਟਿਸਟ ਦੇ ਕੋਲ ਫਿਲਮਸ ਨਹੀਂ ਹੁੰਦੀਆਂ ਤਾਂ ਇਹ ਮੰਨਿਆ ਜਾਂਦਾ ਉਹਦੇ ਕੋਲ ਸ਼ਾਇਦ ਕੰਮ ਨਹੀਂ ਆ, ਬਟ ਪਰਸਨਲੀ ਤੁਹਾਨੂੰ ਕੀ ਲੱਗਦਾ ਉਦੋਂ ਕੀ ਕਰਨਾ ਚਾਹੀਦਾ ਇੱਕ ਆਰਟਿਸਟ? ਨਹੀਂ, ਉਦੋਂ ਆਪਣੇ ਕ੍ਰਾਫਟ 'ਤੇ ਕੰਮ ਕਰੋ ਤੁਸੀਂ। ਮੈਂ ਇਹ ਸਭ ਤੋਂ ਵੱਡੀ ਗੱਲ ਪਤਾ ਇਹੀ ਹੈ, ਜਦੋਂ ਆਰਟਿਸਟ ਆਪਾਂ ਕਹਿ ਦਿੰਦੇ ਹਾਂ ਵਿਹਲਾ ਵਿਹਲਾ ਨਹੀਂ ਹੈਗਾ, ਉਦੋਂ ਉਹ ਕੋਲ ਬਹੁਤ ਟਾਈਮ ਹੁੰਦਾ, ਹੈ ਨਾ, ਨਵੀਆਂ ਚੀਜ਼ਾਂ ਸਿੱਖਣ ਦਾ, ਹੈ ਨਾ। ਤੁਸੀਂ ਲਿਟਰੇਚਰ ਸ਼ੁਰੂ ਕਰੋ, ਲਿਟਰੇਚਰ ਅੱਜ ਦੇ ਟਾਈਮ 'ਚ ਮੁੰਡਾ ਜੇ ਕਹੀਏ ਨਾ ਕੋਈ ਕਿਸੇ ਨੇ ਹੀਰੋ ਬਣਨਾ ਤਾਂ ਉਹਨੂੰ ਪੁੱਛੇ ਕਿ ਤੂੰ ਲਿਟਰੇਚਰ ਕਿੰਨਾ ਪੜ੍ਹਿਆ, ਉਹ ਨਹੀਂ ਪੜ੍ਹਿਆ ਹੋਇਆ। ਹਾਂ, ਲਿਖਣ ਵਾਲੇ ਨਹੀਂ ਪੜ੍ਹਦੇ, ਹੈ ਨਾ, ਲਿਟਰੇਚਰ ਨਾਲ ਜੁੜੋ ਫਿਰ ਹੀ ਫਾਇਦਾ ਹੈ। ਬਿਲਕੁਲ, ਥੈਂਕ ਯੂ ਸੋ ਮਚ ਐਂਡ ਆਲ ਦਾ ਵੈਰੀ ਬੈਸਟ। ਉਮੀਦ ਹੈ ਜਿਹੜੇ ਤੁਸੀਂ ਰਸਤੇ 'ਤੇ ਚੱਲ ਰਹੇ ਹੋ ਇੱਕਦਮ ਸਿੱਖ ਇੱਕਦਮ ਵਧੀਆ, ਸੋ 2024 ਤੁਹਾਡੇ ਲਈ ਬਹੁਤ ਸਾਰੀਆਂ ਫਿਲਮਾਂ ਲੈ ਕੇ ਆਵੇ। ਆਲ ਦਾ ਵੈਰੀ, ਥੈਂਕ ਯੂ ਸੋ ਮਚ ਮੈਮ, ਥੈਂਕ ਯੂ ਸੋ ਮਚ। ਸੋ ਕਿਰਨਦੀਪ ਰਿਆਤ ਮੇਰੇ ਨਾਲ ਮੌਜੂਦ ਨੇ, ਜੱਟਾ ਡੁੱਲੀਨਾ ਸਿਨੇਮਾ ਘਰਾਂ ਦੇ ਵਿੱਚ ਆ ਚੁੱਕੀ ਹੈ, ਗੱਲਬਾਤ ਕਰਦੇ ਇਹਨਾਂ ਦੀ ਫਿਲਮ ਦੇ ਬਾਰੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ? ਬਹੁਤ ਹੀ ਵਧੀਆ, ਪਹਿਲੇ ਤਾਂ ਬਹੁਤ ਬਹੁਤ ਮੁਬਾਰਕ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ। ਕਿਹੜਾ ਬੈਸਟ ਕੰਪਲੀਮੈਂਟ ਹੁਣ ਤੱਕ ਮਿਲ ਚੁੱਕਿਆ? ਬੈਸਟ ਕੰਪਲੀਮੈਂਟ ਮਿਲਿਆ ਮੈਨੂੰ, ਇੱਕ ਬਾਈ ਮਿਲਿਆ ਕਹਿੰਦਾ ਕਿ ਵੀਰੇ ਮੈਂ ਪਹਿਲਾਂ ਗੱਤਕਾ ਖੇਡਦਾ ਸੀ, ਸਿੱਖਦਾ ਸੀ, ਫਿਰ ਮੈਂ ਛੱਡਤਾ, ਕਹਿੰਦਾ ਮੈਂ ਜਾ ਕੇ ਦੁਬਾਰਾ ਸ਼ੁਰੂ ਕਰਨਾ। ਮੈਂ ਮਤਲਬ ਮੈਨੂੰ ਐਂ ਲੱਗਿਆ ਮੈਂ ਇਹਨੂੰ ਘੁੱਟ ਕੇ ਜੱਫੀ ਪਾ ਲਾਂ ਬੰਦੇ ਨੂੰ। ਸਭ ਤੋਂ ਵਧੀਆ ਕੰਪਲੀਮੈਂਟ ਮੈਨੂੰ ਉਹ ਲੱਗਿਆ। ਬਾਕੀ ਕਿਸੇ ਵੀ ਐਕਟਰ ਲਈ ਮੈਨੂੰ ਲੱਗਦਾ ਸਭ ਤੋਂ ਵਧੀਆ ਜਿਹੜੀ ਚੀਜ਼ ਹੁੰਦੀ, ਜਿਹੜੀ ਉਹਨੂੰ ਫੀਲ ਹੁੰਦੀ ਨਾ, ਐਜ਼ ਐਕਟਰ ਪੁਆਇੰਟ ਆਫ ਵਿਊ ਗੱਲ ਕਰਾਂ ਤਾਂ ਉਹ ਤਾਲੀਆਂ ਹੁੰਦੀਆਂ। ਅੱਜ ਥੀਏਟਰ 'ਚ ਤੁਸੀਂ ਵੀ ਬੈਠੇ ਸੀ, ਮੇਰੇ ਖਿਆਲ 4 ਕੁ ਵਾਰੀ ਤਾਲੀਆਂ ਵੱਜੀਆਂ, ਕੁਦਰਤੀ ਚਾਰੋਂ ਮੇਰੇ ਸੀਨ ਸੀਗੇ। ਹਾਂ, ਅਤੇ ਉਹ ਮਤਲਬ ਇੱਥੇ ਫੀਲ ਹੁੰਦੀ ਹੈ ਉਹ ਚੀਜ਼। ਅੱਛਾ, ਸੈਕਿੰਡ ਹਾਫ ਦੇ ਵਿੱਚ ਪਤਾ ਲੱਗਦਾ ਵੀ ਬਹੁਤ ਸਾਰੀ ਮਿਹਨਤ ਉਹ ਆਰਟ ਨੂੰ ਸਿੱਖਣ ਲਈ ਕੀਤੀ ਗਈ, ਔਰ ਸਪੈਸ਼ਲੀ ਜਿਹੜਾ ਤੁਸੀਂ ਕਿਹਾ ਵੀ ਕੰਪਲੀਮੈਂਟ ਮਿਲਿਆ, ਔਰ ਉਸ ਚੀਜ਼ ਦਾ ਅਸਰ ਵੀ ਹੋ ਰਿਹਾ ਲੋਕਾਂ। ਹਾਂਜੀ ਹਾਂਜੀ, ਉਹ ਮਿਹਨਤ ਵਾਸਤੇ ਕੀ ਕਹੋਗੇ ਔਰ ਕਿੰਨਾ ਟਾਈਮ ਲੱਗਿਆ ਸੀ ਸਿੱਖਣ? ਗੱਤਕਾ ਸਿੱਖਣ ਨੂੰ ਜੀ ਗੱਤਕਾ ਮੈਂ ਪਹਿਲਾਂ ਸਿੱਖਿਆ ਸੀ, ਗੱਤਕਾ ਸਿੱਖਣ ਤੋਂ ਮਗਰ ਮੈਨੂੰ ਫਿਰ ਉਹਦੀ ਇੱਦਾਂ ਫੀਲਿੰਗ ਆਈ ਕਿ ਯਾਰ ਆਪਾਂ ਇਹਨੂੰ ਹੋਰ ਵੱਡੇ ਲੈਵਲ 'ਤੇ ਜਾ ਕੇ ਜਾਈਏ, ਜੋ ਸਾਡੇ ਬਸ ਹੋ ਸਕਦਾ, ਜੋ ਸਾਡੇ ਬਸ 'ਚ ਅਸੀਂ ਉਹਨੂੰ ਉੱਦਾਂ ਦਾ ਕੁਛ ਕਰੀਏ ਕਿ ਲੋਕਾਂ ਦੇ ਮੂਹਰੇ ਗੱਤਕਾ ਆ ਸਕੇ, ਅਤੇ ਸੋਚ ਬਾਅਦ 'ਚੋਂ ਆਈ, ਪਹਿਲਾਂ ਮੈਂ ਗੱਤਕਾ ਸਿੱਖਿਆ ਸੀ। ਕਿਹੜਾ ਸੀਨ ਹੈ ਜਿਹੜਾ ਮੈਮੋਰੇਬਲ ਹੈ ਤੁਹਾਡੇ ਲਈ, ਔਰ ਸਕਰੀਨ 'ਤੇ ਜਦੋਂ ਉਸ ਸੀਨ ਨੂੰ ਵੇਖਿਆ, ਔਰ ਸਭ ਤੋਂ ਕਹਿ ਲਈ ਇੱਕ ਫੇਵਰੇਟ ਵਨ ਹੁੰਦਾ ਹੈ ਨਾ ਕਿ ਇਹ ਮੈਨੂੰ ਕਰਕੇ ਮਜ਼ਾ ਆਇਆ ਸੀ, ਇਸ 'ਚ ਜ਼ਿਆਦਾ ਹਾਰਡ ਵਰਕ ਲੱਗਿਆ ਸੀ, ਉਹ ਸੀਨ ਕਿਹੜਾ ਜੀ? ਇਹਦੇ ਵਿੱਚ ਨਾ ਮੇਰਾ ਕਰੈਕਟਰ ਦਾ ਇਵੋਲੂਸ਼ਨ ਹੈਗੀ, ਮਤਲਬ ਇਵੋਲਵ ਹੁੰਦਾ ਮੇਰਾ ਕਰੈਕਟਰ, ਉਹਦੀ ਇੱਕ ਜਰਨੀ ਹੈ, ਅਤੇ ਜਰਨੀ ਦੇ ਪਾਰਟ ਦੇ ਵਿੱਚ ਜਦੋਂ ਅਸੀਂ ਚੱਲਦੇ ਹਾਂ, ਜਦੋਂ ਕਰੈਕਟਰ ਹੀ ਇੱਕ ਉਹਦਾ ਟਰਾਂਸਫੋਰਮੇਸ਼ਨ ਹੈ ਕਰੈਕਟਰ 'ਤੇ, ਸਾਨੂੰ ਇਹ ਧਿਆਨ ਰੱਖਣਾ ਪੈਂਦਾ ਹੈ ਕਿ ਹੁਣ ਇਹ ਕਿਹੜਾ ਸੀਨ ਚੱਲ ਰਿਹਾ, ਇਸ ਟਾਈਮ ਇਸ ਐਕਟਰ ਦੀ, ਇਸ ਕਰੈਕਟਰ ਦੀ ਕੀ ਰਿਕੁਆਇਰਮੈਂਟ, ਉਹ ਕੀ ਸੋਚਦਾ ਸੀ, ਅਤੇ ਉਹ ਚੀਜ਼ ਦਾ ਮੈਨੂੰ ਵਧੀਆ ਰਿਹਾ ਕਿ ਮੈਂ ਮਿਕਸ ਨਹੀਂ ਕੀਤਾ ਕਦੀ ਵੀ, ਮੈਨੂੰ ਉਸ ਚੀਜ਼ ਦੀ ਖੁਸ਼ੀ ਹੈ। ਮੈਂ ਇੱਕ ਮਿੰਟ ਤੋਂ ਪਹਿਲਾਂ ਆਪਾਂ ਅੱਛਾ ਇਹ ਵਾਲਾ ਸੀਨ ਕਰਨਾ, ਅੱਛਾ ਇਹਦੇ ਵਿੱਚ ਮੈਂ ਇਹ ਵਾਲੇ ਫੇਸ 'ਚ ਘੁੰਮ ਰਿਹਾ ਕਰੈਕਟਰ ਦੇ ਹਿਸਾਬ ਨਾਲ, ਅਤੇ ਉਸ 'ਚ ਮੈਂ ਢਲ ਜਾਂਦਾ ਸੀ, ਮੈਨੂੰ ਉਹ ਵਧੀਆ ਲੱਗਿਆ ਕਿ ਮੈਨੂੰ ਉਸ ਚੀਜ਼ ਵਾਸਤੇ ਦਿੱਕਤ ਨਹੀਂ ਆਈ। ਬਾਕੀ ਡਾਇਰੈਕਟਰ ਸਰ ਕਹਿ ਰਹੇ ਸੀ ਕਿ ਜਦੋਂ ਅਸੀਂ ਸੈੱਟ 'ਤੇ ਹੁੰਦੇ ਸੀ ਨਾ, ਭਾਵੇਂ ਆਸੇ ਪਾਸੇ ਮਜ਼ਾਕ ਹੋ ਰਿਹਾ ਸੀ, ਪਰ ਕਿਰਨ ਹਮੇਸ਼ਾ ਆਪਣੇ ਜ਼ੋਨ 'ਚ ਰਹਿੰਦਾ ਸੀ, ਵੀ ਉਹਨੂੰ ਪਤਾ ਹੁੰਦਾ ਸੀ ਵੀ ਮੇਰਾ ਕਰੈਕਟਰ ਕੀ ਡਿਮਾਂਡ ਕਰ ਰਿਹਾ, ਆਸੇ ਪਾਸੇ ਜੋ ਹੁੰਦਾ ਹੋ ਹੀ ਜਾਏ। ਹਾਂਜੀ, ਇਹ ਹੈਗਾ ਜੀ, ਮੈਂ ਤੁਹਾਨੂੰ ਦੱਸਦਾ ਕਿ ਨਹਿਰ ਕੰਢੇ ਬੈਠੇ ਆਪਾਂ ਫਿਲਮ ਦੇ ਵਿੱਚ, ਮੈਂ ਅਤੇ ਮੇਰੇ ਉਸਤਾਦ ਜੀ, ਉਹ ਇੱਕ ਸੀਰੀਅਸ ਸੀਨ ਚੱਲ ਰਿਹਾ ਜਿਹੜਾ ਟ੍ਰੇਲਰ ਦੇ ਵਿੱਚ ਵੀ ਹੈਗਾ ਉਹ, ਕਿ ਜਦੋਂ ਮੈਂ ਉਹਨਾਂ ਨੂੰ ਪੁੱਛਦਾ ਕਿ ਰੂਪ ਨੇ ਮੇਰੀ ਲਾਈਫ ਵਿੱਚ ਰਹਿਣਾ ਹੀ ਸੀ, ਅਤੇ ਉਸ ਵੇਲੇ ਫਿਰ ਆਪਣੇ ਮੇਰੇ ਤੋਂ ਇੰਨਾ ਕੁਛ ਕਰਾਇਆ ਕਿਉਂ, ਉਹ ਸੀਨ ਆਪਾਂ ਸ਼ੂਟ ਕਰ ਰਹੇ ਸੀਗੇ, ਅਤੇ ਮੈਂ ਔਰ ਸਨੀ ਭਾਅ ਜੀ, ਆਪਣੇ ਸਨੀ ਗਿੱਲ ਭਾਅ ਜੀ, ਦੋਨਾਂ ਦਾ ਸੀਨ ਮਤਲਬ ਬੜਾ ਸੀਰੀਅਸ ਸੀਨ ਚੱਲ ਰਿਹਾ, ਇੱਧਰ ਕੈਮਰਾ ਲੱਗਾ, ਇੱਧਰ ਅਸੀਂ ਬੈਠੇ, ਕੈਮਰੇ ਦੇ ਮਗਰ ਸਾਰਾ ਹੱਸੀ ਮਜ਼ਾਕ ਚੱਲਣ ਡਿਆ, ਉਹ ਜ਼ੋਰ ਜ਼ੋਰ ਦੀ ਹਾਸਾ ਖੇਡੀਆਂ ਹੋ ਰਹੀਆਂ, ਅਤੇ ਮੈਨੂੰ ਲੱਗਦਾ ਮੈਨੂੰ ਪਤਾ ਹੀ ਨਹੀਂ ਉੱਥੇ ਕੁਝ ਚੱਲ ਰਿਹਾ, ਮੈਂ ਉਹ ਸੀਨ 'ਚ ਮਗਨ ਹਾਂ, ਸਨੀ ਭਾਅ ਜੀ ਉਸ ਸੀਨ 'ਚ ਮਗਨ ਹੈ, ਉਹ ਮੈਨੂੰ ਲੱਗਦਾ ਉਸ ਸੀਨ ਨੂੰ ਲੈ ਕੇ ਭਾਅ ਜੀ ਨੇ ਕਿਹਾ ਹੋਣਾ,
ਕਿ ਨਹੀਂ ਪਤਾ ਲੱਗਦਾ ਸੀ ਕੀ ਹੋ ਰਿਹਾ, ਉਹ ਜ਼ੋਨ 'ਚ ਰਹਿ ਜਾਂਦੇ ਸੀ ਆਪਾਂ। ਸੋ ਬਿਲਕੁਲ ਜਿਹੜੀ ਆਪਾਂ ਐਕਟਿੰਗ ਦੀ ਵੀ ਗੱਲ ਕਰੀਏ, ਕਈ ਵਾਰ ਕੀ ਹੁੰਦਾ ਨਾ ਜਦੋਂ ਐਕਸ਼ਨ ਫਿਲਮ ਆਉਂਦੀ ਹੈ ਕੋਈ, ਤੇ ਕਿਤੇ ਨਾ ਉੱਥੇ ਐਕਟਿੰਗ ਨੂੰ ਜਾਂ ਇਮੋਸ਼ਨਸ ਨੂੰ ਲਾਈਟਲੀ ਲੈ ਲਿਆ ਜਾਂਦਾ, ਪਰ ਇਸ ਫਿਲਮ ਦੇ ਵਿੱਚ ਸਾਨੂੰ ਸਾਰਾ ਕੁਝ ਦੇਖਣ ਨੂੰ ਮਿਲਿਆ ਔਰ ਪਰਫੈਕਟਲੀ ਇੱਕ ਮੈਚ ਕਰਕੇ ਵੀ ਉਸਨੂੰ ਦਿਖਾਇਆ ਗਿਆ, ਇਹਦੇ ਬਾਰੇ ਕੀ ਕਹੋ ਜੀ? ਅਗਰ ਤੁਸੀਂ ਇੰਨੀ ਗੱਲ ਕਹੀ ਹੈ, ਇੰਨੀ ਗੱਲ ਤੁਸੀਂ ਬਰੀਕੀ 'ਚ ਰੀਡ ਕੀਤੀ ਹੈ, ਮੈਨੂੰ ਲੱਗਦਾ ਹੈ ਵੀ ਆਪਣੇ ਆਪ ਦੇ ਅੰਦਰ ਇੱਕ ਬਹੁਤ ਵੱਡਾ ਕੰਪਲੀਮੈਂਟ ਹੈ ਐਜ਼ ਐਕਟਰ, ਬਹੁਤ ਵੱਡਾ ਕੰਪਲੀਮੈਂਟ ਹੈ। ਕਿਉਂਕਿ ਜਦੋਂ ਅਸੀਂ, ਮੈਨੂੰ ਲੱਗਦਾ ਕੋਈ ਇੱਕ ਕਰੈਕਟਰ ਨੂੰ ਇੱਦਾਂ ਚੇਂਜ ਕਰਦੇ ਹਾਂ ਕਿ ਕਰੈਕਟਰ ਟਰਾਂਸਫਾਰਮ ਹੋ ਰਿਹਾ, ਉਹਦੇ ਵਿੱਚ ਬੜਾ ਈਜ਼ੀਲੀ ਬੰਦਾ ਜਿਹੜਾ ਨਾ ਉਹ ਮਿਕਸ ਕਰ ਜਾਂਦਾ ਕਿ ਨਹੀਂ ਯਾਰ ਉੱਥੇ ਕਰੈਕਟਰ ਛੱਡ ਦਿੱਤਾ। ਫਰਜ਼ ਕਰ ਲਓ ਮੈਂ ਇੱਕ ਕਰੈਕਟਰ ਪੁਲਿਸ ਵਾਲੇ ਦਾ ਕਰੈਕਟਰ ਪਲੇ ਕਰਨਾ ਪੂਰੀ ਫਿਲਮ ਦੇ ਵਿੱਚ, ਤਾਂ ਮੈਂ ਇੱਕ ਵਾਰੀ ਫੜ ਲਿਆ ਉਹ ਕਰੈਕਟਰ, ਮੈਂ ਪੂਰੀ ਫਿਲਮ 'ਚ ਕਰਨਾ ਸੌਖਾ। ਇਹਦੇ ਵਿੱਚ ਕਰੈਕਟਰ ਪਹਿਲਾਂ ਕੁਛ ਹੋਰ ਹੈ, ਫਿਰ ਵਿਚਕਾਲੇ ਕੁਛ ਹੋਰ ਹੈ, ਐਂਡ ਦੇ ਵਿੱਚ ਕੁਛ ਹੋਰ ਹੈ। ਅਤੇ ਤੁਸੀਂ ਅਗਰ ਇਹ ਚੀਜ਼ ਤੁਹਾਨੂੰ ਤੁਸੀਂ ਮੈਨੂੰ ਆਪ ਦੱਸ ਰਹੇ ਹੋ ਅਤੇ ਮੈਨੂੰ ਲੱਗਦਾ ਮੈਂ ਉਹ ਕਨਵੇ ਕਰ ਪਾਇਆ ਐਜ਼ ਐਕਟਰ, ਤੇ ਮੇਰੇ ਲਈ ਬਹੁਤ ਵੱਡਾ ਕੰਪਲੀਮੈਂਟ ਹੈ। ਥੈਂਕ ਯੂ ਜੀ, ਥੈਂਕ ਯੂ। ਤਾਂ ਵੱਡੀ ਗੱਲ ਹੈ ਉਹ ਸਲੈਂਗ ਜਿਹੜਾ, ਲਾਈਕ ਆਈ ਡੋਨਟ ਨੋ ਡੈਡ, ਮੈਂ ਨਹੀਂ ਕਰਾਂਗਾ ਉਹ ਸਲੈਂਗ ਕਿਵੇਂ ਫੜਿਆ ਜੀ? ਉਹ ਮੁੰਡਾ ਨਾ ਉਹਦੀ ਜੰਪਲ ਪੰਜਾਬ ਦੀ ਹੁੰਦੀ ਆ, ਉਹ ਬਾਹਰ ਰਹਿੰਦਾ, ਅਤੇ ਕਿਤੇ ਨਾ ਕਿਤੇ ਮੈਂ ਚਾਹੁੰਦਾ ਸੀ ਯਾਰ ਉਹਦੇ ਵਿੱਚ ਨਾ, ਅਸੀਂ ਇਹਦੇ ਕਈ ਡਾਇਲੋਗ ਮੈਂ ਇੰਪਰੋਵਾਈਜ਼ ਕੀਤੇ ਨੇ ਔਨ ਸੈੱਟ। ਮੈਂ ਨਾ ਬੈਠੇ ਆਪਾਂ ਰਾਈਟਰ ਬੈਠੇ ਸੀ ਨਾਲ, ਮੈਂ ਕਿਹਾ ਯਾਰ ਉਹ ਮੁੰਡਾ ਬਾਹਰ ਰਹਿੰਦਾ ਵਾ, ਉਹ ਅਸੀਂ ਜਦੋਂ ਕਿਸੇ ਬੰਦੇ ਨੂੰ ਮਿਲਦੇ ਜਿਹੜਾ ਬਾਹਰੋਂ ਆਉਂਦਾ, ਉਹਦੀ ਗੱਲ ਗੱਲ ਦੇ ਵਿੱਚ ਪੰਜਾਬ ਮਤਲਬ ਇੰਗਲਿਸ਼ ਪੰਜਾਬੀ ਦੇ ਵਿੱਚ ਇੰਗਲਿਸ਼ ਨਿਕਲਦੀ ਉਹਦੀ, ਮੈਂ ਕਿਹਾ ਯਾਰ ਮੈਂ ਵਿੱਚ ਵਿੱਚ ਕਿਤੇ ਕਿਤੇ ਇੰਗਲਿਸ਼ ਪਾਊਂਗਾ। ਉਹ ਕਹਿੰਦਾ ਭਾਅ ਜੀ ਆਪਣੇ ਹਿਸਾਬ ਨਾਲ ਤੁਸੀਂ ਦੇਖ ਲੈਣਾ, ਜਿੱਥੇ ਲੱਗਦਾ ਹੋਏ ਪਾ ਦੇਣਾ। ਮੈਂ ਚੱਲ ਆਪਾਂ ਐਂ ਕਰ ਲਾਂਗੇ, ਉਹ ਜ਼ਰੂਰੀ ਸੀ ਮੈਨੂੰ ਲੱਗਦਾ ਕਰੈਕਟਰ ਨੂੰ। ਤੁਸੀਂ ਇਹ ਵੀ ਚੀਜ਼ ਨੋਟ ਕੀਤੀ ਹੋਣੀ ਹੈ, ਫਸਟ ਹਾਫ ਦੇ ਵਿੱਚ ਇੰਗਲਿਸ਼ ਜ਼ਿਆਦਾ ਮਾਰਦਾ, ਸੈਕਿੰਡ ਹਾਫ 'ਚ ਜਦੋਂ ਅਸੀਂ ਪੰਜਾਬ ਆ ਜਾਂਦਾ ਉਹ, ਤਾਂ ਉਸ ਵੇਲੇ ਉਹਦੀ ਉਹ ਚੀਜ਼ ਵੀ ਦਾ ਮੈਂ ਧਿਆਨ ਰੱਖਿਆ ਕਿ ਹੁਣ ਇੰਗਲਿਸ਼ ਘੱਟ ਮਾਰੇਗਾ। ਕਹਿ ਰਹੇ ਸੀ ਪਹਿਲਾਂ ਇਹਨੂੰ ਆਇਆ ਜਦੋਂ, ਹੈ ਨਾ ਇਹ ਕਰੈਕਟਰ ਨੂੰ ਉਦੋਂ ਸੱਜੇ ਹੱਥ ਦਾ ਪਤਾ ਨਹੀਂ ਲੱਗਿਆ, ਹੁਣ ਇਹਨੂੰ ਕਹਿ ਰਿਹਾ ਇਸ਼ਨਾਨ ਕਰਨ ਜਾ, ਇਹਨੂੰ ਉਹ ਵੀ ਸਮਝ। ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ, ਉਹ ਸੱਜੇ ਹੱਥ ਦਾ ਨਹੀਂ ਪਤਾ ਲੱਗਿਆ, ਬਾਅਦ 'ਚ ਇਸ਼ਨਾਨ ਦਾ ਪਤਾ ਲੱਗਿਆ ਜੀ। ਉਹ ਜਦੋਂ ਬੰਦਾ ਪੰਜਾਬ ਆਉਂਦਾ ਨਾ ਜੀ, ਅਤੇ ਪੰਜਾਬ ਦੀ ਮਿਠਾਸ ਹੀ ਇੱਦਾਂ ਦੀ ਹੈ। ਅਸੀਂ ਕਦੀ ਪਿੰਡਾਂ ਜਾਂਦੇ ਹਾਂ ਨਾ, ਪਿੰਡਾਂ ਦੇ ਲੋਕ ਇੰਨਾ ਕੁ ਪਿਆਰ ਕਰਦੇ ਨਾ ਤੁਹਾਨੂੰ, ਉਹ ਕਹਿੰਦੇ ਤੂੰ ਪੁੱਤਰ ਤੂੰ ਆਇਆ ਹੋਇਆ, ਤੂੰ ਭਾਵੇਂ ਰਾਹ ਹੀ ਪੁੱਛੇ ਨਾ ਕਿਸੇ ਤੋਂ, ਇੱਕ ਕੰਮ ਕਰ ਫੁਲਕਾ ਛਕਦਾ ਜਾ, ਅੱਗੇ ਤੈਨੂੰ ਦਿੱਕਤ ਹੋਣੀ ਆ। ਅਤੇ ਆਪਣੇ ਪੰਜਾਬ ਦੇ ਬੰਦੇ ਤਾਂ ਪਿੰਡ ਦੇ ਇੱਦਾਂ ਦੇ ਆ, ਹੈ ਨਾ। ਅਤੇ ਫੈਮਿਲੀ ਮੈਂਬਰਸ ਆਏ ਨੇ ਨਾਲ, ਉਹਨਾਂ ਨੇ ਦੇਖੀ? ਹਾਂਜੀ ਹਾਂਜੀ ਦੇਖੀ ਹੈ ਜੀ। ਰਿਐਕਸ਼ਨ ਸਾਰੇ ਜਣੇ ਬਹੁਤ ਖੁਸ਼ ਹੈਗੇ ਆ, ਪ੍ਰਾਊਡ ਫੀਲਿੰਗ ਹੈ ਮੈਨੂੰ ਵੀ ਕਿ ਮੈਂ ਇੱਕ ਇਹੋ ਜਿਹੇ ਪ੍ਰੋਜੈਕਟ ਦਾ ਹਿੱਸਾ ਹੈਗਾ ਜਿਹਦੇ ਨਾਲ ਜਿਹੜੀ ਮੇਰੀ ਫੈਮਿਲੀ ਮੇਰੇ ਨਾਲ ਬੈਠ ਕੇ ਦੇਖ ਸਕਦੀ ਹੈ। ਔਰ ਮੈਂ ਕੋਈ ਇਹੋ ਜਿਹੀ ਫਿਲਮ ਨਹੀਂ ਕੀਤੀ ਜਿਹਦੇ ਵਿੱਚ ਮੈਂ ਆਪਣੀ ਫੈਮਿਲੀ ਨਾਲ ਬੈਠ ਕੇ ਨਹੀਂ ਦੇਖ ਸਕਦਾ ਨਾ। ਜੇ ਅਗਰ ਮੈਂ ਆਪਣੀ ਫੈਮਿਲੀ ਨਾਲ ਬੈਠ ਕੇ ਦੇਖ ਸਕਦਾ ਤਾਂ ਕੋਈ ਵੀ ਬੰਦਾ ਆਪਣੀ ਫੈਮਿਲੀ ਨਾਲ ਬੈਠ ਕੇ ਦੇਖ ਸਕਦਾ, ਔਰ ਭਰਪੂਰ ਐਂਟਰਟੇਨਮੈਂਟ ਵੀ ਆ। ਅਤੇ ਮੈਨੂੰ ਐਂ ਲੱਗਦਾ ਸਾਰੇ ਜਣੇ ਬਸ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਿਨੇਮਾ ਦੇ ਵਿੱਚ ਜਾ ਕੇ ਦੇਖੋ, ਆਈ ਐਮ ਵੈਰੀ ਸ਼ੋਰ ਅਤੇ ਤੁਸੀਂ ਇੰਜੋਏ ਵੀ ਕਰੋਗੇ, ਕੁਛ ਸਿੱਕੇ ਵੀ ਨਿਕਲੋਗੇ ਜੀ। ਇੱਕ ਚੀਜ਼ ਹੈ ਜਿਹੜੀ ਉਹ ਅਚੀਵ ਹੋ ਗਈ ਆ, ਕਾਜ਼ ਹੋ ਗਿਆ, ਵਟਸ ਨੈਕਸਟ, ਕੁਛ ਸੋਚਿਆ ਜੀ? ਸੋਚਿਆ ਮੈਂ ਬਹੁਤ ਕੁਛ ਹੋਇਆ ਜੀ, ਪਰ ਜਿਵੇਂ ਅਸੀਂ ਜਦੋਂ ਇਹ ਵੀ ਸੋਚਿਆ ਸੀ ਨਾ, ਕਈ ਵਾਰੀ ਮਨ 'ਚ ਡਾਊਟ ਆਉਂਦਾ ਸੀਗਾ ਕਿ ਯਾਰ ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾ, ਗੱਤਕੇ ਦੇ ਉੱਤੇ ਲੈ ਕੇ ਆਵਾਂਗੇ। ਕਈ ਵਾਰੀ ਮਤਲਬ ਜਿਵੇਂ ਅਸੀਂ ਬਾਰਗ੍ਰਾਫ ਚੜ੍ਹਦੇ ਹਾਂ ਨਾ, ਕਦੀ ਵੀ ਬੰਦਾ ਸਿੱਧਾ ਨਹੀਂ ਚੜ੍ਹਦਾ, ਉਹ ਜ਼ਿਗਜ਼ੈਗ ਚੜ੍ਹਦਾ। ਥੱਲੇ ਡਿੱਗਦੇ ਜ਼ਰੂਰ ਹੋ ਤੁਸੀਂ, 10 ਪੁਆਇੰਟ ਚੜ੍ਹੇ ਹੁੰਦੇ, ਹੋ ਸਕਦਾ 5 ਡਿੱਗ ਪਾਓ, ਫਿਰ ਅਗਲੇ ਵਾਰ ਫਿਰ 10 ਚੜ੍ਹੋਗੇ ਤਾਂ 15 'ਤੇ ਆ ਜਾਓਗੇ। ਇੱਦਾਂ ਹੀ ਮੈਨੂੰ ਲੱਗਦਾ ਇਹ ਬਹੁਤ ਅਰਲੀ ਸਟੇਜ ਆ ਮੇਰੇ ਅਗਲੇ ਪ੍ਰੋਜੈਕਟ ਦੇ ਬਾਰੇ ਦੱਸਣ ਵਾਸਤੇ। ਮੈਂ ਸੋਚਦਾ ਕੁਛ ਇਸ ਤੋਂ ਹੋਰ ਕੁਛ ਅੱਗੇ ਪਹੁੰਚੀਏ, ਕੁਝ ਇਹੋ ਜਿਹੀ ਹੋਰ ਚੀਜ਼ ਲੈ ਕੇ ਆਈਏ
ਲੇਕਿਨ ਅਜੇ ਅਰਲੀ ਸਟੇਜ ਆ ਉਹਦੇ ਬਾਰੇ ਡਿਸਕਲੋਸ ਕਰਨ ਨੂੰ। ਸੋ ਮਚ ਬਟ ਆਲ ਦਾ ਵੈਰੀ ਬੈਸਟ, ਉਮੀਦ ਹੈ 2024 'ਚ ਹੋਰ ਫਿਲਮਾਂ ਲਾਈਕ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸੋ ਪ੍ਰੀਮੀਅਰ ਦਾ ਮਾਹੌਲ ਤੁਸੀਂ ਵੇਖਿਆ, ਸਟਾਰਕਾਸਟ ਨਾਲ ਗੱਲਾਂ ਬਾਤਾਂ ਵੀ ਕੀਤੀਆਂ, ਸੋ ਜੇਕਰ ਰਿਵਿਊਜ਼ ਨੂੰ ਜਾਣ ਕੇ ਤੁਹਾਨੂੰ ਐਕਸਾਈਟਮੈਂਟ ਹੈ ਫਿਲਮ ਨੂੰ ਵੇਖਣ ਜਾਣ ਦੀ, ਜ਼ਰੂਰ ਵੇਖ ਕੇ ਆਓ। ਤੁਹਾਡੇ ਨੇੜੇ ਦੇ ਸਿਨੇਮਾ ਘਰਾਂ 'ਚ ਪਹੁੰਚ ਚੁੱਕੀ ਹੈ ਫਿਲਮ ਜੱਟਾ ਡੋਲੀਨਾ। ਫਿਲਹਾਲ ਦੇ ਲਈ ਮੈਨੂੰ ਯਾਨੀ ਸਿਮਰਨ ਹੰਸ ਨੂੰ ਦਿਓ ਇਜਾਜ਼ਤ, ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।